ਜਦਕਿ ਬੋਲਣਾ ਸਤਨਾਮ ਸਿੰਘ ਰਹੇ ਕਾਰੋਬਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਪਹੁੰਚੇ ਹੋ। ਮੈਂ ਤੋਂ ਪਹਿਲਾਂ ਕਾਫੀ ਆਪ ਰੂਹਾਨੀ ਬਚਨ ਗੁਰੂ ਮਹਾਰਾਜ ਦੀ ਬਾਣੀ ਦੇ ਸਿਧਾਂਤ ਸਰਵਣ ਕਰ ਰਹੇ ਸੀ। ਸੋ ਚਿਤ ਬੇਤੀਆਂ ਨੂੰ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਵਿੱਚ ਧਾਰਨ ਕਰੋ। ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਬਾਣੀ ਦਾ ਵਿਚਾਰ ਕਰਾਂਗੇ, ਉਸ ਵੇਲੇ ਸਾਨੂੰ ਸਤਸੰਗ 'ਚ ਆਉਣ ਦਾ ਪੂਰਾ ਪੂਰਾ ਲਾਭ ਪ੍ਰਾਪਤ ਹੋਏਗਾ। ਸਤਸੰਗ ਇੱਕ ਚਾਰ ਸਾਲ ਹੋਇਆ ਕਰਦੀ ਹੈ, ਜਿਹਨੂੰ ਸਕੂਲ ਕਹਿੰਦੇ ਨੇ, ਵਿਦਿਆਲਾ ਕਹਿੰਦੇ ਨੇ, ਕਿਉਂ ਇਸ ਦੀ ਪ੍ਰਾਪਤੀ ਤੋਂ ਬਗੈਰ ਆਦਮੀ ਤਰਿਆ ਨਹੀਂ ਕਰਦਾ। ਸਭ ਤੋਂ ਵੱਡਾ ਸਾਧਨ ਸਤਸੰਗ ਹੋਇਆ ਕਰਦਾ। ਦਰਵਾਜ਼ਾ ਜੋ ਗੇਟ ਵੱਡਾ ਹੈ, ਮੇਨ ਗੇਟ, ਚਾਰ ਗੇਟ ਮਹਾਂਪੁਰਸ਼ਾਂ ਨੇ ਗਿਣੇ ਨੇ ਪਰਮੇਸ਼ੁਰ ਦੇ ਦੁਆਰੇ ਦੇ, ਜਿਨ੍ਹਾਂ 'ਚੋਂ ਜਿਹੜਾ ਵੱਡਾ ਗੇਟ ਜਿਹਦੇ 'ਚ ਐਂਟਰ ਕਰੀਦਾ ਹੈ ਉਹ ਸਤਸੰਗ ਹੈ। ਇਹ ਸਤਸੰਗ ਭਾਗ ਤੋਂ ਬਿਨਾਂ ਲੱਭਿਆ ਨਹੀਂ ਕਰਦਾ। ਪੁੰਨ ਕਰਮ ਜਾਗਣ ਤਾਂ ਸਤਸੰਗ ਪ੍ਰਾਪਤ ਹੁੰਦਾ। ਸੋ ਕੱਲ੍ਹ ਜੋ ਮੈਂ ਬੇਨਤੀ ਕਰ ਰਿਹਾ ਸੀ, ਬੜੇ ਵਿਸਥਾਰ ਦੇ ਨਾਲ ਵਿਚਾਰ ਕੀਤੀ ਸੀ ਕਿ ਆਦਮੀ ਬੜੀਆਂ ਹੀ ਜੂਨੀਆਂ 'ਚੋਂ ਲੰਘ ਕੇ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲ ਕੀ ਇਹ ਤਰੀ ਵਰੀਆ, ਉਹ ਬਾਰੀ ਮਿਲ ਗਈ ਹੈ ਇਸ ਨੂੰ ਜਿਹਦੇ ਨਾਲ ਇਹਦੇ ਸਾਰੇ ਦੁੱਖਾਂ ਦਾ ਖਾਤਮਾ ਹੋਣਾ। ਇੱਕ ਤਾਂ ਉਹ ਨੇ ਜਿਹੜੇ ਵਾਰੀ ਗੁਆ ਬੈਠਦੇ ਨੇ, ਨਹਿਰ ਦੀ ਵਾਰੀ ਹੋਵੇ, ਧਾਨਾਂ ਦੇ ਵਿੱਚ ਤਰੇੜਾਂ ਫਟ ਚੁੱਕੀਆਂ ਹੋਣ, ਅਤੇ ਜੇ ਕੋਈ ਖਾਲਾ ਖੂਲਾ ਸਮਾਰਨ ਤੋਂ ਬਾਅਦ ਉੱਥੇ ਸ਼ਰਾਬ ਪੀ ਕੇ ਸੌਂ ਜਾਵੇ ਤਾਂ ਜਿਹੜਾ ਅਗਲੀ ਵਾਰੀ ਵਾਲਾ ਉਹਨੇ ਤਾਂ ਪਾਣੀ ਆਪਣੇ ਹਿਸਾਬ ਨਾਲ ਕੱਟ ਲੈਣਾ। ਜੇ ਪਹਿਲੇ ਤਾਂ ਅਗਲੇ ਨਾਲ ਲੜੇ ਤਾਂ ਫਿਰ ਉਹਦੀ ਗਲਤੀ ਹੈ। ਭਾਈ ਪਿਆਰਿਆ, ਤੂੰ ਆਪਣੀ ਵਾਰੀ ਸੰਭਾਲਦਾ, ਅਸੀਂ ਤਾਂ ਆਪਣੇ ਟਾਈਮ 'ਤੇ ਕੱਟੀ ਹੈ। ਪਹਿਲਾਂ ਪਾਣੀ ਤੇਰਾ ਕਿੱਥੇ ਪੈਂਦਾ ਰਿਹਾ ਸਾਨੂੰ ਕੋਈ ਪਤਾ ਨਹੀਂ। ਸੋ ਇਸੇ ਤਰ੍ਹਾਂ ਦੇ ਨਾਲ ਸਾਡੀ ਵਾਰੀ ਆ ਗਈ ਵਾਹਿਗੁਰੂ ਨੂੰ ਮਿਲਣ ਦੀ। ਜੇ ਤਾਂ ਇਹਦੇ 'ਚੋਂ ਨਿਕਲ ਗਏ ਤਾਂ ਸਭ ਕੁਝ ਜਿੱਤ ਲਿਆ, ਫਤਿਹ ਕਰ ਲਿਆ। ਜੇ ਇਹਦੇ ਵਿੱਚ ਫਸੇ ਰਹਿ ਗਏ ਫਿਰ ਕੁਛ ਵੀ ਨਹੀਂ ਹੈ। ਬੜਾ ਭਾਰਾ ਭੁਲੇਖਾ ਹੈ ਆਦਮੀ ਦੇ ਮਨ ਦੇ ਅੰਦਰ, ਕਿਉਂਕਿ ਇੱਕ ਪਾਸੇ ਮਾਇਆ ਦਾ ਬਹੁਤ ਵੱਡਾ ਖਿਲਾਰਾ ਹੈ, ਚਮਕ ਹੈ, ਦਮਕ ਹੈ, ਬੜਾ ਕੁਛ ਇਸ ਨੂੰ ਪ੍ਰਤੀਤ ਦਿੰਦਾ। ਇੱਕ ਪਾਸੇ ਉਹ ਰਸਤਾ ਹੈ ਜਿਹੜਾ ਨਜ਼ਰ ਆਉਂਦਾ ਨਹੀਂ ਹੈ, ਲੇਕਿਨ ਉਹਦੇ ਬਗੈਰ ਛੁਟਕਾਰਾ ਹੁੰਦਾ ਨਹੀਂ। ਦੇਖਣ ਨੂੰ ਕੋਈ ਚੀਜ਼ ਨਹੀਂ ਨਜ਼ਰ ਆਉਂਦੀ, ਲੇਕਿਨ ਉਹਦੇ ਬਗੈਰ ਛੁੱਟਦਾ ਨਹੀਂ ਹੈ। ਉਹ ਇੱਕ ਮਾਰਗ ਹੈ, ਜਿਸ ਤਰ੍ਹਾਂ ਤੁਸੀਂ ਹੁਣੇ ਸੁਣਦੇ ਸੀ ਵੀ ਆਪਣਾ ਕੁਛ ਵੀ ਨਾ ਸਮਝੋ, ਉਹ ਡਿਟੈਚਮੈਂਟ ਦਾ ਮਾਰਗ ਹੈ, ਨਿਰਲੇਪ ਦਾ, ਵੈਰਾਗ ਦਾ, ਵਿਵੇਕ ਦਾ। ਜਿਉਂਦਾ ਬੰਦਾ ਉਸੇ ਤਰ੍ਹਾਂ ਹੈ ਜਿਵੇਂ ਉਹ ਜਿਉਂਦਾ, ਜਿਵੇਂ ਇਹ ਜਿਉਂਦਾ। ਇਹਦੇ ਵਿੱਚ ਵੀ ਕੋਈ ਆਦਮੀ ਐਸਾ ਨਹੀਂ ਹੈ ਜਿਹੜਾ ਆਲਸੀ ਹੋ ਕੇ ਕਿਸੇ ਕੋਨੇ 'ਚ ਬਹਿ ਜਾਵੇ। ਕੰਮ ਦੋਹੇ ਕਰਦੇ ਨੇ, ਲੇਕਿਨ ਮਨ ਦੇ ਅੰਦਰੋਂ ਫਰਕ ਹੈ ਦੋਹਾਂ ਦਾ। ਗੁਰੂ ਮਹਾਰਾਜ ਦਾ ਸਿਧਾਂਤ ਇਹ ਨਹੀਂ ਵੀ ਘਰ ਬਾਰ ਛੱਡ ਕੇ ਚਲੇ ਜਾਓ, ਕਿਉਂਕਿ ਗੁਰੂ ਮਹਾਰਾਜ ਤੋਂ ਪਹਿਲਾਂ ਇਹ ਬੜਾ ਪ੍ਰਬਲ ਸਿਧਾਂਤ ਸੀ ਵੀ ਘਰ ਬਾਰ ਛੱਡ ਦਿਉ, ਬਾਲ ਬੱਚੇ ਛੱਡ ਦਿਉ, ਕਿਸੇ ਨਾਲ ਮਿਲੋ ਨਾ, ਜੁੜੋ ਨਾ, ਸੁਸਾਇਟੀ ਦੇ ਦੁੱਖਾਂ ਤੋਂ ਪਰੇ ਹੋ ਜਾਓ, ਕਿਸੇ ਦਾ ਲੇਕਿਨ ਗੁਰੂ ਮਹਾਰਾਜ ਨੇ ਕਿਹਾ ਵੀ ਇਹ ਰਸਤਾ ਨਹੀਂ ਭਾਈ। ਜ਼ਿਆਦਾ ਜਿਹੜਾ ਗੁਰੂ ਮਹਾਰਾਜ ਦਾ ਵਿਚਾਰ ਹੋਇਆ ਉਹ ਸਿੱਧਾ ਨਾਥਾਂ ਨਾਲ ਹੋਇਆ ਇਸ ਮਸਲੇ ਦੇ ਉੱਤੇ, ਜਾਂ ਉਹਨਾਂ ਸਾਧੂਆਂ ਨਾਲ ਹੋਇਆ ਜਿਹੜੇ ਘਰ ਬਾਰ ਛੱਡ ਕੇ ਗ੍ਰਿਸਤੀ ਨੂੰ ਹੱਦ ਤੋਂ ਜ਼ਿਆਦਾ ਨੀਵਾਂ ਸਮਝਦੇ ਸੀ, ਜਾਂ ਉਹਨਾਂ ਨਾਲ ਹੋਇਆ ਜਿਹੜੇ ਬੀਬੀਆਂ ਨੂੰ ਇੰਨਾ ਨੀਵਾਂ ਲੈ ਜਾਂਦੇ ਸੀ ਵੀ ਇਹ ਤਾਂ ਹੈ ਹੀ ਬੰਧਨ ਦਾ ਮੂਲ, ਇਹ ਮਾਇਆ ਦਾ ਰੂਪ ਹੈ। ਜੇ ਬੀਬੀਆਂ ਮਾਇਆ ਦਾ ਰੂਪ ਨੇ, ਫਿਰ ਬੀਬੀਆਂ ਵਾਸਤੇ ਆਦਮੀ ਵੀ ਮਾਇਆ ਦਾ ਰੂਪ ਹੋਏ। ਆਦਮੀ ਨੇ ਆਪਣੇ ਆਪ ਨੂੰ ਉੱਚਾ ਖਿੱਚ ਲਿਆ,
ਮਹਾਰਾਜ ਕਹਿੰਦੇ ਕਿਉਂ ਪਿਆਰੇ ਹੋ, ਕਿਉਂ ਤੁਸੀਂ ਗਲਤ ਗੱਲਾਂ ਕਰ ਰਹੇ ਹੋ? ਇਹ ਅਜਿਹੀ ਜੀ ਤੁਹਾਡੀ ਸੁਰਤ ਹੈ, ਉਹੀ ਜੀ ਬੀਬੀਆਂ ਦੀ ਸੁਰਤ ਹੈ, ਇਹਨਾਂ ਨੂੰ ਵੀ ਅਧਿਕਾਰ ਹੈ ਕਿ ਪਰਮੇਸ਼ੁਰ ਨੂੰ ਮਿਲ ਲੈਣ, ਜਿਹਾ ਜਿਹਾ ਤੁਹਾਨੂੰ ਜਿਹਾ ਜਿਹਾ ਇਹਨਾਂ ਨੂੰ। ਘਰ ਬਾਰ ਛੱਡਣਾ ਜਿਹੜਾ ਹੈ, ਕਹਿੰਦੇ ਘਰ ਬਾਰ ਛੱਡ ਕੇ ਫਿਰ ਤੁਸੀਂ ਇਹਨਾਂ ਦੇ ਅੱਗੇ ਹੱਥ ਅੱਡਦੇ ਹੋ। ਕਹਿੰਦੇ ਗੋਰਖਨਾਥ ਜੁਗਤ ਦੀ ਲੋੜ ਹੈ, ਨਾਨਕ ਪੂਰਾ ਸਤਿਗੁਰ ਭੇਟੀਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਜੁਗਤੀ ਦੀ ਲੋੜ ਹੈ, ਮਨ ਦੀ ਸਿਹਤ ਦੀ ਲੋੜ ਹੈ। ਇੱਕ ਤਾਂ ਉਹ ਨੇ ਜਿਹੜੇ ਪੈਸਾ ਦੋਏ ਕਮਾਉਂਦੇ ਨੇ, ਇੱਕ ਨਾ ਨੂੰ ਪਤਾ ਵੀ ਅਸੀਂ ਪੈਸੇ ਦੀ ਸਹੀ ਵਰਤੋਂ ਕੀ ਕਰਨੀ ਹੈ, ਇੱਕ ਨਾ ਨੂੰ ਪਤਾ ਨਹੀਂ ਹੈ, ਉਹ ਉਹਦੇ ਵਿੱਚ ਮਸਤ ਹੋ ਜਾਂਦੇ। ਜ਼ਮੀਨ ਬਣਾ ਲਈ, ਹੋਰ ਮੁਰੱਬੇ ਬਣਾ ਲਏ, ਹੋਰ ਏਕੜਾਂ ਦੇ ਏਕੜ ਖਰੀਦ ਲਏ, ਬੇਅੰਤ ਬਿਜ਼ਨਸ ਵਾਲੇ ਵਾਲੇ ਪੈਟਰੋਲ ਪੰਪ ਲਾ ਲਏ, ਟਰੱਕ ਲਾ ਲਏ, ਸ਼ਹਿਰ ਦੇ ਵਿੱਚ ਜਾਇਦਾਦਾਂ ਬਣਾ ਲਈਆਂ, ਉਹਦੇ ਵਿੱਚੇ ਮਸਤ ਹੋ ਗਏ। ਮਹਾਰਾਜ ਕਹਿੰਦੇ ਜਿਹੜਾ ਮਸਤ ਹੋਣਾ ਹੈ ਨਾ, ਇਹੀ ਗੱਲ ਮਾੜੀ ਹੈ। ਇਸ ਤਰ੍ਹਾਂ ਫਰਮਾਉਂਦੇ ਕਿਤੇ ਭੁੱਲ ਨਾ ਜਾਈ ਵੇ ਮਨਾ ਮੇਰਿਆ, ਮੋਤੀਆਂ ਦੇ ਮੰਦਰ
ਖਤਰਾ ਇਸ ਗੱਲ ਦਾ ਹੈ ਕਿ ਇਹਦੇ ਵਿੱਚ ਆਦਮੀ ਦੀ ਸੁਰਤੀ ਇੰਨੀ ਡੂੰਘੀ ਚਲੀ ਜਾਵੇ ਕਿ ਨਾਮ ਨੂੰ ਭੁੱਲ ਜਾਵੇ। ਨਾਮ ਦੇ ਮੁਕਾਬਲੇ ਦੇ ਉੱਤੇ ਜੋ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਜਿਹਦਾ ਰਾਜ ਜਿਹੜਾ ਹੈ ਸਾਰਾ ਜਿੱਥੇ ਤੱਕ ਵੀ ਧਰਤੀ ਉੱਥੇ ਤੱਕ ਰਾਜ ਹੋਵੇ, ਇੱਕ ਪਾਸੇ ਨਾਮ ਹੈ, ਨਾਮ ਦਾ ਮੁਕਾਬਲਾ ਕਰੇ ਨਹੀਂ ਸਕਦਾ, ਕੋਈ ਕੀਮਤ ਪਾਏ ਨਹੀਂ ਸਕਦੇ। ਕਹਿੰਦੇ ਜੇ ਬੰਦਾ ਨਾਮ ਨੂੰ ਭੁੱਲਦਾ, ਜਿਹੜੀ ਚੀਜ਼ ਨਾਮ ਨੂੰ ਭੁਲਾਉਂਦੀ ਹੈ ਉਹ ਚੀਜ਼ ਬੰਧਨ ਹੈ, ਫਿਰ ਉਹਨੂੰ ਛੱਡ ਦੇਵੇ। ਕਹਿੰਦੇ ਛੱਡਦਾ ਤਾਂ ਨਹੀਂ ਹੈ, ਨਾ ਛੱਡਣਾ, ਪਰ ਇੰਨਾ ਤਕੜਾ ਹੋ ਜਾਣਾ ਕਿ ਉਹਦੇ ਵਿੱਚ ਰਹਿੰਦਾ ਹੋਇਆ, ਗ੍ਰਸਤ 'ਚ ਰਹਿੰਦਾ ਹੋਇਆ, ਵਪਾਰ ਕਰਦਾ ਹੋਇਆ, ਖੇਤੀਬਾੜੀ ਕਰਦਾ ਹੋਇਆ, ਬੱਚਿਆਂ ਦੇ ਵਿੱਚ ਪਿਆਰ ਮਾਣਦਾ ਹੋਇਆ, ਆਪਣੇ ਨਿਸ਼ਾਨੇ ਨੂੰ ਨਾ ਭੁੱਲੇ, ਸ਼ੇਰ ਵਾਲੀ ਦ੍ਰਿਸ਼ਟੀ ਰੱਖੇ। ਇੱਕ ਕੁੱਤੇ ਵਾਲੀ ਦ੍ਰਿਸ਼ਟੀ ਹੁੰਦੀ ਹੈ, ਇੱਕ ਸ਼ੇਰ ਵਾਲੀ। ਗੁਰੂ ਨਾਨਕ ਪਾਤਸ਼ਾਹ ਨੇ ਪਹਾੜ ਦੇ ਰਾਜੇ ਨੂੰ ਦੱਸਿਆ ਸੀ ਕਿ ਰਾਜਨ, ਰਾਜ ਬੁਰਾ ਨਹੀਂ ਪਰ ਦ੍ਰਿਸ਼ਟੀ ਸ਼ੇਰ ਵਾਲੀ ਰੱਖ, ਕੁੱਤੇ ਵਾਲੀ ਨਾ ਰੱਖ। ਕਹਿੰਦਾ ਸੱਚੇ ਪਾਤਸ਼ਾਹ ਮੇਰੀ ਸਮਝ ਨਹੀਂ ਆਇਆ, ਕੁੱਕਰ ਦੀ ਦ੍ਰਿਸ਼ਟੀ ਕੀ ਹੁੰਦੀ ਹੈ? ਕਹਿੰਦੇ ਕੁੱਕਰ ਦੇ ਇੱਟ ਮਾਰੋ, ਉਹ ਇੱਟ ਵੱਲ ਨੂੰ ਨੱਠ ਕੇ ਜਾਂਦਾ, ਮਾਰਨ ਵਾਲੇ ਨੂੰ ਨਹੀਂ ਦੇਖਦਾ। ਸ਼ੇਰ ਜਿਹੜਾ ਮਚਾਨ 'ਚ ਬੈਠ ਕੇ ਗੋਲੀ ਚਲਾ ਦਿਓ, ਦੂਰੋਂ ਦੇਖਦਾ ਵੀ ਕਿਹਨੇ ਚਲਾਈ ਹੈ, ਉੱਥੇ ਆ ਕੇ ਫੜਦਾ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਪਰਮੇਸ਼ਰ ਦਾ ਜਿੰਨਾ ਪਸਾਰਾ ਹੈ, ਮਾਇਆ ਹੈ, ਕੁੱਤਾ ਦ੍ਰਿਸ਼ਟੀ ਤਾਂ ਹੈ, ਇਹ ਪਸਾਰੇ ਵਿੱਚ ਪਰਚੇ ਰਹਿਣਾ, ਮੇਰੇ ਬੱਚੇ, ਮੇਰੀ ਜ਼ਮੀਨ, ਮੇਰਾ ਘਰ, ਮੇਰੇ ਭਰਾ, ਮੇਰਾ ਭਾਈਚਾਰਾ, ਮੇਰਾ ਮੇਰਾ ਕਰਦਾ ਹੀ ਫਸਿਆ ਰਹਿਣਾ। ਜਿਹੜਾ ਸ਼ੇਰ ਦ੍ਰਿਸ਼ਟੀ ਵਾਲਾ ਹੈ ਉਹ ਕਹਿੰਦਾ ਨਹੀਂ, ਇਹ ਸਾਰਿਆਂ ਦੇ ਪਿੱਛੇ ਜਿਹੜਾ ਸਭ ਤੋਂ ਕੀਮਤੀ ਚੀਜ਼ ਹੈ ਉਹ ਹੈ ਵਾਹਿਗੁਰੂ, ਮੇਰਾ ਵਾਹਿਗੁਰੂ ਹੈ, ਇਹਦੇ ਉੱਤੇ ਨਿਗ੍ਹਾ ਨਹੀਂ ਰੱਖਣੀ, ਇਹਨੂੰ ਬਣਾਉਣ ਵਾਲੇ ਉੱਤੇ ਨਿਗ੍ਹਾ ਰੱਖਣੀ ਹੈ। ਸੋ ਮਹਾਰਾਜ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਨੇ, ਮੋਤੀ ਤਾਂ ਮੰਦਰ ਉਸਰਾ, ਰਤਨੀ ਤਾਂ ਹੋ ਜਗਾਓ। ਪਹਿਲਾਂ ਤਾਂ ਮੋਤੀਆਂ ਨਾਲ ਮੰਦਰ ਕਿਸੇ ਦੇਖੇ ਨਹੀਂ ਹੈ, ਰਤਨ ਲੱਗੇ ਹੋਣ ਕਰੋੜਾਂ ਰੁਪਈਆਂ ਦੇ, ਇਹ ਵੀ ਨਹੀਂ ਦੇਖਿਆ। ਕਸਤੂਰ ਕੰਗੂ ਅਗਰ ਚੰਦਨ ਲੀ ਪਾਵੈ ਚੌ, ਇੰਨੀਆਂ ਸੁਗੰਧੀਆਂ ਹੁਣ ਮੀਲਾਂ 'ਤੇ ਜਾਂਦਾ ਬੰਦਾ ਦੇਖ ਲਵੇ ਵੀ ਇਹ ਫਲਾਣੇ ਥਾਂ 'ਤੇ ਸੁਗੰਧੀ ਆ ਰਹੀ ਹੈ। ਮਹਾਰਾਜ ਕਹਿੰਦੇ ਦੇਖੋ ਇਹਦੇ 'ਚ ਖਤਰਾ ਇਹ ਹੈ ਕਿ ਕਿਤੇ ਭੁੱਲ ਨਾ ਜਾਏ, ਨਾਮ ਨੂੰ ਨਾ ਭੁੱਲ ਜਾਈ। ਦੂਸਰੇ ਪਾਸੇ ਭੋਗੀ ਬੰਦਿਆਂ ਦਾ ਜ਼ਿਕਰ ਕਰਦੇ ਨੇ, ਮਹਾਰਾਜ ਕਹਿੰਦੇ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜੋ, ਲਾਲ ਚਿਲਮਿਲ ਚਿਲਮਿਲ ਕਰਦੇ ਹੁਣ ਪਲੰਘ, ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਵਸਾਉ, ਮਤ ਦੇਖ ਭੁੱਲਾਂ ਵਿਸਰੈ, ਤੇਰੇ ਚਿੱਤ ਨਾ ਆਵੈ ਨਾ। ਤੀਸਰੇ ਪਾਸੇ ਸੰਤਾਂ ਨੂੰ, ਸਾਧਾਂ ਨੂੰ ਖਬਰ ਕਰਦੇ ਨੇ, ਖਬਰਦਾਰ ਕਰਦੇ ਨੇ, ਕਿਉਂਕਿ ਸਾਧੂ ਸੰਤ ਅਸੀਂ ਬੜੀ ਛੇਤੀ ਨਾਂ ਧਰ ਲੈਂਦੇ ਹਾਂ ਵੀ ਫਲਾਣੇ ਸੰਤ, ਬਹੁਤ ਔਖਾ ਸੰਤ ਦਾ ਘਰ, ਸੰਤਾਂ ਇੱਕ ਅੱਧਾ ਹੀ ਹੁੰਦਾ, ਉਹਦੇ ਯਾਰ ਵਾਹਿਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਕੱਲ੍ਹ ਬੜੇ ਵਿਸਥਾਰ ਦੇ ਨਾਲ ਮੈਂ ਇਸ ਉੱਤੇ ਚਰਚਾ ਕੀਤੀ ਸੀ। ਮਹਾਰਾਜ ਕਹਿੰਦੇ ਜਿਹੜੇ ਰਿਧੀਆਂ ਸਿੱਧੀਆਂ ਸ਼ਕਤੀਆਂ ਵਾਲੇ ਨੇ ਨਾ, ਇਹਨਾਂ ਨੂੰ ਥੋੜ੍ਹੀ ਤਾੜਨਾ ਕਰਦੇ ਨੇ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਓ ਗੁਪਤ ਪ੍ਰਗਟ ਹੋਏ ਵੈਸਾ, ਲੋਕ ਰਾਖਾ ਪਾਓ, ਬੜੀਆਂ ਤਾਕਤਾਂ ਦਿਖਾ ਦਾਂ, ਲੋਕ ਤਾਂਤੇ ਬੰਨ ਕੇ ਤੁਰੇ ਆਉਣ, ਬੇਅੰਤ ਦੁਨੀਆ ਤੁਰੀ ਆਵੇ। ਬਈ ਉਹਦੇ ਕੋਲ ਤਾਂ ਆਹ ਸ਼ਕਤੀ ਆ, ਉਹਦੇ ਕੋਲ ਆਹ ਸ਼ਕਤੀ ਆ। ਮਹਾਰਾਜ ਕਹਿੰਦੇ ਦੇਖ ਸ਼ਕਤੀਆਂ ਨੂੰ ਮਾੜਾ ਨਹੀਂ ਅਸੀਂ ਕਹਿੰਦੇ, ਪਰ ਇਹਦੇ ਵਿੱਚ ਖੱਪ ਜਾਣਾ, ਭੁੱਲ ਜਾਣਾ ਪਰਮੇਸ਼ਰ ਨੂੰ ਬਿਲਕੁਲ ਮਾੜੀ ਚੀਜ਼, ਮਤ ਦੇਖ ਭੁੱਲਾਂ ਵਿਸਰਾ, ਤੇਰਾ ਚਿੱਤ ਨਾ ਆਵੇ। ਚੌਥੀ ਥਾਂ 'ਤੇ ਮਹਾਰਾਜ ਰਾਜਸੀ ਸ਼ਕਤੀ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਸੁਲਤਾਨ ਹੋਵਾਂ, ਮੇਰ ਲਸ਼ਕਰ ਤਖ਼ਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਾਹਿਬ ਵਾਉ, ਮਤ ਦੇਖ ਭੁੱਲਾਂ ਵਿਸਰਾ, ਤੇਰਾ ਚਿੱਤ ਨਾ ਆਵੇ। ਸੋ ਅਸਲੀ ਚੀਜ਼ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਜੋ ਪਰਮੇਸ਼ਰ ਦਾ ਨਾਮ ਸਾਰੀ ਸ੍ਰਿਸ਼ਟੀ 'ਚ ਰਮਿਆ ਹੋਇਆ, ਤੇਰੇ ਅੰਦਰ ਵੀ ਉਹਦੀ ਧੁਨ ਹਰ ਵਕਤ ਚੱਲਦੀ ਹੈ, ਉਹਨੂੰ ਨਾ ਕਿਤੇ ਭੁੱਲ ਜਾਈ, ਕਿਉਂਕਿ ਮਾਇਆ ਦਾ ਅਸਰ ਹੈ। ਮਾਇਆ ਦੇ ਵਿੱਚ ਜਿਹਦਾ ਮਨ ਭੁੱਲ ਗਿਆ ਉਹਨੂੰ ਅੰਦਰ ਨਾਮ ਧੁਨ ਨਹੀਂ ਸੁਣਾਈ ਦਿੰਦੀ। ਮਾਇਆ ਧਾਰੀ ਅਤੰਨਾ ਬੋਲਾ, ਸ਼ਬਦ ਨਾ ਸੁਣੀ ਬੋਲੋ ਪਚੋਲਾ। ਸੋ ਮਹਾਰਾਜ ਕਹਿੰਦੇ ਗੋਰਖਨਾਥ, ਚੀਜ਼ਾਂ ਨੂੰ ਅਸੀਂ ਗ੍ਰਸਤ ਦੀਆਂ ਚੀਜ਼ਾਂ ਨੂੰ ਮਾੜਾ ਨਹੀਂ ਕਹਿੰਦੇ,
ਉਹਦੇ ਵਿੱਚ ਜੀਵ ਜਦ ਫਸ ਫਸ ਜਾਂਦਾ ਉਹਨੂੰ ਮਾੜਾ ਕਹਿੰਦੇ, ਫਸਣਾ ਮਾੜੀ ਚੀਜ਼। ਕਹਿਣ ਲੱਗਿਆ ਗੁਰੂ ਨਾਨਕ, ਤੇਰਾ ਵੀ ਅਜੀਬ ਫਲਸਫਾ ਹੈ ਬਈ, ਆਦਮੀ ਉਹਦੇ ਵਿੱਚ ਰਹਿੰਦਾ ਹੋਵੇ ਤੇ ਫਿਰ ਫਸੇ ਕਿਉਂ ਨਾ, ਕੋਈ ਤਰੀਕਾ ਹੈ ਤੇਰੇ ਕੋਲ, ਕਿਹੜੀ ਚੀਜ਼ ਹੈ ਜਿਹਦੇ ਨਾਲ ਤੂੰ ਫਸੇ ਹੋਏ ਸੰਸਾਰ ਨੂੰ ਕੱਢੇਗਾ? ਮਹਾਰਾਜ ਕਹਿੰਦੇ, ਦੇਖ ਜੇ ਸੰਸਾਰ ਛੱਡ ਵੀ ਦਈਏ ਨਾ ਤਾਂ ਵੀ ਆਦਮੀ ਦੀ ਪਕੜ ਨਹੀਂ ਹਟਿਆ ਕਰਦੀ। ਸਾਧੂ ਬਣ ਗਿਆ, ਦੋ ਚੋਲੇ ਨੇ, ਇੱਕ ਚੋਲਾ ਕਿਸੇ ਨੇ ਚੱਕ ਲਿਆ, ਜਿਹਾ ਜਿਹਾ ਗ੍ਰਿਸ਼ਤੀ ਨੂੰ ਚੋਰੀ ਹੋਣ ਦਾ ਦੁੱਖ ਲੱਗੇਗਾ ਉਹ ਜਾਏ ਉਹਨੂੰ ਲੱਗੇਗਾ, ਉਹਦਾ ਮਾਣ ਹੁੰਦਾ ਹੈ। ਕਿਸੇ ਨੇ ਅਪਮਾਨ ਕਰਤਾ, ਜਿਹਾ ਜਿਹਾ ਗ੍ਰਿਸ਼ਤੀ ਨੂੰ ਲੱਗੇਗਾ ਉਹ ਜਾਏ ਉਹਨੂੰ ਲੱਗੇਗਾ। ਕਹਿੰਦੇ ਗੋਰਖਨਾਥ, ਮਾਇਆ ਨਹੀਂ ਛੱਡੀ ਜਾ ਸਕਦੀ, ਮਾਇਆ 'ਚ ਤਾਂ ਚਾਹੇ ਘਰ ਬਾਰ ਛੱਡ ਦੇ ਤਾਂ ਵੀ ਰਹਿਣਾ ਪੈਂਦਾ, ਚਾਹੇ ਘਰ ਬਾਰ ਵਿੱਚ ਰਹਿ ਤਾਂ ਵੀ ਰਹਿਣਾ ਪੈਂਦਾ। ਗੱਲ ਅਸਲ 'ਚ ਇਹ ਹੈ ਕਿ ਪਰਮੇਸ਼ੁਰ ਦੀ ਸੋਝੀ ਹੋਣੀ ਚਾਹੀਦੀ ਹੈ। ਕਹਿਣ ਲੱਗੇ, ਹੇ ਨਾਨਕ, ਤੂੰ ਕਿਸ ਤਰ੍ਹਾਂ ਦੇ ਨਾਲ ਇਹ ਭੁੱਲੇ ਹੋਏ ਸੰਸਾਰ ਨੂੰ ਤਾਰੇਗਾ? ਇੱਕ ਬੜਾ ਤਜਰਬਾ ਤੂੰ ਉਹ ਕਰ ਰਿਹਾ ਜਿਹੜਾ ਪਹਿਲੇ ਆਚਾਰੀਆਂ ਨੇ ਕਰ ਕਰਕੇ ਦੇਖ ਕੇ ਛੱਡਿਆ ਹੋਇਆ। ਤੇਰੇ ਕੋਲ ਕਿਹੜੀ ਚੀਜ਼ ਹੈ? ਗੁਰੂ ਨਾਨਕ ਕਹਿਣ ਲੱਗੇ, ਸ਼ਬਦ ਹੈ ਅੰਦਰ, ਆਦਮੀ ਦੀ ਸੁਰਤ ਹੈ। ਸੁਰਤ ਨੂੰ ਅਸੀਂ ਸ਼ਬਦ ਦੇ ਨਾਲ ਜੋੜ ਦਾਂਗੇ। ਉਹ ਸ਼ਬਦ ਜਿਹੜਾ ਉਹ ਕਾਲ ਪੁਰਖ ਦੇ ਦਰ ਤੋਂ ਆਉਂਦਾ। ਸ਼ਬਦ ਨੇ ਸੁਰਤ ਨੂੰ ਫੜ ਕੇ, ਜਿਵੇਂ ਬਾਜ ਆਪਣੇ ਸ਼ਿਕਾਰ ਨੂੰ ਪੰਜਿਆਂ 'ਚ ਫੜ ਕੇ ਲੈ ਕੇ ਉੱਡ ਜਾਂਦਾ, ਐਂ ਸ਼ਬਦ ਨੇ ਸੁਰਤ ਨੂੰ ਫੜ ਲੈਣਾ। ਅਸੀਂ ਸ਼ਬਦ ਸੁਰਤ ਦਾ ਮਾਰਗ ਲਿਆਂਦਾ, ਆ ਤਿਆਗ ਦਾ ਮਾਰਗ ਨਹੀਂ ਲਿਆਂਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਕਹਿੰਦੇ, ਹਰ ਦਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਈ ਤੋਂ, ਅਸਲੀ ਚੀਜ਼ ਨਾਮ ਹੈ। ਸੋ ਗੁਰੂ ਮਹਾਰਾਜ ਦਾ ਮਾਰਗ ਜਿਸ ਨੂੰ ਅਸੀਂ ਅਪਣਾਉਣਾ ਹੈ ਉਹ ਇਹ ਹੈ, ਆਪਾਂ ਸਾਰੇ ਜਿੰਨੇ ਬੈਠੇ ਹਾਂ ਤਿਆਗੀ ਨਹੀਂ ਹੈਗੇ, ਘਰ ਬਾਰ ਨੇ, ਖੇਤੀਆਂ ਚ ਨੌਕਰੀਆਂ ਚਾਕਰੀਆਂ ਵਣਜ ਵਪਾਰ ਕਰਦੇ ਹਾਂ, ਵੀ ਇਹ ਕਰਦੇ ਹੋਏ ਅਸੀਂ ਆਪਣੀ ਵਾਰੀ ਕਿਵੇਂ ਲੈ ਲਈਏ? ਵਾਰੀ ਹੈ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ। ਮਹਾਰਾਜ ਕਹਿੰਦੇ, ਇਹਦੇ ਮੁਕਾਬਲੇ ਦੇ ਉੱਤੇ ਅਵਰ ਕਾਜ ਤੇਰੇ ਕਿਤੇ ਨਾ ਕਾਜ, ਬਰਥ ਲੈਸ ਕੰਮ ਨੇ ਜਿਹੜੇ ਬਾਕੀ ਤੂੰ ਕਰਦਾ, ਕੋਈ ਕੀਮਤ ਨਹੀਂ ਉਹਨਾਂ ਦੀ। ਉਹਦੇ ਵਿੱਚ ਭੁੱਲ ਗਿਆ ਤੂੰ, ਕਿੰਨੀ ਕੁ ਜ਼ਮੀਨ ਬਣਾ ਲਈ, 10 ਮੁਰੱਬੇ, 20 ਮੁਰੱਬੇ, 100 ਮੁਰੱਬਾ ਭੁੱਲ ਗਿਆ ਇਹਨੇ, ਇਹਨੂੰ ਕਿੱਥੇ ਲੈ ਜਾਏਗਾ ਚੱਕ ਕੇ? ਤੇਰੇ ਨਾਲ ਚਲੀ ਜਾਊਗੀ, ਇਹ ਤਾਂ ਇੱਥੇ ਹੀ ਰਹਿ ਜਾਣੀ ਹੈ। ਅੱਜ ਤੂੰ ਮਾਲਕ ਹੈ, ਕੱਲ੍ਹ ਨੂੰ ਕੋਈ ਹੋਰ ਮਾਲਕ ਹੈ। 4 ਅਰਬ ਸਾਲ ਤੋਂ ਧਰਤੀ ਬਣੀ ਹੋਈ ਹੈ, 4 ਅਰਬ 32 ਕਰੋੜ ਸਾਲ ਉਮਰ ਹੈ ਧਰਤੀ ਦੀ, ਇਹਦੇ ਉੱਤੇ ਤਾਂ ਆਉਂਦੇ ਹੀ ਰਹਿਣੇ ਨੇ, ਕਦੇ ਕੋਈ ਆ ਗਏ ਕਦੇ ਕੋਈ ਆ ਗਏ, ਧਰਤੀ ਵਿੱਚ ਅਨਾਜ ਬੀਜਦੇ ਹੀ ਰਹਿਣਾ, ਕਦੇ ਬੰਜਰਾਂ ਬਣ ਜਾਂਦੀਆਂ ਜੰਗਲ ਬਣ ਜਾਂਦੇ, ਕਦੇ ਅੱਜ ਜਿੱਥੇ ਆਬਾਦੀ ਆ ਉੱਥੇ ਬੜੀਆਂ ਬੜੀਆਂ ਬੜੇ ਸਮੁੰਦਰ ਗਹਿਰੇ ਬਣ ਜਾਂਦੇ ਨੇ, ਸਮੁੰਦਰਾਂ ਦੇ ਵਿੱਚ ਆਬਾਦੀਆਂ ਬਣ ਜਾਂਦੀਆਂ ਹੈ। ਇਹਦੇ ਵਿੱਚ ਕਿਉਂ ਫਸ ਗਿਆ? ਤੇਰੀ ਤਾਂ ਵਾਰੀ ਆਈ ਸੀ ਪਰਮੇਸ਼ੁਰ ਨੂੰ ਮਿਲਣ ਨੂੰ, ਇਹਦੇ ਵਿੱਚ ਉਲਝ ਉਲਝ ਕੇ ਸੰਸਾਰ ਤੋਂ ਖਾਲੀ ਹੱਥ ਚਲਿਆ ਗਿਆ। ਸੋ ਮਹਾਰਾਜ ਖਬਰਦਾਰ ਕਰਦੇ ਆ ਕਿ ਪਿਆਰਿਓ ਦੇਖਿਓ, ਵਾਰੀ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਈ ਹੈ, ਤੇ ਕਿਤੇ ਐਸਾ ਨਾ ਹੋਵੇ ਵਾਰੀ ਖੁੰਝ ਜਾਵੇ।
ਹੁਣ ਵਾਰੀ ਆ ਗਈ ਆਪਣੀ। ਵਾਰੀ ਕਿਸ ਚੀਜ਼ ਦੀ ਹੈ ਕਿ ਪਰਮੇਸ਼ੁਰ ਨੂੰ ਮਿਲ ਲਈਏ। ਚਿਰੰਕਾਲੇ ਦੇਹ ਸੰਜਮ ਮਿਲ ਜਗਦੀਸ਼ ਮਿਲਣ ਕੀ ਵਰੀ। ਹੁਣ ਇਹਦੇ ਦੋ ਰਸਤੇ ਵੱਡੇ ਨੇ ਜਿਨ੍ਹਾਂ ਦੇ ਉੱਤੇ ਆਪਾਂ ਵਿਚਾਰ ਕਰਨੀ ਹੈ ਵੀ ਕੋਈ ਤਰੀਕਾ ਹੈ। ਪਹਿਲਾਂ ਤਾਂ ਸਾਨੂੰ ਇਹ ਪਤਾ ਹੋਵੇ ਵੀ ਪਰਮੇਸ਼ੁਰ ਕਿੱਥੇ ਰਹਿੰਦਾ, ਫਿਰ ਉਹਦੇ ਰਸਤੇ ਦਾ ਪਤਾ ਹੋਵੇ। ਜਿੰਨਾ ਚਿਰ ਰਾਹ ਨਹੀਂ ਪਤਾ ਹੈ ਉਨੀ ਦੇਰ ਤੱਕ ਨਹੀਂ ਮਿਲਦਾ। ਇਹਦੇ ਵਿੱਚ ਦੋ ਖਿਆਲ ਨੇ। ਇੱਕ ਖਿਆਲ ਤਾਂ ਇਹ ਹੈ ਕਿ ਰੱਬ ਸਾਤੋਂ ਲਾਂਭੇ ਹੋ ਕੇ ਬੈਠਾ ਹੈ, ਸੱਤਵੇਂ ਅਸਮਾਨ ਦੇ ਉੱਤੇ ਰਹਿੰਦਾ, ਦੂਰ ਰਹਿੰਦਾ ਸਾਤੋਂ। ਉਹ ਸਾਡੇ ਨਾਲ ਗੱਲ ਸਿੱਧੀ ਨਹੀਂ ਕਰਦਾ, ਗੱਲ ਕਰਨ ਵਾਸਤੇ ਉਹਨੇ ਖਾਸ ਫਰਿਸ਼ਤੇ ਰੱਖੇ ਹੋਏ ਨੇ। ਉਹ ਫਰਿਸ਼ਤਿਆਂ ਨੂੰ ਸੁਨੇਹਾ ਦਿੰਦਾ ਹੈ, ਉਹਦੀ ਮਾਰਫਤ ਆਪਣੀ ਦੁਨੀਆਂ ਨਾਲ ਗੱਲ ਕਰਦਾ। ਇੱਕ ਖਿਆਲ ਐਸਾ ਹੈ ਕਿ ਰੱਬ ਨਾਲ ਰਹਿੰਦਾ ਹਰ ਹਰੇਕ ਦੇ, ਕਿਤੇ ਵੀ ਦੂਰ ਨਹੀਂ ਜਾਂਦਾ। ਸੋ ਉਹਦੇ ਵਾਸਤੇ ਇਹ ਹੈ ਕਿ ਪਰਮੇਸ਼ੁਰ ਦੇ ਵਾਸਤੇ ਦੁੱਖ ਸਹੇ ਜਾਣ, ਕਰੜੇ ਤਪ ਕੀਤੇ ਜਾਣ, ਹੱਠ ਦੇ ਨਾਲ ਧੁੱਪਾਂ ਸਹੀਆਂ ਜਾਣ, ਪਾਣੀਆਂ ਦੇ ਵਿੱਚ ਬੈਠਿਆ ਜਾਵੇ, ਜਲ ਧਾਰੇ ਕੀਤੇ ਜਾਣ, ਭੁੱਖੇ ਰਿਹਾ ਜਾਵੇ, ਪੁੱਠੇ ਲੜਕਿਆ ਜਾਵੇ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਤਾਂ ਨਹੀਂ ਮਿਲਣਾ। ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਪਾਏ। ਇਹਦੇ ਨਾਲ ਦੁਆਇਤ ਦੂਰ ਨਹੀਂ ਹੁੰਦੀ, ਦੁੱਖ ਸਰੀਰ ਨੂੰ ਪ੍ਰਾਪਤ ਕਰਿਆ ਇਹਦੇ ਨਾਲ ਤਾਂ ਨਹੀਂ। ਮਨ ਹੱਠ ਕਿਹਨੇ ਨਾ ਪਾਇਆ, ਕਰ ਪਾਪ ਥੱਕੇ ਸਭ ਤੋਂ। ਵੱਡੇ ਵੱਡੇ ਬੰਦੇ ਉਪਾਅ ਕਰਕੇ ਥੱਕ ਗਏ, ਲੇਕਿਨ ਰੱਬ ਨਾ ਮਿਲਿਆ। ਸਹਿ ਸਿਆਣਪਾਂ ਕਰ ਰਹੇ ਦੂਜੇ, ਉਹ ਜਿਹੜੇ ਅਕਲ ਦੀਆਂ ਗੱਲਾਂ ਕਰਦੇ ਆ, ਰੱਬ ਐਂ ਮਿਲਦਾ, ਐਂ ਮਿਲਦਾ, ਇੱਥੇ ਹੈ, ਉੱਥੇ ਹੈ। ਮਹਾਰਾਜ ਕਹਿੰਦੇ ਐਂ ਮਨ ਕੋਰਾ ਰੰਗ ਨਾ। ਸੋ ਇਸ ਤਰ੍ਹਾਂ ਦੇ ਨਾਲ ਰਾਜਾ ਜਿਹੜਾ ਹੈ ਆਪਣਾ ਮਨ ਹੈ ਇਹ ਪਰਮੇਸ਼ੁਰ ਦੇ ਨਾਲ ਜੁੜ ਨਹੀਂ ਸਕਦਾ, ਮਿਲ ਨਹੀਂ ਸਕਦਾ, ਕਿਉਂਕਿ ਹੱਠ ਜਿਹੜਾ ਹੈ, ਮਹਾਰਾਜ ਕਹਿੰਦੇ ਵੱਡੇ ਵੱਡੇ ਹੱਠ ਕਰਕੇ ਹਾਰ ਗਏ, ਥੱਕ ਗਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਸਾਰੇ ਭਗਤਾਂ ਦੀ ਬਾਣੀ ਹੈ। ਇਹ ਬਾਣੀ ਪ੍ਰਵਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚੜ੍ਹੀ ਹੈ। ਇਹ ਉਹਨਾਂ ਦੀ ਜਿਹਨਾਂ ਨੂੰ ਪਰਮੇਸ਼ੁਰ ਮਿਲ ਗਿਆ, ਉਹਨਾਂ ਦੇ ਵਿੱਚੋਂ ਇੱਕ ਇਸਲਾਮ ਨਾਲ ਸੰਬੰਧ ਰੱਖਣ ਵਾਲੇ ਬਾਬਾ ਸ਼ੱਕਰਗੰਜ, ਜਿਸ ਨੂੰ ਕਹਿੰਦੇ ਸੀ ਬਾਬਾ ਫਰੀਦ ਸ਼ੱਕਰਗੰਜ, ਇਹ ਈਰਾਨ ਦੇ ਰਹਿਣ ਵਾਲੇ ਸੀ ਅਤੇ ਪੈਗੰਬਰ ਦੇ ਖਾਨਦਾਨ ਦੇ ਨਾਲ ਬੜਾ ਨੇੜੇ ਦਾ ਸੰਬੰਧ ਸੀ ਇਹਨਾਂ ਦਾ। ਬੜੇ ਰੱਬ ਦੇ ਪਿਆਰ ਕਰਨ ਵਾਲੇ ਇਹ ਭਾਰਤ ਵਰਸ਼ ਵਿੱਚ ਆ ਗਏ। ਇੱਥੇ ਉਹਨਾਂ ਦੀ ਜੋ ਮਾਤਾ ਸੀ ਉਹ ਬਹੁਤ ਭਜਨ ਬੰਦਗੀ ਕਰਦੀ ਸੀ। ਉਹਦੇ ਮਨ ਵਿੱਚ ਇਹ ਸੀ ਖਿਆਲ ਕਿ ਮੇਰੀ ਕੁੱਖ ਤੋਂ ਕੋਈ ਐਸਾ ਬੱਚਾ ਜਨਮ ਨਾ ਲੈ ਲਵੇ ਜਿਹੜਾ ਮੈਨੂੰ ਰਾਭੇ ਦਵਾਵੇ, ਕਿਉਂਕਿ ਸਾਰੇ ਧਰਮਾਂ ਦੇ ਅੰਦਰ ਮਾਂ ਨੂੰ ਉਲਾਂਭਾ ਬਹੁਤ ਜ਼ਬਰਦਸਤ ਮਿਲਦਾ ਇਸ ਤਰ੍ਹਾਂ। ਜੇ ਤਾਂ ਭਗਤ ਪੁੱਤਰ
ਦਾ ਪਿਆਰਾ ਨਾ ਪੈਦਾ ਹੋਵੇ। ਕਹਿੰਦੇ ਉਹ ਕੁੱਲ ਜਿਹੜੀ ਆ ਢੱਕ ਤੇ ਪਲਾਸ, ਜਿਵੇਂ ਦਰਖਤ ਕਿਸੇ ਕੰਮ ਨਹੀਂ ਆਉਂਦੇ, ਇਹੋ ਜਿਹੀ ਕੁੱਲ ਹੋਇਆ ਕਰਦੀ। ਜਿਹਦੇ ਵਿੱਚ ਕੁੱਲ ਦੇ ਅੰਦਰ ਇੱਕ ਪਰਮੇਸ਼ੁਰ ਦਾ ਪਿਆਰਾ ਆ ਜਾਵੇ, ਉਹ ਕੁੱਲ ਤਰ ਜਾਇਆ ਕਰਦੀ। ਉਹਦੇ ਨੇੜੇ ਦੇ ਰਿਸ਼ਤੇਦਾਰ 24 ਕੁਲਾਂ ਦਾਦਕਿਆਂ ਦੀਆਂ, 20 ਕੁਲਾਂ ਨਾਨਕਿਆਂ ਦੀਆਂ, 16 ਜਿੱਥੇ ਵਿਆਹਿਆ ਹੋਇਆ, 12 ਕੁਲਾਂ ਜਿੱਥੇ ਲੜਕੇ ਲੜਕੀ ਵਿਆਹੇ ਹੋਏ ਨੇ, ਅਤੇ 10 ਕੁਲਾਂ ਜਿੱਥੇ ਭੈਣ ਵਿਆਹੀ ਹੋਈ ਹੈ, ਅਤੇ 8 ਕੁਲਾਂ ਜਿੱਥੇ ਮਾਸੀ ਹੁੰਦੀ ਹੈ, 9 ਕੁਲਾਂ ਜਿੱਥੇ ਭੂਆ ਹੁੰਦੀ ਹੈ। 101 ਕੁੱਲ ਦਾ ਆਧਾਰ, ਇੱਕ ਕੁੱਲ ਦੇ ਅੰਦਰ ਜੋ ਬ੍ਰਹਮ ਨੇਸ਼ਟੀ, ਬ੍ਰਹਮ ਭਗਤਾ, ਬ੍ਰਹਮ ਸਰੋਤਾ ਮਹਾਂਪੁਰਸ਼ ਆ ਜਾਵੇ, ਜਿਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ, 101 ਕੁੱਲ ਦਾ ਆਧਾਰ ਕਰ ਦਿੰਦਾ। ਇਹਦੇ ਮੁਕਾਬਲੇ ਦੇ ਉੱਤੇ ਜਿਸ ਕੁੱਲ ਦੇ ਅੰਦਰ ਸ਼ਰਾਬ ਪੀਣ ਵਾਲਾ ਆ ਜਾਵੇ, ਉਹ 7 ਕੁਲਾਂ ਦਾ ਨਾਸ਼ ਕਰ ਦਿੰਦਾ। ਭੰਗ ਪੀਣ ਵਾਲਾ ਆ ਜਾਵੇ, ਉਹ ਆਪਣੇ ਤਨ ਦਾ ਨਾਸ਼ ਕਰ ਲੈਂਦਾ ਹੈ। ਤੰਬਾਕੂ ਖਾਣ ਅਤੇ ਪੀਣ ਵਾਲਾ ਆ ਜਾਵੇ, 101 ਕੁੱਲ ਦਾ ਨਾਸ਼ ਕਰਦਾ। ਨਿੰਦਿਆ ਕਰਨ ਵਾਲਾ ਆ ਜਾਵੇ, ਕੁੱਲਾਂ ਦੀ ਗਿਣਤੀ ਮਿਣਤੀ ਨਹੀਂ ਰਹਿੰਦੀ। ਕਣਕ ਤੰਬਾਕੂ ਸੇਵੀਐ ਦੇਹ ਪਿੱਤਰ ਤਜ ਜਾਏ, ਪਾਣੀ ਤਾ ਕੇ ਹੱਥ ਕੋ ਮਧਰਾ ਸਮਕਦਾ ਹੈ। ਕਹਿੰਦੇ ਜਿਹੜਾ ਤੰਬਾਕੂ ਦਾ ਭੋਰਾ ਵੀ ਵਰਤੋਂ ਕਰਦਾ ਹੈ, ਦੇਵਤੇ ਫਰਿਸ਼ਤੇ ਉਸ ਥਾਂ ਦੇ ਉੱਤੇ ਨਹੀਂ ਆਇਆ ਕਰਦੇ, ਛੱਡ ਜਾਂਦੇ ਨੇ। ਜਿਹੜੇ ਸਾਡੇ ਬਜ਼ੁਰਗ ਸਵਰਗਾਂ 'ਚ ਬੈਠੇ ਹੋਏ, ਸਾਡੇ ਵੱਲ ਚੰਗੀ ਨਿਗਾਹ ਰੱਖਦੇ ਨੇ, ਕਿਉਂਕਿ ਬਜ਼ੁਰਗ ਦੋਏ ਨਿਗਾਹ ਰੱਖਦੇ ਨੇ। ਮਾੜੀ ਨਿਗਾਹ ਵੀ ਬਜ਼ੁਰਗਾਂ ਦੀ ਹਰ ਵਕਤ ਰਹਿੰਦੀ ਹੈ, ਚੰਗੀ ਵੀ ਰਹਿੰਦੀ ਹੈ। ਜਿਹੜੇ ਸਵਰਗਾਂ 'ਚ ਚਲੇ ਗਏ, ਪੁੰਨਦਾਨ ਕਰਕੇ, ਨੇਕ ਕਮਾਈਆਂ ਕਰਕੇ, ਨਾਮ ਜਪ ਕੇ, ਸੇਵਾ ਕਰਕੇ, ਜਿਨ੍ਹਾਂ ਦੀ ਅਜੇ ਮੁਕਤੀ ਨਹੀਂ ਹੋਈ ਅਤੇ ਅਜੇ ਤੱਕ ਹਉਮੈ ਦਾ ਨਾਸ਼ ਨਹੀਂ ਹੋਇਆ, ਉਹਨਾਂ ਨੂੰ ਸਵਰਗ ਮਿਲਿਆ ਕਰਦਾ, ਜਾਂ ਮੁੜ ਕੇ ਮਨੁੱਖ ਜਾਮਾ ਮਿਲਿਆ ਕਰਦਾ, ਬਹੁਤ ਸੋਹਣੇ ਥਾਂ ਆ ਜਾਇਆ ਕਰਦੇ ਨੇ। ਉਹ ਜਿਹੜੇ ਸਵਰਗਾਂ 'ਚ ਬੈਠੇ ਨੇ, ਉਹਨਾਂ ਦਾ ਸੰਬੰਧ ਸਾਡੇ ਨਾਲ ਜੁੜਿਆ ਰਹਿੰਦਾ, ਪਰਿਵਾਰ ਵੱਲ ਨਿਗਾਹ ਰੱਖਦੇ ਨੇ, ਅਤੇ ਉਹਨਾਂ ਸ਼ਕਤੀ ਸਾਡੇ ਨਾਲੋਂ ਜ਼ਿਆਦਾ ਹੋਣ ਕਰਕੇ ਉਹ ਸਾਡੇ ਉੱਤੇ ਔਕੜਾਂ ਆਉਂਦੀਆਂ ਰੋਕ ਦਿੰਦੇ ਨੇ, ਡਿੱਗਣਾ ਤੋਂ ਬਚਾ ਦਿੰਦੇ ਨੇ। ਜੇ ਉਸੇ ਕੁੱਲ ਵਿੱਚ ਕੋਈ ਤੰਬਾਕੂ ਪੀਣ ਵਾਲਾ ਆ ਜਾਵੇ, ਉਸੇ ਵੇਲੇ ਬੇਦਾਵਾ ਦੇ ਦਿੰਦੇ ਨੇ, ਸਾਡਾ ਕੋਈ ਤਲਕ ਨਹੀਂ ਇਹਦੇ ਨਾਲ। ਦੂਸਰੇ ਪਾਸੇ ਜਿਹੜੇ ਬਜ਼ੁਰਗ ਭੂਤ ਪ੍ਰੇਤ ਬਣ ਜਾਂਦੇ ਨੇ, ਉਹ ਕੌੜੀ ਨਿਗਾਹ ਰੱਖਦੇ ਨੇ ਆਪਣੇ ਟੱਬਰ ਪਰਿਵਾਰ 'ਤੇ, ਅਤੇ ਨਾਲ ਉਹਨਾਂ ਨੂੰ ਕਹਿੰਦੇ ਆ ਵੀ ਸਾਡੀ ਗਤੀ ਕਰਾਓ, ਸਾਡੀ ਗਤੀ ਕਰਾਓ। ਭਾਈ ਤੁਸੀਂ ਜਿਉਂਦੇ ਜਿਉਂਦੇ ਹੀ ਕਰ ਲੈਂਦੇ, ਜਦ ਸਾਧੂ ਸੰਤ ਹਾਕਾਂ ਮਾਰਦੇ ਸੀ ਉਸ ਵੇਲੇ ਕਿੱਥੇ ਗਏ ਹੋਏ ਸੀ, ਜਦ ਤਾਂ ਸੁਣਿਆ ਨਹੀਂ। ਹੁਣ ਮੈਂ ਜੀ ਆਪਣਾ ਪੋਤਾ ਮਾਰਤਾ ਜੀ, ਮੈਂ ਆਪਣੇ ਪੁੱਤਰ ਦੀਆਂ ਮੱਝਾਂ ਮਾਰਤੀਆਂ, ਮੈਂ ਬਲਦ ਮਾਰਤੇ, ਮੈਂ ਐਕਸੀਡੈਂਟ ਕਰਾਤਾ, ਮੈਂ ਫਲਾਣਾ ਕਰਾਤਾ, ਇਹ ਜਿਹੀਆਂ ਗੱਲਾਂ ਉਹਨਾਂ ਦੇ ਮੂੰਹ ਤੋਂ ਸੁਣੀਆਂ ਜਾਂਦੀਆਂ। ਉਹ ਕਰੋਪ ਦੀ ਨਿਗਾਹ 'ਚ ਰਹਿੰਦੇ ਨੇ। ਇੱਕ ਮਾਈ ਆਈ ਮੇਰੇ ਕੋਲ, ਇੱਕ ਬੀਬੀ ਸੀ, ਕੋਈ ਪੜ੍ਹੀ ਲਿਖੀ ਗੌਰਮੈਂਟ ਸਰਵਿਸ 'ਚ ਲੱਗੀ ਹੋਈ ਸੀ, ਉਹਦੇ 'ਚ ਬੋਲਣ ਲੱਗ ਗਈ। ਮੈਂ ਕਿਹਾ ਮਾਈ ਤੂੰ ਇਹਨੂੰ ਕਿਉਂ ਤੰਗ ਕਰਦੀ ਹੈ? ਕਹੀ ਬਾਬਾ ਜੀ ਤੰਗ ਨਾ ਕਰਾਂ, ਮੈਂ ਇਹਦੀ ਪੜਦਾਦੀ ਸੱਸ ਹਾਂ, ਨਾ ਮੇਰੇ ਪੁੱਤਰਾਂ ਨੇ ਨਾ ਪੋਤਿਆਂ ਨੇ ਮੇਰੀ ਗਤੀ ਨਹੀਂ ਕਰਾਈ, ਮੈਂ ਦੁਖੀ ਹੁੰਦੀ ਫਿਰਦੀ ਹਾਂ। ਮੈਂ ਕਿਹਾ ਫਿਰ? ਕਹਿੰਦੀ ਮੈਂ 3 ਪੋਤੇ ਮਾਰ ਚੁੱਕੀ ਹਾਂ, ਹੁਣ ਸੀ ਇਹਨਾਂ ਨੂੰ ਕਹਿੰਦੀ ਸੁਝਦਾ ਹੀ ਨਹੀਂ, ਇਹਨੂੰ ਮੈਂ ਹੀ ਲੈ ਕੇ ਆਈ। ਮੈਂ ਕਿਹਾ ਕਮਾਲ ਹੈ, ਜਦ ਤੇਰੇ ਵੇਲੇ ਕੋਈ ਸਾਧੂ ਸੰਤ ਮਹਾਂਪੁਰਸ਼ ਨਹੀਂ ਸੀ, ਕੋਈ ਸਤਸੰਗ ਨਹੀਂ ਸੀ ਹੁੰਦਾ? ਕਹਿੰਦੀ ਹੁੰਦੇ ਸੀ, ਅਸੀਂ ਜਾਂਦੇ ਹੀ ਨਹੀਂ ਸੀ। ਫਿਰ ਮੈਂ ਕਿਹਾ ਹੁਣ ਇਹ ਤਾਂ ਮਗਰ ਕਿਉਂ ਪਈਆਂ? ਖੈਰ ਐਸੀਆਂ ਬਾਤਾਂ ਆਮ ਹੀ ਸੁਣਨ 'ਚ ਦੇਖਣ 'ਚ ਆਉਂਦੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਕੁੱਲਾਂ ਨੇ ਡੁੱਬਣ ਵਾਲੀਆਂ, ਕਹਿੰਦੇ ਜਿਹੜੇ ਤਾਂ ਕੁੱਲਾਂ ਰਾਖੀ ਕਰਨ ਵਾਲੀਆਂ ਨੇ, ਤਨਕ ਤੰਬਾਕੂ ਸੇਵੀਏ ਦੇਹ ਪਿੱਤਰ ਤਜ, ਦੇਵਤੇ ਅਤੇ ਪਿੱਤਰ ਛੱਡ ਜਾਂਦੇ ਨੇ। ਕਿਉਂ? ਕਹਿੰਦੇ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ, ਪਾਣੀ ਤਾਂ ਕੇ ਹੱਥ ਕੋ ਮਧਰਾ ਸਮਕਦਾ ਹੈ, ਜੇ ਜੀ ਸ਼ਰਾਬ ਪੀ ਲਈ ਜ਼ਿਆਦਾ ਪਾਣੀ ਪੀ ਲਈ, ਤਾਂ ਫਿਰ ਸ਼ਰਾਬ ਵਾਲਾ ਤਾਂ ਬਹੁਤਾ ਹੀ ਮਾੜਾ ਹੋਇਆ। ਕਹਿੰਦੇ ਸ਼ਰਾਬ ਵਾਲਾ ਜਿਹੜਾ ਹੈ, ਮਧਰਾ ਦਹਿਤੀ ਸਤ ਕੁੱਲ, 7 ਕੁਲਾਂ ਦਾ ਨਾਸ਼ ਕਰਦੀ ਹੈ ਸ਼ਰਾਬ। ਭੰਗ ਦਹੇ ਤਨ ਏਕ ਜਗਤ ਜੂਟ 7 ਕੁੱਲ ਦੇ, 100 ਕੁੱਲ ਦਾ ਨਾਸ਼ ਕਰਦਾ ਹੈ ਜਗਤ ਜੂਟ ਤੰਬਾਕੂ ਵਰਤਣ ਵਾਲਾ। ਨਿੰਦਾ ਦੇ ਨੇ, ਕਹਿੰਦੇ ਨਿੰਦਕ ਅਤੇ ਤੰਬਾਕੂ ਪੀਣ ਵਾਲਾ ਅਤੇ ਨਾਲ ਸ਼ਰਾਬ ਪੀਣ ਵਾਲਾ, ਅਤੇ ਮਾਤਾ ਪੁੱਤਰ ਪੈਦਾ ਕਰਦੀ ਹੈ
ਤੈਨੂੰ ਤਾਂ ਆਲਾਂਭਾ ਮਿਲਦਾ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ, ਵਿਧਵਾ ਕਿਉਂ ਨਾ ਹੋ ਗਈ। ਦੂਜੇ ਪਾਸੇ ਜਿਹੜੀਆਂ ਮਾਵਾਂ ਪਰਮੇਸ਼ੁਰ ਦੇ ਲੜ ਲਾਉਂਦੀਆਂ, ਰੱਬ ਦੀ ਭਗਤੀ ਪੁੱਤਰਾਂ ਨੂੰ ਦੱਸਦੀਆਂ ਕਰਨ ਵਾਸਤੇ, ਸਤਸੰਗ 'ਚ ਲੈ ਕੇ ਜਾਂਦੀਆਂ, ਚੰਗੀ ਸਿੱਖ ਮੱਤ ਦਿੰਦੀਆਂ, ਉਹਨਾਂ ਬਾਰੇ ਕੀ ਹੈ? ਕਹਿੰਦੇ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ। ਉਹ ਮਾਵਾਂ ਧੰਨ ਨੇ, ਇੱਥੇ ਵੀ ਧੰਨ, ਦਰਗਾਹ ਵਿੱਚ ਵੀ ਉਹਨਾਂ ਨੂੰ ਧੰਨ ਧੰਨ ਕਹਿੰਦੇ। ਕੁਲਾਂ ਦਾ ਆਧਾਰ ਕਰ ਦਿੰਦੀ ਹੈ ਮਾਤਾ, ਐਸਾ ਪੁੱਤਰ ਆਇਆ ਜਿਸ ਨੇ ਸਾਰੀਆਂ ਕੁਲਾਂ ਦਾ ਆਧਾਰ ਕਰਤਾ। ਸੋ ਇਹਨਾਂ ਗੱਲਾਂ ਨੂੰ ਬਾਬਾ ਫਰੀਦ ਦੀ ਮਾਤਾ ਅੱਛੀ ਤਰ੍ਹਾਂ ਜਾਣਦੀ ਸੀ। ਉਹ ਕਹਿੰਦੀ ਸੀ ਮੇਰੀ ਕੁੱਖ ਤੋਂ ਐਸਾ ਬੱਚਾ ਜਨਮ ਨਾ ਲਵੇ ਜਿਹੜਾ ਨਾਸਤਿਕ ਹੋਵੇ, ਬੇਮੁੱਖ ਹੋਵੇ, ਪਰਮੇਸ਼ੁਰ ਨੂੰ ਮੰਨਣ ਵਾਲਾ ਨਾ ਹੋਵੇ। ਉਸਨੇ ਬਾਬਾ ਫਰੀਦ ਨੂੰ, ਇਹ ਤਿੰਨ ਪੁੱਤਰ ਸੀਗੇ ਉਸਦੇ ਅਤੇ ਛੋਟਾ ਸੀ ਬਾਬਾ ਫਰੀਦ, 5 ਸਾਲ ਦੀ ਉਮਰ ਦੇ ਵਿੱਚ ਇੱਕ ਸਾਰਾ ਕੁਰਾਨ ਸ਼ਰੀਫ ਯਾਦ ਕਰਾਤਾ। ਐਸਾ ਦਿਮਾਗ ਸੀ, ਜ਼ਹਿਨ ਸੀ ਉਹਦਾ, ਕਿਉਂਕਿ ਬਹੁਤ ਬੱਚੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਇੱਕ ਵਾਰੀ ਪੜ੍ਹੀ ਹੋਈ ਗੱਲ ਮੁੜ ਨਹੀਂ ਭੁੱਲਦੀ। ਸਾਡੇ ਹੀ ਇੰਡੀਆ ਦੇ ਅੰਦਰ ਇੱਕ ਹਰਦਿਆਲ ਹੁੰਦਾ, ਲਾਲਾ ਹਰਦਿਆਲ, ਕਿਤਾਬ ਪੜ੍ਹ ਲੈਣੀ ਸਾਰੀ ਯਾਦ ਹੋ ਜਾਣੀ। ਆ ਮੈਂ ਅਮੈਰੀਕਾ 'ਚ ਦੇਖਿਆ ਇੱਕ ਬੱਚਾ ਇੰਡੀਆ ਦਾ ਸੀ, ਉਹਦੇ ਸਾਰੀ ਉਹ ਡਿਕਸ਼ਨਰੀ ਅੰਗਰੇਜ਼ੀ ਦੀ ਜ਼ਬਾਨੀ ਆ ਗਈ, ਫਸਟ ਆਇਆ ਅਮਰੀਕਾ 'ਚ ਸਪੈਲਿੰਗਾਂ ਦੇ ਵਿੱਚ। ਸਾਰੀਆਂ ਯੂਨੀਵਰਸਿਟੀਆਂ ਚਿੱਠੀਆਂ ਲਿਖਣ ਉਹਨੂੰ ਵੀ ਅਸੀਂ ਪੜ੍ਹਾਈ ਮੁਫ਼ਤ ਕਰਾਵਾਂਗੇ, ਇਹਦਾ ਦਿਮਾਗ ਹੀ ਕਮਾਲ ਦਾ, ਕੰਪਿਊਟਰਾਂ ਵਰਗੇ ਦਿਮਾਗ ਨੇ। ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਦੇ ਬੇਅੰਤ ਬਾਣੀ ਆ ਸੀ, ਔਰ ਇੰਨੇ ਅਰਥਾਂ ਦੀ ਸੋਝੀ ਸੀ, 5 ਸਾਲ ਦੀ ਉਮਰ 'ਚ ਆਪ ਨੂੰ ਇੱਕ ਵਾਰੀ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਬੇਨਤੀ ਹੋਈ ਕਿ ਮਹਾਰਾਜ ਦੋਏ ਸਾਹਿਬਜ਼ਾਦੇ ਆਪ ਦੇ ਬੜੇ ਲਾਇਕ ਲੱਗਦੇ ਨੇ, ਅਤੇ ਕਿਰਪਾ ਕਰਕੇ ਸਾਨੂੰ ਇਹ ਤਾਂ ਦੱਸੋ ਵੀ ਗੁਰਗੱਦੀ ਦੇ ਕਾਬਲ ਕਿਹੜਾ, ਦੋਹਾਂ ਵਿੱਚੋਂ ਜ਼ਿਆਦਾ ਪਰਮੇਸ਼ੁਰ ਦੇ ਨੇੜੇ ਕਿਹੜਾ? ਮਹਾਰਾਜ ਕਹਿੰਦੇ ਛੋਟਾ, ਵੱਡਾ ਨਹੀਂ ਹੈ। ਕਹਿੰਦੇ ਨਿਸ਼ਾਨੀ, ਕਹਿੰਦੇ ਜਿਸ ਪਲੰਗ 'ਤੇ ਬੈਠ ਕੇ, ਜਿਸ ਚੌਂਕੀ 'ਤੇ ਬੈਠ ਕੇ ਇਹ ਬੰਦਗੀ ਕਰਦੇ ਹੋਣਗੇ, ਤੁਸੀਂ ਸੂਈ ਲੈ ਕੇ ਉਹਦੇ ਪਾਵਿਆਂ 'ਚ ਖੋ ਦੇ, ਜਿਹਦੇ ਪਾਵੇ 'ਚ ਖੋਊਗੀ ਸਮਝ ਲਓ ਵੀ ਉਹ ਨਰਮ, ਲੱਕੜੀ ਵੀ ਨਰਮ ਕਰਤੀ ਉਹਦੇ। ਬਾਬਾ ਰਾਮ ਰਾਏ ਦੇ ਖੂਬੀਨਾ, ਬਾਬਾ ਗੁਰੂ ਮਹਾਰਾਜ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਜਿਸ ਵਕਤ ਜਾ ਕੇ ਚੌਂਕੀ ਦੇ ਵਿੱਚ ਸੂਈ ਖੋਭੀ ਆਏ, ਚਲੀ ਗਈ ਜਿਵੇਂ ਮੋਮ 'ਚ ਜਾਂਦੀ ਹੈ। ਮਹਾਰਾਜ ਨੇ ਇੱਕ ਹੋਰ ਦੱਸੀ, ਬਈ ਇਹਦੇ ਸੂਈ ਚੌਂਕ ਕੇ ਦੇਖ ਲਓ, ਜਦੋਂ ਬੰਦਗੀ ਕਰਦਾ ਹੋਵੇ ਇਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਸੋ ਇਸ ਤਰ੍ਹਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਗੱਦੀ ਤੋਂ ਬੈਠਣ ਤੋਂ ਪਹਿਲਾਂ ਪਹਿਲਾਂ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜਵਾਨੀ ਆ ਸੀ। ਉਹ ਤਾਂ ਆਪਾਂ ਐਂ ਕਹਿ ਦਾਂਗੇ ਵੀ ਧੁਰ ਤੋਂ ਆਏ ਹੋਏ, ਧੁਰ ਤੋਂ ਆਏ ਹੋਇਆਂ ਦੀਆਂ ਨਿਸ਼ਾਨੀਆਂ ਨੇ। ਬਾਬਾ ਫਰੀਦ ਦੇ ਸਾਰਾ ਕੁਰਾਨ ਸ਼ਰੀਫ ਜਵਾਨੀ ਆ ਸੀ। ਮਾਤਾ 5 ਨਮਾਜ਼ਾਂ ਪੜ੍ਹਿਆ ਕਰਦੀ ਸੀ, ਜ਼ਕਾਤ ਦਿੰਦੀ ਸੀ, ਰੋਜ਼ੇ ਰੱਖਦੀ ਸੀ, ਹੋਰ ਵੀ ਨੇਕ ਕਰਮ ਕਰਦੀ ਸੀ। ਅਤੇ ਇੱਕ ਵਾਰੀ ਬਾਬਾ ਫਰੀਦ ਮਾਤਾ ਦੇ ਨਾਲ, ਛੋਟਾ ਬੱਚਾ ਪਿਆ, ਰਾਤ ਨੂੰ ਚੋਰ ਆ ਗਿਆ। ਬਾਬਾ ਜੀ ਨੇ ਕਿਹਾ ਮਾਂ, ਕਹਿੰਦੇ ਚੋਰ ਹੈ? ਕਹਿੰਦੀ ਕੋਈ ਗੱਲ ਨਹੀਂ, ਆਪਣਾ ਕੁਛ ਨਹੀਂ ਲਿਜਾ ਸਕਦਾ। ਉਹ ਚੋਰ ਨੇ ਸਮਾਨ ਮੰਨ ਲਿਆ, ਮੁੜ ਕੇ ਦਰਵਾਜ਼ਾ ਨਾ ਲਵੇ ਅੰਨਾ ਹੋ ਗਿਆ, ਦੀਵਾਰ ਦੇ ਨਾਲ ਲੱਗ ਕੇ ਬੈਠ ਗਿਆ। ਦਿਨ ਚੜ੍ਹ ਗਿਆ, ਬਾਬਾ ਫਰੀਦ ਵੀ ਉੱਠ ਖੜਿਆ ਅਤੇ ਚੋਰ ਉੱਥੇ ਬੈਠਾ। ਕਹਿਣ ਲੱਗੇ ਕੀ ਗੱਲ ਭਾਈ, ਤੂੰ ਇੱਥੇ ਬੈਠਾ ਸਮਾਨ ਬੰਨੀ? ਕਹਿਣ ਲੱਗਿਆ ਮਾਤਾ ਮੇਰੇ 'ਤੇ ਕਿਰਪਾ ਕਰ, ਮੈਂ ਭੁੱਲ ਕੇ ਆ ਗਿਆ ਤੇਰੇ ਦਰ, ਮੇਰੇ 'ਤੇ ਕਿਰਪਾ ਕਰ, ਮੈਂ ਤਾਂ ਅੰਨਾ ਹੋ ਗਿਆ ਤੇਰੇ ਘਰ 'ਚ ਆ ਕੇ, ਹੁਣ ਮੈਨੂੰ ਦਿਸਦਾ ਨਹੀਂ, ਅਤੇ ਮੈਨੂੰ ਕੋਈ ਰਸਤਾ ਦਿਖਾ ਲਓ, ਨਹੀਂ ਮੇਰੇ ਅੱਖਾਂ ਠੀਕ ਕਰ। ਉਸ ਵੇਲੇ ਬਾਬੇ ਫਰੀਦ ਦੇ ਮਨ 'ਤੇ ਬੜਾ ਗਹਿਰਾ ਅਸਰ ਹੋਇਆ, ਉਹਦੇ ਮਨ ਵਿੱਚ ਪ੍ਰਤੀਤ ਆ ਗਈ ਮਾਤਾ ਦੇ ਵਚਨ 'ਤੇ, ਵੀ ਮੇਰੀ ਮਾਤਾ ਜਿਹੜੀ ਹੈ ਇਹ ਤਾਂ ਬਹੁਤ ਉੱਚੀ ਹੈ, ਉਹਦੇ ਵਚਨ ਦੇ ਉੱਤੇ ਪ੍ਰਤੀਤ ਆ ਗਈ। ਪ੍ਰਤੀਤ ਵੱਡੀ ਚੀਜ਼ ਹੈ, ਗੁਰੂ ਦੇ ਉੱਤੇ ਪ੍ਰਤੀਤ, ਮਹਾਂਪੁਰਸ਼ਾਂ 'ਤੇ ਪ੍ਰਤੀਤ, ਇਹ ਤਾਰ ਦਿਆ ਕਰਦੀ ਹੈ, ਭਜਨ ਕਰਨ ਵਿੱਚ ਸਹਾਇਤਾ ਕਰਿਆ ਕਰਦੀ ਹੈ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਆਈ।
ਜਿਸ ਜਨ ਆਵੇ ਹਰ ਪ੍ਰਭ ਜੀ, ਭਰੋਸਾ ਪ੍ਰਤੀਤ ਅਕੀਨ ਫੇਸ ਇੱਕੋ ਚੀਜ਼ ਦੇ ਨਾਮ ਨੇ। ਜਿੰਨਾ ਚਿਰ ਹਿਰਦੇ 'ਚ ਪ੍ਰਤੀਤ ਨਹੀਂ ਆਉਂਦੀ ਉਨੀ ਦੇਰ ਤੱਕ ਇਸ ਰਸਤੇ 'ਤੇ ਚੱਲੇ ਨਹੀਂ ਸਕਦਾ ਰੂਹਾਨੀ ਰਾਹ 'ਤੇ, ਤਰਕ ਵਾਲਾ ਨਹੀਂ ਚੱਲਿਆ ਕਰਦਾ। ਪ੍ਰਤੀਤ ਭਰੋਸੇ ਵਾਲਿਆਂ ਦੇ ਵੇਲੇ ਪਾਰ ਹੋ ਜਾਇਆ ਕਰਦੇ। ਸੋ ਸਭ ਤੋਂ ਪਹਿਲਾਂ ਪ੍ਰਤੀਤ ਵਾਹਿਗੁਰੂ ਦੇ ਉੱਤੇ, ਜਿੰਨਾ ਚਿਰ ਵਾਹਿਗੁਰੂ 'ਤੇ ਪ੍ਰਤੀਤ ਨਹੀਂ ਆਉਂਦੀ ਉਨਾ ਚਿਰ ਵਾਹਿਗੁਰੂ ਨਾਲ ਪਿਆਰ ਹੀ ਨਹੀਂ ਪੈਂਦਾ, ਨਾ ਸਾਨੂੰ ਸਮਝ ਪੈਂਦੀ ਹੈ ਵੀ ਰੱਬ ਹੈ ਕੀ, ਕਿੱਥੇ ਰਹਿੰਦਾ। ਮਹਾਰਾਜ ਕਹਿੰਦੇ ਪਿਆਰਿਆ, ਜੇ ਇਸ ਮਾਰਗ 'ਤੇ ਚੱਲਣਾ ਪਹਿਲਾਂ ਰੱਬ ਦੇ ਉੱਤੇ ਭਰੋਸਾ ਲਿਆ ਵੀ ਰੱਬ ਹੈਗਾ, ਉਹ ਸਰਬ ਕਲਾ ਸਮਰੱਥ ਹੈ, ਰਾਜ਼ਕ ਹੈ, ਸਭ ਦੇ ਦੁੱਖ ਦੂਰ ਕਰਦਾ, ਉਹ ਨਾਲ ਰਹਿੰਦਾ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹੇ, ਜੈ ਜੈ ਪੇਖੋ ਤੈ ਦੂਰ ਦੂਰ ਕਤੇ ਨਾ ਜਾਏ। ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ ਧਿਆਏ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ, ਪ੍ਰਤਪਾਲਾ ਪਿਆਓ ਦੇ ਕਛੂਨ ਨਾ ਹੋਈ, ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋ। ਜਿੰਨਾ ਚਿਰ ਇਹ ਪ੍ਰਤੀਤ ਹਿਰਦੇ 'ਚ ਨਹੀਂ ਆਉਂਦੀ, ਮਹਾਰਾਜ ਕਹਿੰਦੇ ਇਹ ਤਾਂ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਤਿਨਕਾ ਉਤਰ ਜਾਏਗਾ ਝੂਠ ਗਵਾਨ। ਬੜੀ ਵੱਡੀ ਬਾਤ ਕਹਿਤੀ ਮਹਾਰਾਜ ਨੇ, ਕਿਉਂਕਿ ਸਾਨੂੰ ਤਾਂ ਪ੍ਰਤੀਤ ਆਉਂਦੀ ਹੋਈ ਨਹੀਂ ਨਾ ਵੀ ਰੱਬ ਸਾਡੇ ਨਾਲ ਹੈ। ਜੇ ਆ ਜਾਵੇ ਫਿਰ ਤਾਂ ਸਾਡਾ ਰਸਤਾ ਨਮ ਥੋੜ੍ਹਾ ਜਿਹਾ ਰਹਿ ਜਾਵੇ, ਇੱਕ ਖਾਈ ਮਾੜੀ ਜੀ ਖਾਲਾ ਹੈ ਸਮਝ ਲਓ, ਖਾਲੇ ਤੋਂ ਪਾਰ ਛਾਲ ਮਾਰਨੀ ਹੈ ਬਸ ਇੰਨੇ ਤਰ੍ਹਾਂ ਦੇ। ਆਹੀ ਚੀਜ਼ ਨਹੀਂ ਸਾਡੇ ਹਿਰਦੇ 'ਚ ਆਉਂਦੀ, ਪਰਮੇਸ਼ਰ ਦੀ ਪ੍ਰਤੀਤ ਦੂਜੀ ਪ੍ਰਤੀਤ ਹੋਇਆ ਕਰਦੀ ਹੈ, ਗੁਰੂ ਦੀ ਪ੍ਰਤੀਤ ਤੀਸਰੀ ਪ੍ਰਤੀਤ ਹੋਇਆ ਕਰਦੀ ਹੈ, ਸੱਤ ਸ਼ਾਸਤਰ ਦੀ ਚੌਥੀ ਪ੍ਰਤੀਤ ਹੋਇਆ ਕਰਦੀ ਹੈ, ਨਾਮ ਦੀ ਮੰਤਰ ਦੀ ਜੋ ਗੁਰੂ ਨੇ ਮੰਤਰ ਦਿੱਤਾ, ਪੰਜਵੀਂ ਪ੍ਰਤੀਤ ਹੋਇਆ ਕਰਦੀ ਹੈ ਨਾਮ ਦੀ ਮਹਿਮਾ ਦੀ। ਗੁਰੂ ਦੀ ਪ੍ਰਤੀਤ ਪਰਮੇਸ਼ਰ ਦੀ ਪ੍ਰਤੀਤ ਤਾਂ ਇਹ ਅਹਿਸਾਸ ਹੈ ਜੀ ਬਈ ਅੰਦਰ ਬਾਹਰ ਮੇਰੇ ਉਹੀ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ, ਆਉਂਦੀ ਹੈ ਸਾਡੇ ਮਨ 'ਚ। ਨਾਸ਼ ਤਾਂ ਭੁੱਲੇ ਹੀ ਰਹਿੰਦੇ ਹਾਂ ਰੱਬ ਨੂੰ ਅਤੇ ਕਿੱਥੇ ਰਹਿੰਦਾ, ਕੀ ਹੈਗਾ ਵੀ ਕਿ ਨਹੀਂ ਵੀ ਹੈਗਾ, ਆਹ ਪ੍ਰਤੀਤ ਨਹੀਂ ਆਉਂਦੀ। ਜੇ ਆ ਜਾਵੇ ਫਿਰ ਕੋਈ ਗਲਤੀ ਹੁੰਦੀ ਉਹਦੀ ਵੀ, ਉਹ ਤਾਂ ਦੇਖਦਾ। ਇੱਕ ਵਾਰੀ ਇੱਕ ਮਹਾਤਮਾ ਦੇ ਦੋ ਚੇਲੇ ਸੀ, ਦੋਵੇਂ ਬਹੁਤੀਆਂ ਦੋਹਾਂ ਨੂੰ ਇਹ ਸੰਗਤਾਂ 'ਚ ਆਉਂਦੀਆਂ ਸੀ। ਉਹਨਾਂ ਨੇ ਕਿਹਾ ਵੀ ਜੇ ਮੈਂ ਇੱਕ ਨੂੰ ਦੇ ਦਿੱਤੀ ਗੱਦੀ ਬਿਨਾਂ ਪਰਖ ਕੀਤੇ ਤੇ ਤਾਂ ਸੰਗਤਾਂ ਦੇ ਵਿੱਚ ਦੋ ਧੜੇ ਬਣ ਜਾਣਗੇ। ਉਹ ਕਹਿਣਗੇ ਇਹ ਵੀ ਕਾਬਲ ਹੈ ਜੀ, ਉਹ ਵੀ ਕਾਬਲ ਹੈ। ਆਮ ਤੌਰ 'ਤੇ ਮਹਾਤਮਾ ਦੇ ਪਿੱਛੋਂ ਧੜੇ ਬਣਦੇ ਹੁੰਦੇ ਨੇ, ਸਾਰੇ ਹੀ ਕਹਿੰਦੇ ਹੁੰਦੇ ਨੇ ਮਾਇਆ ਜੀ ਮਾਇਆ, ਮੈਂ ਅਸਲੀਆਂ ਮਾਇਆ ਅਸਲੀਆਂ। ਸੋ ਮਹਾਤਮਾ ਜਿਹੜੇ ਸਿਆਣੇ ਨੇ ਉਹ ਆਪਣੇ ਸਰੀਰ ਹੁੰਦੇ ਹੁੰਦੇ ਕਹਿ ਜਾਂਦੇ ਨੇ ਭਾਈ ਆਹ ਰਾਹ ਦਿਖਾਓ, ਤੁਹਾਨੂੰ ਸਹੀ ਪਤਾ ਹੁੰਦਾ ਉਹਨਾਂ ਨੂੰ ਵੀ ਯਾਦ ਭੁੱਲ ਭੁਲਾਈਆਂ 'ਚ ਪਾ ਦੂ ਆਹ ਰਾਹ ਦਿਖਾ ਦੂ। ਉਹਦੇ ਵਿੱਚ ਉਹਨਾਂ ਨੇ ਪਰਖ ਕਰਨ ਵਾਸਤੇ ਦੋ ਕਬੂਤਰ ਮੰਗਾ ਲਏ, ਸਾਰਿਆਂ ਦੇ ਸਾਹਮਣੇ ਕਿਹਾ ਵੀ ਦੇਖੋ ਭਾਈ ਮੈਂ ਗੱਦੀ ਦੇਣੀ ਆ, ਪਰ ਦੋਵਾਂ ਨੂੰ ਜਿਹੜਾ ਆਹ ਕਬੂਤਰ ਮਾਰ ਕੇ ਮੈਨੂੰ ਪਹਿਲਾਂ ਲਿਆ ਦੇ। ਕਹਿੰਦੇ ਪਰ ਮਾਰੇ ਉੱਥੇ ਜਿੱਥੇ ਕੋਈ ਦੇਖਦਾ ਨਾ ਹੋਵੇ। ਇੱਕ ਨੇ ਤਾਂ ਫੜਿਆ, ਫੜ ਕੇ ਨੱਠੇ ਗਿਆ, ਕੋਠੇ ਦੇ ਪਿਛਲੇ ਪਾਸੇ ਗਿਆ, ਗਰਦਨ ਮਰੋੜ ਕੇ ਨੱਠਿਆ ਨੱਠਿਆ ਹੀ ਆਉਂਦਾ, ਸਾਹ ਚੜਿਆ ਹੋਇਆ, ਦਿਆ ਲਓ ਮਹਾਰਾਜ ਦੂਆ ਜੇ ਸਲਾਹ ਕਰਦਾ ਵੀ ਕਿੱਥੇ ਜਾਵਾਂ। ਦੂਆ ਕੋਠੇ ਦੇ ਮਗਰ ਗਿਆ, ਉਹਦੇ ਪਿੱਛੇ ਗੰਨਾ ਬੀਜਿਆ ਸੀ, ਗੰਨੇ ਦੇ ਉੱਤੇ ਟਿੱਡੇ ਫਿਰਦੇ ਸੀ, ਟਿੱਡੀਆਂ ਫਿਰਦੀਆਂ ਸੀ। ਉਹਨੇ ਕਿਹਾ ਵੀ ਐ ਦੇਖਦੀਆਂ ਨੇ। ਉੱਥੋਂ ਗਾਂ ਜੰਗਲ ਚਲਿਆ, ਜੰਗਲ 'ਚ ਗਿਆ ਤਾਂ ਜੰਗਲ ਦੇ ਉੱਤੇ ਜਰਾ ਬੈਠੇ ਸੀ ਪੰਛੀ, ਉਹਨੇ ਕਿਹਾ ਇੱਥੇ ਇਹ ਦੇਖਦੇ। ਗਾਂ ਇੱਕ ਡੂੰਘਾ ਟੋਆ ਪੁੱਟਿਆ ਹੋਇਆ ਸੀ, ਉਹ ਟੋਏ 'ਚ ਚਲਿਆ ਗਿਆ। ਕਹਿੰਦਾ ਇੱਥੇ ਮੈਂ ਦੇਖਦਾ, ਇਹ ਮੈਨੂੰ ਦੇਖਦਾ। ਇਹਨੇ ਉੱਤੇ ਕੱਪੜਾ ਲੈ ਕੇ ਬੁੱਕਲ ਮਾਰ ਲਈ, ਬੁੱਕਲ ਮਾਰ ਕੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ। ਕਹਿੰਦਾ ਲੈ ਵੀ ਹੁਣ ਨਹੀਂ ਕੋਈ ਦੇਖਦਾ ਹੋਣਾ, ਹੁਣ ਗਰਦਨ ਮਰੋੜ ਦਿੰਦੇ ਹਾਂ। ਕਹਿੰਦਾ ਵੀ ਇੱਥੇ ਤਾਂ ਰੱਬ ਦੇਖਦਾ, ਰੱਬ ਤਾਂ ਹਰ ਥਾਂ ਹੀ ਦੇਖਦਾ, ਕਿੱਥੇ ਹੈ ਥਾਂ ਜਿੱਥੇ ਰੱਬ ਨਹੀਂ ਦੇਖਦਾ। ਉਹ ਕਬੂਤਰ ਲਿਆ ਕੇ ਮਹਾਤਮਾ ਨੂੰ ਦੇਤਾ, ਕਹਿੰਦੇ ਮਹਾਰਾਜ ਮੈਨੂੰ ਗੱਦੀ ਦੀ ਲੋੜ ਨਹੀਂ, ਮੈਨੂੰ ਤਾਂ ਥਾਂ ਦੁਨੀਆਂ 'ਚ ਲੱਭਿਆ ਹੀ ਨਹੀਂ ਜਿੱਥੇ ਕੋਈ ਨਾ ਦੇਖਦਾ। ਕਹਿੰਦੇ ਪਿਆਰਿਆ ਅਸੀਂ ਤਾਂ ਇੱਥੇ ਬੈਠੇ ਸੀ। ਕਹਿੰਦੇ ਮਹਾਰਾਜ ਗੰਨੇ ਦੇ ਵਿੱਚ
ਆ ਜਿਹੜੀਆਂ ਟਿੱਡੀਆਂ ਜਿਹੀਆਂ ਹੁੰਦੀਆਂ ਇਹ ਦੇਖਦੀਆਂ ਸੀ, ਜੰਗਲ ਦੇ ਵਿੱਚ ਪੰਛੀ ਦੇਖਦੇ ਸੀ, ਟੋਏ ਦੇ ਵਿੱਚ ਇਹ ਮੈਨੂੰ ਦੇਖਦਾ ਸੀ, ਮੈਂ ਇਹਨੂੰ ਦੇਖਦਾ ਸੀ, ਮੈਂ ਆਪਣੀਆਂ ਅੱਖਾਂ 'ਤੇ ਪੱਟੀ ਬੰਨੀ, ਰੱਬ ਦੇਖਦਾ ਸੀ। ਹੁਣ ਰੱਬ ਤਾਂ ਹਰ ਥਾਂ ਦੇ ਉੱਤੇ ਆ, ਮੈਨੂੰ ਕੋਈ ਥਾਂ ਨਹੀਂ ਲੱਭੀ, ਇਸ ਕਰਕੇ ਫੜੋ ਕਬੂਤਰ। ਇਹ ਇੱਕ ਬਾਤ ਸਮਝਾਉਣ ਵਾਸਤੇ ਹੈ ਵੀ ਪਰਮੇਸ਼ੁਰ ਦੇ ਉੱਤੇ ਐਸਾ ਨਿਸ਼ਚਾ ਵੀ ਮੈਨੂੰ ਤਾਂ ਉਹ ਹਰ ਥਾਂ ਦੇਖਦਾ, ਮੈਂ ਕਿੱਥੇ ਲੁੱਕ ਕੇ ਪਾਪ ਕਰ ਲੂੰਗਾ, ਕਿੱਥੇ ਲੁੱਕ ਕੇ ਬੇਈਮਾਨੀ ਕਰ ਲੂੰਗਾ, ਉਹ ਤਾਂ ਨਾਲ ਹੀ ਹੈ। ਬੇਖਤ ਸੁਣਤ ਸਦਾ ਹੈ ਸੰਘੇ, ਮੈਂ ਮੂਰਖ ਜਾਂਦੇ ਹਾਂ ਦੂਰੀ। ਦੂਸਰਾ ਹੋਇਆ ਕਰਦਾ ਗੁਰੂ 'ਤੇ ਭਰੋਸਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਪੁੱਛਿਆ, ਕਹਿੰਦੇ ਭਾਈ ਬਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੱਤਾਂ ਦੀਪਾਂ ਨੌਵਾਂ ਖੰਡਾਂ ਜਿੱਥੇ ਤੱਕ ਪ੍ਰਿਥਵੀ ਸੀ ਨਾਲ ਰਹੇ ਅਤੇ ਅਨੇਕਾਂ ਕੌਤਕ ਤੁਸੀਂ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ? ਕਹਿਣ ਲੱਗੇ, ਸੱਚੇ ਪਾਤਸ਼ਾਹ ਉਹ ਤਾਂ ਪੂਰਨ ਸੰਤ ਸੀਗੇ। ਮਹਾਰਾਜ ਕਹਿੰਦੇ, ਚੰਗਾ ਭਾਈ, ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਵੀ 8 ਸਾਲ ਦੀ ਉਮਰ 'ਚ ਆ ਗਏ ਸੀਗੇ, ਬੜੇ ਕੌਤਕ ਗੁਰੂ ਨਾਨਕ ਪਾਤਸ਼ਾਹ ਦੇ ਦੇਖੇ ਨੇ ਆਪਨੇ, ਅਤੇ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਸੀ? ਕਹਿੰਦੇ, ਸੱਚੇ ਪਾਤਸ਼ਾਹ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਅੱਛਾ ਭਾਈ, ਤੂੰ ਬ੍ਰਹਮ ਗਿਆਨੀ। ਭਾਈ ਮਨਸੁਖ ਨੂੰ ਪੁੱਛਿਆ, ਭਾਈ ਫਕੀਰਥ ਨੂੰ ਪੁੱਛਿਆ, ਭਾਈ ਸਧਾਰਨ ਨੂੰ ਪੁੱਛਿਆ, ਹੋਰ ਅਨੇਕਾਂ ਸਿੱਖਾਂ ਤੋਂ ਇਹੀ ਕਹਿੰਦੇ ਸੀ ਜੀ, ਉਹ ਤਾਂ ਪੂਰੇ ਸੀਗੇ ਜੀ, ਪੂਰੇ ਸਾਧੂ ਸੀਗੇ ਜੀ। ਅਖੀਰ ਸਾਰਿਆਂ ਨੇ ਰਲ ਕੇ ਪੁੱਛਿਆ, ਕਹਿੰਦੇ ਵੀ ਸੱਚੇ ਪਾਤਸ਼ਾਹ ਤੁਸੀਂ ਕੀ ਸਮਝਦੇ ਸੀ? ਉਸ ਵੇਲੇ ਮਹਾਰਾਜ ਬੜੇ ਗੰਭੀਰ ਹੋ ਗਏ, ਨੇਤਰਾਂ ਦੇ ਕੋਇਆਂ 'ਚੋਂ ਪਾਣੀ ਦੇ 2 ਕਤਰੇ ਹੇਠਾਂ ਨੂੰ ਤੁਰ ਪਏ। ਕਾਫੀ ਸਮੇਂ ਤੋਂ ਬਾਅਦ ਆ ਬੋਲੇ, ਕਹਿੰਦੇ ਪਿਆਰਿਓ, ਗੁਰੂ ਨਾਨਕ ਆਪ ਨਾਰਾਇਣ ਕਲਾ ਆਧਾਰ ਜਗ ਮੈਂ ਪਰਵਰੇ। ਉਹ ਤਾਂ ਆਪ ਪਰਬ੍ਰਹਮ ਪਰਮੇਸ਼ੁਰ ਸਰੀਰ ਵਿੱਚ ਪ੍ਰਗਟ ਹੋ ਗਿਆ ਸੀ, ਉਹ ਪੂਰਨ ਪਰਮੇਸ਼ੁਰ ਸੀਗੇ, ਗੁਰੂ ਪਰਮੇਸ਼ੁਰ ਸੀ, ਪਰਬ੍ਰਹਮ ਸੀ। ਉਸ ਵੇਲੇ ਸਾਰਿਆਂ ਨੇ ਸੀਸ ਨਵਾਤਾ, ਪਾਤਸ਼ਾਹ ਤੁਸੀਂ ਇਸੇ ਕਰਕੇ ਪਰਬ੍ਰਹਮ ਦਾ ਰੂਪ ਬਣ ਗਏ। 4 ਭਰੋਸੇ ਹੁੰਦੇ ਨੇ ਗੁਰੂ 'ਤੇ। ਪਹਿਲਾ ਹੁੰਦਾ, ਮੇਰਾ ਗੁਰੂ ਚੰਗਾ ਸੰਤ ਹੈ। ਦੂਸਰਾ ਹੋਇਆ ਕਰਦਾ, ਮੇਰਾ ਗੁਰੂ ਸਾਰੇ ਸੰਤਾਂ ਤੋਂ ਵਧੀਆ ਸੰਤ ਹੈ। ਤੀਸਰਾ ਹੁੰਦਾ, ਮੇਰਾ ਗੁਰੂ ਜੋ ਹੈ ਰੱਬ ਵਰਗ ਹੈ। ਚੌਥਾ ਹੋਇਆ ਹੁੰਦਾ ਕਿ ਉਹ ਤਾਂ ਹੈ ਹੀ ਪਰਮੇਸ਼ੁਰ। ਸੋ ਜਿੰਨਾ ਵੱਡਾ ਭਰੋਸਾ, ਉਨੀ ਵੱਡੀ ਪ੍ਰਾਪਤੀ। ਸੋ ਇਹ ਗੁਰੂ ਦੇ ਉੱਤੇ ਭਰੋਸਾ ਹੁੰਦਾ। ਤੀਸਰਾ ਭਰੋਸਾ ਹੋਇਆ ਕਰਦਾ ਸਤ ਸ਼ਾਸਤਰ 'ਤੇ। ਸਤ ਸ਼ਾਸਤਰ ਹੈ ਗੁਰੂ ਦੀ ਬਾਣੀ। ਇਸ ਬਾਣੀ ਦੇ ਉੱਤੇ, ਕਿਸੇ ਗੱਲ ਦੇ ਉੱਤੇ ਕਿੰਤੂ ਨਾ ਕਰਨਾ, ਪੂਰਾ ਭਰੋਸਾ ਰੱਖਣਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਇੱਕ ਸਿੱਖ ਆਇਆ, ਭੋਗ ਪੈਣ ਤੋਂ ਪਹਿਲਾਂ ਚਲਿਆ ਗਿਆ। ਦੂਜੀ ਵਾਰੀ ਆਇਆ, ਫਿਰ ਅਰਦਾਸ ਹੁੰਦੇ ਹੀ ਨੱਠ ਗਿਆ। ਤੀਜੀ ਵਾਰੀ ਆਇਆ, ਫਿਰ ਨੱਠ ਗਿਆ। ਮਹਾਰਾਜ ਚੌਥੀ ਵਾਰੀ ਜਦ ਆਇਆ, ਮਹਾਰਾਜ ਕਹਿੰਦੇ ਇਹਨੂੰ ਜਾਣ ਨਾ ਦਿਓ। ਦੀਵਾਨ ਦੀ ਸਮਾਪਤੀ ਹੋਈ, ਸਿੱਖ ਨੂੰ ਰੋਕ ਲਿਆ। ਕਹਿੰਦੇ, ਕਿਉਂ ਬਈ ਗੁਰਸਿੱਖਾ, ਤੂੰ ਇੰਨੀ ਕਾਹਲੀ ਕਰਦਾ ਅਤੇ ਘਰ ਨੂੰ ਕਿਉਂ ਨੱਠ ਜਾਂਦਾ? ਕਹਿੰਦਾ, ਸੱਚੇ ਪਾਤਸ਼ਾਹ ਘਰ ਮੇਰਾ ਦੂਰ ਹੈ ਅਤੇ ਮੈਂ ਗਰੀਬ ਮਜ਼ਦੂਰ ਹਾਂ, ਓਨੀ ਕੁ ਕਮਾਈ ਕਰਦਾ, ਪਰਿਵਾਰ ਮੇਰਾ ਵੱਡਾ ਹੈ, ਮਹੀਨੇ ਭਰ ਦੇ ਅੰਦਰ ਕੁਛ ਜੋੜ ਕੇ ਦੇ ਕੇ ਆਉਣਾ, ਵੀ ਮੈਂ ਅੱਜ ਚਲੇ ਜਾਣਾ, ਕੱਲ੍ਹ ਨੂੰ ਆਊਂਗਾ, 2 ਦਿਨ ਜੋਗਾ ਖਾਣ ਪੀਣ ਦਾ ਮੈਂ ਉਹਨਾਂ ਨੂੰ ਦੇ ਆਉਣਾ। ਇਸ ਕਰਕੇ ਸੱਚੇ ਪਾਤਸ਼ਾਹ, ਜੇ ਮੈਂ 2 ਦਿਨ ਰੁਕ ਜਾਵਾਂ, 3 ਦਿਨ ਤਾਂ ਸਾਰੇ ਭੁੱਖੇ ਰਹਿਣਗੇ। ਮਹਾਰਾਜ ਕਹਿੰਦੇ, ਪ੍ਰੇਮੀਆ, ਬਾਣੀ ਵਿਚਾਰ ਕੇ, ਬਾਣੀ ਦੀ ਵਿਚਾਰ ਹੈ। ਕਹਿੰਦਾ, ਮਹਾਰਾਜ ਮੇਰੇ ਤਾਂ ਬਾਣੀ ਬਹੁਤ ਯਾਦ ਹੈ, ਮੇਰਾ ਤਾਂ ਜਿਹੜਾ ਨਿਤਨੇਮ ਹੈ ਉਹੀ 10-15 ਬਾਣੀਆਂ ਦਾ। ਕਹਿੰਦੇ, ਬਾਣੀ ਨੂੰ ਪੜ੍ਹੀ ਜਾਂਦਾ ਕਿ ਇਹਦੀ ਵਿਚਾਰ ਵੀ ਕਰਦਾ? ਕਹਿੰਦਾ, ਮਹਾਰਾਜ ਮੈਂ ਕਥਾ ਵੀ ਕਰਦਾ। ਕਹਿੰਦੇ, ਕਥਾ ਹੀ ਕਰਦਾ ਕਿ ਬਾਣੀ ਨੂੰ ਮੰਨਦਾ ਵੀ ਹਾਂ? ਕਹਿੰਦਾ, ਮੰਨਦਾ। ਮਹਾਰਾਜ ਕਹਿੰਦੇ, ਕਦੇ ਰਹਿ ਰਾਸ ਦੇ ਅੰਦਰ ਇਸ ਤੁਕ ਦਾ ਵਿਚਾਰ ਕੀਤਾ? ਰੋਜੀ ਦਿੰਦਾ ਹੈ ਪੱਥਰ
ਜੇ ਤੁਕ ਤੈਂ ਕਦੇ ਵਿਚਾਰੀ ਹੈ ਕਾਹੇ ਰੇਮਨ ਚਿਤ ਰਹਿ ਉਦਮ ਜਾ ਆਹਾਰ ਹਰ ਜਿਉ ਪਰਿਆ ਸ਼ੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਅੱਗੇ ਕਰ ਤਰਿਆ। ਕਹਿੰਦਾ ਮਹਾਰਾਜ ਮੈਂ ਤਾਂ ਚੰਗੀ ਤਰ੍ਹਾਂ ਅਰਥ ਜਾਣਦਾ ਬਈ ਪੱਥਰ ਦੇ ਵਿੱਚ ਜਿਹੜਾ ਕੀੜਾ ਹੁੰਦਾ ਜਿੱਥੇ ਰਸਤਾ ਨਹੀਂ ਹੈ ਉੱਥੇ ਵੀ ਉਹਦੀ ਖੁਰਾਕ ਰੱਖੀ ਹੁੰਦੀ ਹੈ ਰੱਬ ਨੇ। ਕਹਿੰਦੇ ਫਿਰ ਤੂੰ ਨਹੀਂ ਮੰਨਦਾ? ਕਹਿੰਦਾ ਮਹਾਰਾਜ ਹੱਥ ਪੈਰ ਤਾਂ ਹਿਲਾਉਣੇ ਹੀ ਪੈਂਦੇ ਨੇ। ਮਹਾਰਾਜ ਕਹਿਣ ਲੱਗੇ ਦੇਖੋ ਪਿਆਰਿਓ ਪੰਜ ਕਿਸਮ ਦੀ ਸਿੱਖੀ ਹੋਇਆ ਕਰਦੀ ਹੈ। ਇੱਕ ਤਾਂ ਉਹ ਸਿੱਖ ਨੇ ਜਿਹੜੇ ਭੇਖ ਨੂੰ ਦੇਖ ਕੇ ਸਿੱਖੀ ਦੇਖਾ ਦੇਖੀ ਦੀ ਸਿੱਖੀ ਤਾਰ ਲੈਂਦੇ। ਉਹਨੂੰ ਦੇਖਾ ਦੇਖੀ ਦੀ ਸਿੱਖੀ ਕਹਿੰਦੇ ਨੇ। ਦੂਸਰੀ ਜੋ ਸਿੱਖੀ ਹੈ ਉਹ ਹੈ ਹਿਰਸ ਦੀ ਸਿੱਖੀ। ਤੀਸਰੀ ਭੇਖ ਦੀ ਸਿੱਖੀ ਹੈ। ਭੇਖ ਸੋਹਣਾ ਲੱਗਿਆ ਕਿਸੇ ਦੇ ਪਾਈ ਹੋਈ ਕਿਰਪਾਨ ਵਧੀਆ ਲੱਗੀ ਸੋਹਣਾ ਸੱਜਦਾ ਵੱਜਦਾ ਕਹਿੰਦਾ ਆਪਾਂ ਵੀ ਇਹਦੀ ਪਾ ਲਈਏ। ਦੇਖਾ ਦੇਖੀ ਦੀ ਵੀ ਕਿਤੇ ਮੈਨੂੰ ਇਹ ਕਹਿਣ ਨਾ ਵੀ ਨਗੁਰਾ ਤੁਰਿਆ ਫਿਰਦਾ ਹੈ ਨਗੁਰੇ ਕਾ ਹੈ ਨੌ ਗੁਰਾ ਸਿੱਖੀ ਧਾਰਨ ਕਰ ਲਈ। ਤੀਸਰੀ ਕੋਈ ਮਤਲਬ ਹੋਇਆ ਵੀ ਮੇਰੇ ਫਲਾਣਾ ਬੰਦਾ ਜਿਹੜਾ ਹੈ ਫਲਾਣੇ ਧਰਮ ਨਾਲ ਸੰਬੰਧ ਰੱਖਦਾ ਹੈ ਇਹ ਲੋਕ ਮੇਰੇ ਆਲੇ ਦੁਆਲੇ ਦੇ ਜਿਹੜੇ ਨੇ ਫਲਾਣੇ ਨੂੰ ਮੰਨਣ ਵਾਲੇ ਨੇ ਆਪ ਵੀ ਉਹਨੂੰ ਜਾ ਕੇ ਮੰਨ ਲੈਣਾ ਉਹਦੀ ਸਿੱਖੀ ਧਾਰ ਲੈਣੀ ਵਣਜ ਵਪਾਰ ਵਾਸਤੇ ਕਾਰਜ ਵਾਸਤੇ। ਚੌਥੀ ਹੋਇਆ ਕਰਦੀ ਹੈ ਸਿਦਕ ਦੀ ਸਿੱਖੀ। ਪੰਜਵੀਂ ਹੋਇਆ ਕਰਦੀ ਹੈ ਭਾਵਨਾ ਦੀ ਸਿੱਖੀ। ਭਾਵਨਾ ਦੀ ਸਿੱਖੀ ਹੁੰਦੀ ਹੈ ਵੀ ਗੁਰੂ ਮੇਰਾ ਪਰਮੇਸ਼ਰ ਹੈ ਪਿਆਰ ਉਹਦੇ ਨਾਲ। ਸਿਦਕ ਦੀ ਸਿੱਖੀ ਹੁੰਦੀ ਹੈ ਗੁਰੂ ਦੇ ਬਚਨ ਉੱਤੇ ਵੱਡੀ ਤੋਂ ਵੱਡੀ ਕੁਰਬਾਨੀ ਦੇ ਦੇਣ। ਕਹਿੰਦੇ ਸੱਚੇ ਪਾਤਸ਼ਾਹ ਪਤਾ ਕਿਵੇਂ ਲੱਗੇ ਵੀ ਕਿਹੜਾ ਕਿੱਥੇ ਖੇਡਦਾ ਹੈ? ਕਹਿੰਦੇ ਮਹਾਰਾਜ ਕਹਿੰਦੇ ਦੱਸ ਦਿੰਦੇ ਵਿਸਾਖੀ ਦਾ ਦੀਵਾਨ ਲੱਗਿਆ ਹੋਇਆ ਹੈ। ਮਹਾਰਾਜ ਨੇ ਹੁਕਮ ਕਰਤਾ ਵੀ ਸਾਡੀ ਆਗਿਆ ਬਿਨਾਂ ਕੋਈ ਨਾ ਜਾਵੇ। ਉਸ ਵੇਲੇ ਪਹਿਰੇ ਲੱਗ ਕੇ ਆਨੰਦਪੁਰ ਸਾਹਿਬ ਹਰ ਬੰਦੇ ਦੀ ਮੂਵਮੈਂਟ ਬਾਹਰ ਜਾਣ ਤੋਂ ਰੋਕ ਲਈ। ਪੰਜ ਸੱਤ ਦਿਨ ਜਾਂ ਲੰਘੇ ਕਹਿੰਦੇ ਬੜਾ ਮਾੜਾ ਕੰਮ ਹੋਇਆ, ਮੈਂ ਤਾਂ ਪੜੋਸੀਆਂ ਨੂੰ ਪਸ਼ੂ ਸੰਭਾਲ ਕੇ ਆਇਆ ਸੀ। ਕੋਈ ਕਹਿੰਦਾ ਸਾਡੀ ਤਾਂ ਕਣਕ ਵੱਢਣ ਵਾਲੀ ਸੀ, ਮੈਂ ਤਾਂ ਨੱਠ ਕੇ ਜਾ ਕੇ ਕਣਕ ਨੂੰ ਹੱਥ ਲਾਉਣਾ ਸੀ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਅਖੀਰ ਜਿਹੜਾ ਜਾਂਦਾ ਰੋਕ ਦਿੰਦੇ ਨੇ। ਹਫ਼ਤਾ ਲੰਘ ਗਿਆ, ਹਫ਼ਤੇ ਦੇ ਬਾਅਦ ਇਹ ਹੋ ਗਿਆ ਵੀ ਮਹਾਰਾਜ ਪਤਾ ਨਹੀਂ ਇਹਨਾਂ ਨੂੰ ਕੀ ਜਿੱਦ ਪਈ ਹੋਈ ਹੈ, ਸਾਨੂੰ ਜਾਣ ਨਹੀਂ ਦਿੰਦੇ ਨਾ ਚੋਰੀ ਜਾਣ ਦਿੰਦੇ ਨੇ, ਵੀ ਗੱਲ ਤਾਂ ਕੋਈ ਸਮਝ 'ਚ ਨਹੀਂ ਆਉਂਦੀ। ਅਖੀਰ ਇੱਕ ਬੰਦਾ ਕਹਿਣ ਲੱਗਿਆ ਕਿ ਮੈਨੂੰ ਪਤਾ ਹੈ ਜੁਗਤੀ ਦਾ, ਪਰ ਮੇਰਾ ਸਾਥ ਦਿਓ। ਕਹਿੰਦੇ ਦੱਸੋ। ਕਹਿੰਦਾ ਮੈਂ ਸਾਹ ਖਿੱਚ ਲੈਂਦਾ, ਬਿਲਕੁਲ ਮੇਰੇ ਹੱਥ ਦਿਨ 'ਤੇ ਧਰ ਕੇ ਦੇਖ ਲਿਓ, ਮੈਂ ਜਿਹਾ ਜਿਹਾ ਮਰਿਆ ਹੋਇਆ ਜਿਹਾ ਜਿਹਾ ਮੈਂ, ਅਤੇ ਮੈਂ ਖਿੱਚੂੰਗਾ ਸਾਹ, ਤੁਸੀਂ ਮੇਰੇ ਅਰਥੀ 'ਤੇ ਪਾ ਕੇ ਗੁਰੂ ਸਾਹਿਬ ਦੇ ਸਾਹਮਣੇ ਦੀ ਸ਼ਬਦ ਪੜ੍ਹਦੇ ਲੰਘਿਓ। ਬਹਾਨਾ ਬਣਾ ਲਿਆ, ਗੱਲਾਂ ਬਣਾ ਲਈਆਂ ਅਤੇ ਅਰਥੀ 'ਤੇ ਪਾ ਲਿਆ ਅਤੇ ਚੁੱਕੀ ਜਾਂਦੇ ਆ ਗੁਰੂ ਮਹਾਰਾਜ ਦਾ ਦਰਬਾਰ। ਹੁਣ ਕਿੰਨੀ ਬੇਵਿਸ਼ਵਾਸੀ ਹੈ, ਗੁਰੂ ਨੂੰ ਮਨੁੱਖ ਸਮਝਦੇ ਵੀ ਗੁਰੂ ਤਾਂ ਉਹਦਾ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਵਿਛਾਣ, ਅੰਦਰਲੀਆਂ ਗੱਲਾਂ ਸਾਰੀਆਂ ਹੀ ਜਾਣਦਾ। ਉਸ ਵੇਲੇ ਲਈ ਜਾਂਦੇ ਨੇ ਅਰਥੀ, ਡੇਢ ਦੋ ਸੌ ਬੰਦਾ ਪਿੱਛੇ ਹੋ ਗਿਆ, ਸ਼ਬਦ ਪੜ੍ਹਦੇ ਜਾਂਦੇ ਨਾਂਗੇ ਆਵਣ ਨਾਂਗੇ ਜਾਣਾ। ਮਹਾਰਾਜ ਕਹਿੰਦੇ ਇਹ ਸ਼ਬਦ ਐਂ ਕਿਉਂ ਪੜ੍ਹਦੇ ਜਾਂਦੇ ਨੇ, ਕੀ ਗੱਲ ਆ ਕਿ ਚੁੱਕਿਆ? ਕਹਿੰਦੇ ਮਹਾਰਾਜ ਇੱਕ ਗੁਰਸਿੱਖ ਵਿਚਾਰਾ, ਛੋਟੇ ਛੋਟੇ ਬੱਚੇ ਸੀ ਪਿੱਛੇ, ਮਾਂ ਬਾਪ ਜਿਹੜੇ ਸੀ ਉਹ ਬਹੁਤ ਬੁੱਢੇ ਸੀ, ਕਾਰੋਬਾਰ ਚੱਲਦਾ ਨਹੀਂ ਸੀ, ਇੱਥੇ ਦਰਸ਼ਨ ਕਰਨ ਆਇਆ ਪਾਤਸ਼ਾਹ ਚੜ੍ਹਾਈ ਕਰਕੇ। ਕਹਿੰਦੇ ਹੁਣ ਕਹਿੰਦੇ ਪਿੰਡ ਨੂੰ ਲਈ ਜਾਂਦੇ ਨੇ ਵੀ ਉੱਥੇ ਸੰਸਕਾਰ ਕਰਾਂਗੇ ਪਰਿਵਾਰ ਦੇ ਸਾਹਮਣੇ ਜਾ ਕੇ। ਮਹਾਰਾਜ ਕਹਿੰਦੇ ਇੰਨਾ ਬੋਝ ਚੱਕੀ ਜਾਣਗੇ ਮੋਢਿਆਂ 'ਤੇ, ਸੰਸਕਾਰ ਇਹ ਕਰਨਾ ਹੈ? ਕਹਿੰਦੇ ਅਸੀਂ ਉਹ ਕਰ ਦਿੰਦੇ ਹਾਂ ਆਪਣੇ ਸਾਹਮਣੇ। ਮਹਾਰਾਜ ਉੱਥੇ ਫੂਸ ਪਿਆ ਸੀ, ਮਹਾਰਾਜ ਕਹਿੰਦੇ ਆ ਫੂਸ ਇਕੱਠਾ ਕਰੋ, ਅਰਥੀ ਰੱਖ ਦਿਓ, ਜਾਓ ਲੰਗਰ 'ਚੋਂ ਲੈ ਕੇ ਆਓ। ਲੱਗ ਅੱਗ ਆ ਗਈ। ਮਹਾਰਾਜ ਕਹਿੰਦੇ ਵੀ ਆ ਜਿੱਧਰ ਹਵਾ ਸੀ ਨਾ ਉਲਟੇ ਪਾਸੇ ਲਵਾਤੀ ਵੀ ਕਿਤੇ ਜਲ ਬਣਾ ਜਾਵੇ। ਉਹ ਜਦ ਚਿੜਚਿੜ ਹੋਣ ਲੱਗੀ ਉਹਨੇ ਕਿਹਾ ਵੀ ਹੁਣ ਤਾਂ ਕੋਈ ਤਰੀਕਾ ਹੀ ਨਹੀਂ ਹੈ, ਹੁਣ ਤਾਂ ਜਲ ਜੂ ਜੇ ਮੈਂ ਫਿਰ ਪਿਆ ਝਟਕਾ ਮਾਰਿਆ ਰੱਸੀਆਂ ਜਿਹਾ ਤੋੜਤੀਆਂ ਅਤੇ ਵਿੱਚੋਂ ਉੱਠ ਕੇ ਨੱਠ ਲਿਆ।
ਦੌੜਿਆ ਹੀ ਜਾਂਦਾ। ਗੁਰੂ ਮਹਾਰਾਜ ਵੀ ਬਹੁਤ ਮੁਸਕਰਾਏ, ਤਾਲੀ ਮਾਰੀ, ਕਹਿੰਦੇ ਲਓ ਬਈ ਗੁਰਸਿੱਖੋ, ਤੁਸੀਂ ਤਾਂ ਸੰਸਕਾਰ ਕਰਨਾ ਸੀ, ਅਸੀਂ ਤੁਹਾਡਾ ਮੁਰਦਾ ਉਹ ਦੇਖੋ ਸਣੇ ਤੇ, ਕਹਿੰਦੇ ਸੱਚਖੰਡ ਨੂੰ ਨੱਠਿਆ ਜਾ ਰਿਹਾ। ਕਹਿੰਦੇ ਲਿਆਓ ਫੜ ਕੇ ਬਿਠਾ ਲਏ ਸਾਰੇ। ਕਹਿੰਦੇ ਕਿਉਂ ਬਈ, ਤੁਹਾਡਾ ਗੁਰੂ ਨਾਲ ਕੀ ਸੰਬੰਧ ਹੋਇਆ? ਕਹਿੰਦੇ ਸਾਧ ਸੰਗਤ ਜੀ, ਆਹ ਤਿੰਨ ਤਰ੍ਹਾਂ ਦੀ ਸਿੱਖੀ ਦੇ ਬੰਦੇ ਨੇ, ਭੇਖ ਵਾਲੇ, ਦੇਖਾ ਦੇਖੀ ਵਾਲੇ, ਹਿਰਸ ਵਾਲੇ, ਸਿਦਕ ਵਾਲੇ ਅਤੇ ਭਾਵਨੀ ਵਾਲੇ ਨਹੀਂ ਇਹ ਗੱਲ ਕਰ। ਸਿਦਕ ਵਾਲੇ ਨੂੰ ਗੁਰੂ ਦੇ ਬਚਨ ਦੇ ਉੱਤੇ ਪੂਰਾ ਵਿਸ਼ਵਾਸ ਹੁੰਦਾ, ਜੋ ਗੁਰੂ ਕਹਿੰਦਾ ਉਹ ਕਰਦੇ ਨੇ। ਬਾਕੀ ਤਾਂ ਐਵੇਂ ਨੇ, ਸਾਰੇ ਸਿੱਖ ਨਹੀਂ ਹੋਇਆ ਕਰਦੇ। ਸਾਨੂੰ ਭੁਲੇਖਾ ਪੈਣ ਲੱਗ ਗਿਆ ਬਈ, ਜਿਹਨੇ ਕੇਸ ਰੱਖ ਲਈ, ਦਾੜੀ ਰੱਖ ਲਈ, ਵੀ ਇਹ ਸਿੱਖ ਹੈ। ਸਿੱਖ ਤਾਂ ਉਨੀ ਦੇਰ ਬਣਦਾ ਹੀ ਨਹੀਂ ਜਦ ਤੱਕ ਕਿਸੇ ਗੁਰੂ ਦਾ ਮੰਤਰ ਨਾ ਲਿਆ ਜਾਵੇ। ਗੁਰੂ ਘਰ ਦੇ ਅੰਦਰ ਗੁਰੂ ਦਸਮੇਸ਼ ਪਿਤਾ ਦਾ, ਗੁਰੂ ਨਾਨਕ ਦਾ ਸਿੱਖ ਉਹੀ ਹੈ ਜਿਹਨੇ ਪੰਜ ਪਿਆਰਿਆਂ ਤੋਂ ਆ ਕੇ ਅੰਮ੍ਰਿਤ ਛਕ ਲਿਆ ਅਤੇ ਨਾਮ ਲੈ ਲਿਆ, ਦਾਖਲ ਹੋ ਗਿਆ। ਉਹਨੂੰ ਸਿੱਖੀ 'ਚ ਦਾਖਲਾ ਮਿਲਦਾ। ਫਿਰ ਸਿੱਖੀ ਕਮਾਉਣੀ ਤਾਂ ਔਖੀ ਹੈ, ਸਿੱਖੀ ਦੀ ਕਮਾਈ ਤਾਂ ਗਾਹਾਂ ਸ਼ੁਰੂ ਹੋਣੀ ਹੈ, ਪਹਿਲਾਂ ਦਾਖਲਾ। ਉਹ ਨਾਮ ਦੇਣਾ ਪੰਜ ਪਿਆਰਿਆਂ ਨੇ, ਉਦੋਂ ਗਾਹਾਂ ਕਮਾਈ ਚੱਲਣੀ ਹੈ। ਉਹ ਜੇ ਸਿੱਖ ਅੰਮ੍ਰਿਤ ਛਕ ਕੇ ਉੱਥੇ ਹੀ ਟਿਕ ਗਿਆ, ਫਿਰ ਉਹਨੇ ਗਾਹਾਂ ਤਾਂ ਤਿਆਰੀ ਨਾ ਕਰੀ, ਇੰਨਾ ਕੁ ਤਾਂ ਹੋ ਗਿਆ ਵੀ ਨਗੋਰਾ ਨਾ ਰਿਹਾ, ਚੱਲਣਾ ਤਾਂ ਗਾਹਾਂ ਸੀ ਹੋਰ ਅੱਗੇ, ਇੱਥੇ ਹੀ ਰੁਕ ਗਿਆ। ਮਹਾਰਾਜ ਕਹਿੰਦੇ ਬਹੁਤ ਸਾਰੇ ਐਸੇ ਨੇ ਆਪਾਂ ਨੂੰ ਜਾਣਦੇ ਹਾਂ, ਗੁਰੂ ਨਾਲ ਜੁੜੇ ਨਹੀਂ ਹੈ ਅਤੇ ਸਿੱਖੀ ਦਾ ਠੇਕੇਦਾਰ ਬਣੇ ਫਿਰਦੇ ਨੇ, ਰੋਲੇ ਪਾਉਂਦੇ ਲੋਕਾਂ ਦੇ ਨਾਲ। ਤੁਸੀਂ ਆਪ ਤਾਂ ਸਿੱਖ ਨਹੀਂ। ਜਾਂ ਮੈਂ ਚੰਡੀਗੜ੍ਹ ਗਿਆ, ਉਹ ਕਮੇਟੀਆਂ ਜਿਹੜੀਆਂ ਸੀ, ਇੱਕ ਵਾਰੀ ਸਾਰੇ ਬੈਠੇ, ਮੈਂ ਕਿਹਾ ਤੁਸੀਂ ਕਿੰਨਿਆਂ ਨੇ ਅੰਮ੍ਰਿਤ ਛਕਿਆ? ਕੋਈ ਵੀ ਨਾ ਉੱਠਿਆ। ਮੈਂ ਕਿਹਾ ਤੁਸੀਂ ਸਾਰੇ ਹੀ ਨਗੁਰੇ ਅਤੇ ਗੁਰਦੁਆਰੇ ਦਾ ਪ੍ਰਬੰਧ ਕਰ ਰਹੇ ਹਾਂ, ਤੁਹਾਡਾ ਹੱਕ ਕੀ ਹੈ? ਇਹ ਤਾਂ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ, ਉਹਨਾਂ ਦਾ ਜਿਹਨਾਂ ਨੇ ਅੰਮ੍ਰਿਤ ਛਕ ਲਿਆ, ਇਸ ਨੂੰ ਗੁਰੂ ਧਾਰਨ ਕਰ ਲਿਆ। ਮੱਥੇ ਟੇਕਣ ਨਾਲ ਤਾਂ ਗੁਰੂ ਨਹੀਂ ਬਣਦਾ, ਵਿਆਸਾ ਚਲੇ ਜਾਓ, ਮੱਥੇ ਟੇਕੀ ਜਾਓ, ਜਦ ਤੱਕ ਰਾਧਾ ਸਵਾਮੀਆਂ ਦਾ ਨਾਂ ਨਹੀਂ ਲੈਂਦੇ, ਰਾਧਾ ਸਵਾਮੀ ਕਿਵੇਂ ਬਣਜੂ? ਉਹ ਤਾਂ ਉਹੀ ਬਣੂਗਾ ਜਿਹਨੇ ਉਹਨਾਂ ਦਾ ਨਾਮ ਲੈ ਲਿਆ, ਨਾਮਧਾਰੀ ਉਹੀ ਬਣੇਗਾ ਜਿਹਨਾਂ ਨੇ ਗੁਰੂ ਤੋਂ ਨਾਮ ਲੈ ਲਿਆ। ਇਸ ਤਰ੍ਹਾਂ ਦੇ ਨਾਲ ਸਾਰੇ ਨੀਵੀਆਂ ਪਾ ਗਏ, ਮੈਂ ਅੰਮ੍ਰਿਤ ਛਕੋ, ਸਾਰਿਆਂ ਨੇ ਛਕ ਲਿਆ। ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਈ 4500 ਬੰਦੇ ਨੂੰ ਉੱਥੇ ਅੰਮ੍ਰਿਤ ਛਕਾਇਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਆ, ਤੈਨੂੰ ਵਿਸ਼ਵਾਸ ਤਾਂ ਹੈ ਨਹੀਂ, ਬਾਣੀ ਦੇ ਤੂੰ ਅਰਥ ਕਰਦਾ। ਮਹਾਰਾਜ ਹੱਥ ਪੈਰ ਤਾਂ ਮਾਰਨੇ ਪੈਂਦੇ ਨੇ, ਆਪ ਇਹ ਕਹਿੰਦੇ ਹੋ ਬਈ ਤੁਕ ਤਾਂ ਠੀਕ ਕਹਿੰਦੀ ਹੈ ਅਤੇ ਮਨੁੱਖ ਦਾ ਵੀ ਕੋਈ ਫਰਜ਼ ਬਣਦਾ। ਕਹਿੰਦੇ ਫਿਰ ਇਹ ਫਰਜ਼ ਫੁਰਜ਼ ਨਹੀਂ, ਗੁਰੂ ਦੀ ਬਾਣੀ 'ਤੇ ਤਾਂ 100% ਵਿਸ਼ਵਾਸ ਕਰਨਾ ਪੈਂਦਾ। ਚੰਗਾ ਸਾਡੀ ਚਿੱਠੀ ਲੈ ਜਾ। ਗੁਰਸਿੱਖਾਂ ਦਾ ਕੋਈ ਨਗਰ ਸੀ, ਸਰਦਾਰ ਨੂੰ ਚਿੱਠੀ ਲਿਖਤੀ ਵੀ ਆਹ ਜਿਹੜਾ ਬੰਦਾ ਹੈ, ਜਾ ਕੇ ਇਹਨੇ ਚਿੱਠੀ ਦਿੱਤੀ, ਉਹਦੇ 'ਚ ਲਿਖਿਆ ਹੋਇਆ ਵੀ ਇਹ ਬੰਦੇ ਨੂੰ 9 ਮਹੀਨੇ ਨਹੀਂ ਕਰਦੇ, ਇਹ ਤਾਂ ਧਰਮਸ਼ਾਲਾ 'ਚ ਗੁਰਦੁਆਰੇ 'ਚ ਕਥਾ ਕਰਾਓ, ਪਹਿਰਾ ਲਾ ਕੇ ਰੱਖੋ, ਚਲਿਆ ਨਾ ਜਾਵੇ, ਦੇਖੋ ਚੌਕਸੀ ਵਰਤਿਓ। ਚਿੱਠੀ ਪੜ੍ਹ ਕੇ ਸੁਣਾਤੀ, ਕਹਿੰਦੇ ਗੁਰਸਿੱਖਾ ਤੇਰੇ ਵਾਸਤੇ ਹੁਕਮ 9 ਮਹੀਨੇ ਦਾ, ਜੇ ਤਾਂ ਤੈਂ ਭਲੀ ਭਾਂਤ ਰਹਿਣਾ ਤਾਂ ਬਹੁਤ ਵਧੀਆ, ਨਹੀਂ ਤਾਂ ਪਿਆਰਿਆ ਰਾਤ ਨੂੰ ਤੈਨੂੰ ਅਸੀਂ ਬੰਦ ਕਰ ਦਿਆ ਕਰਾਂਗੇ, ਪਹਿਰੇ ਤੇਰੇ 'ਤੇ ਲੱਗੇ ਹੋਏ ਨੇ, ਦਿਨ ਵਿੱਚ ਜਾ ਤੂੰ ਸਕਦਾ ਨਹੀਂ ਕਿਤੇ ਵੀ, ਹਰ ਵਕਤ ਪਹਿਰਾ ਤੇਰੇ ਨਾਲ ਰਹਿਣਾ। ਅਤੇ ਆ ਇਹਦੇ ਵਿੱਚ ਲਿਖਿਆ ਹੋਇਆ ਵੀ ਕਥਾ ਕਰੂਗਾ, ਇਹ ਕਥਾ ਸੁਣੋ ਇਹ 'ਤੇ। ਕਹਿੰਦਾ ਬਾਬਾ ਗੁਰੂ ਹੈ, ਕਹਿੰਦਾ ਮੇਰੇ ਬੱਚਿਆਂ ਨੂੰ ਮਾਰਨ ਨੂੰ ਤਿਆਰ ਹੋ ਗਿਆ। ਇਹ ਕਾਹਦਾ ਗੁਰੂ ਹੋਇਆ? ਕਹਿੰਦੇ ਹੁਣ ਤਾਂ ਕੁਛ ਕਹੀ ਜਾ। ਖੈਰ ਉਸ ਥਾਂ 'ਤੇ ਰਹਿਣਾ ਸ਼ੁਰੂ ਕਰ ਦਿੱਤਾ, ਉਦਾਸ ਰਿਹਾ ਕਰੇ ਵੀ ਮੇਰੇ ਤਾਂ ਬੱਚੇ ਮਰ ਗਏ ਹੋਏ ਆ ਭੁੱਖੇ, ਮੇਰਾ ਤਾਂ ਪਿੰਡ ਜਿਹੜਾ ਉਹ ਮਜ਼ਦੂਰੀ ਮਸਾਂ ਦਿੰਦਾ ਹੈ, ਉਹਨਾਂ ਨੂੰ ਕਿਹੜਾ ਦਊਗਾ, ਕਿਹੜਾ ਪਾਲੂਗਾ? ਉਧਰਲੇ ਪਾਸੇ ਕੀ ਹੋਇਆ ਜਾਂ ਦੇਖਿਆ ਵੀ ਸਿੱਖ ਆਇਆ ਨਹੀਂ ਹੈ, ਕਹਿਣ ਲੱਗੇ ਇਹਨਾਂ ਦੇ ਤਾਂ ਪ੍ਰਸ਼ਾਦ ਪਾਣੀ ਵੀ ਨਹੀਂ, ਇੱਕ ਬੋਰੀ ਕਣਕ ਦੀ ਘਰ ਦੀ ਇਕੱਠੀ। ਉਹਦੇ ਨਾਲ ਗੁਜ਼ਾਰਾ ਚੱਲਦਾ ਗਿਆ, ਲੜਕੀ ਜਵਾਨ ਸੀ, ਕਹਿਣ ਲੱਗੀ ਬੇਬੇ ਕਿੰਨੀ ਕੁ ਦੇਰ ਤੱਕ ਆਪਾਂ ਕਰਾਂਗੇ? ਬਾਪੂ ਤਾਂ ਲੱਗਿਆ ਸੇਵਾ ਕਰਨ ਗੁਰੂ ਘਰ ਦੀ, ਅਤੇ ਆਪਾਂ ਕੋਈ ਕੰਮ ਕਰੀਏ ਕਿਸੇ ਦਾ, 4 ਪੈਸੇ ਲਿਆਵਾਂਗੇ, ਆਪਣਾ ਗੁਜ਼ਾਰਾ ਹੋ ਜਾਇਆ ਕਰੂ। ਉਹ ਵੱਡੇ ਸਰਦਾਰ ਦੇ ਉਸ ਪਿੰਡ ਦਾ ਜਿਹੜਾ ਚੌਧਰੀ ਸੀ ਉਹਦੇ ਕੋਲ ਗਏ,
ਉਹ ਬੀਬੀ ਕਹਿਣ ਲੱਗੀ, ਭਾਈ ਸਾਡੇ ਘਰ ਬੜਾ ਕੰਮ ਹੈ, ਵਿਆਹ ਹੈ ਸਾਡੀ ਲੜਕੀ ਦਾ ਮਹੀਨੇ ਦੋ ਮਹੀਨੇ, ਅਤੇ ਤੁਸੀਂ ਅਨਾਜ ਠੀਕ ਕਰੋ, ਦਾਲਾਂ ਵਗੈਰਾ ਠੀਕ ਕਰੋ, ਘਰ ਲਿਪੋ, ਹੋ ਸਫਾਈ ਕਰੋ। ਕਹਿੰਦੇ ਬੜੀ ਲੋੜ ਹੈ, ਦੋਵੇਂ ਜਣੀਆਂ ਲੱਗ ਜਾਓ। ਇੱਕ ਦੋ ਦਿਨ ਕੰਮ ਕਰਨ ਤੋਂ ਬਾਅਦ ਘਰ ਲਿਪਣ ਵਾਸਤੇ ਮਿੱਟੀ ਲੈਣ ਗਈਆਂ, ਅਤੇ ਉੱਥੇ ਜਾ ਕੇ ਜਦ ਕਹੀ ਮਾਰੀ, ਥੋੜ੍ਹੀ ਜਿਹੀ ਮਿੱਟੀ ਪੁੱਟੀ, ਖੜਕਾ ਹੋਇਆ। ਲੜਕੀ ਕਹਿੰਦੀ, ਬੇਬੇ ਕੁਛ ਖੜਕਦਾ। ਕਹਿੰਦੀ ਹੌਲੀ ਹੌਲੀ ਕੱਢ। ਜਦ ਕੱਢਿਆ ਤਾਂ ਇੱਕ ਗਾਗਰ ਨਿਕਲੇ, ਮੋਹਰਾਂ ਦੀ ਭਰੀ ਹੋਈ ਸੋਨੇ ਦੀ, ਚੱਕ ਕੇ ਲਿਆਈਆਂ। ਲਿਆ ਕੇ ਕਹਿਣ ਲੱਗੀ, ਬੀਬੀ ਆਹ ਸਾਨੂੰ ਲੱਭੀ ਹੈ। ਉਹ ਕਹਿੰਦੇ, ਦੇਖੋ ਥੋਤੇ ਕੋਈ ਚੋਰ ਚਕਾਰ ਲੈ ਜੂ, ਤੁਹਾਨੂੰ ਖਰਚਣਾ ਨਹੀਂ ਆਉਂਦਾ, ਮੈਂ ਖਰਚੂ ਇਹਨੂੰ। ਉਹਨੇ ਸੱਤ ਅੱਠ ਖੂਹਾਂ ਦੀ ਜ਼ਮੀਨ ਲੈ ਕੇ ਦੇ ਡੰਗਰ ਲੈ ਤੇ, ਅਤੇ ਨਾਲ ਉਸਨੇ ਮਿਹਨਤ ਕਰਕੇ ਕਿਹਾ ਘਰ ਪਵਾ ਲਓ ਵਧੀਆ। ਬੇਅੰਤ ਧਨ ਮਿਲ ਗਿਆ, ਦਮੰਜਲਾ ਘਰ ਪਾ ਲਿਆ, ਦੂਰੋਂ ਹੀ ਨਜ਼ਰ ਆਵੇ, ਕਾਰੋਬਾਰ ਚੱਲ ਪਿਆ। ਉਹਦੇ ਬਾਅਦ ਜਦ ਨੌ ਮਹੀਨੇ ਲੰਘੇ ਤਾਂ ਉਹਨਾਂ ਨੇ ਕਿਹਾ, ਸਰੂਪਾ ਦਿੱਤਾ ਵੀ ਲੈ ਵੀ ਗੁਰਸਿੱਖਾ, ਗੁੱਸੇ ਸਾਡੇ ਨਾਲ ਨਾ ਹੋਈ, ਅਸੀਂ ਤਾਂ ਗੁਰੂ ਦਾ ਹੁਕਮ ਮੰਨਿਆ, ਅਤੇ ਹੁਣ ਤੂੰ ਜਾ ਸਕਦਾ। ਜਿੱਥੇ ਤੇਰਾ ਜੀ ਕਰਦਾ ਅਤੇ ਅਸੀਂ ਤਾਂ ਤੈਨੂੰ ਸਲਾਹ ਦਿੰਦੇ ਹਾਂ, ਤੂੰ ਆਪਣੇ ਘਰ ਜਾ। ਕਹਿੰਦਾ, ਘਰ ਉੱਥੇ ਕੌਣ ਪਿਆ? ਉਹ ਤਾਂ ਮਰ ਮੁਰ ਚੁੱਕੇ ਹੋਣੇ ਨੇ ਸਾਰੇ, ਕਿਸੇ ਨੇ ਜਾਲੇ ਵੀ ਨਹੀਂ ਹੋਣੇ, ਸੰਸਕਾਰ ਵੀ ਨਹੀਂ ਕਰਿਆ ਹੋਣਾ। ਮੈਂ ਜਾਣਦਾ ਆਪਣੇ ਪਿੰਡ ਨੂੰ, ਸਾਡਾ ਪਿੰਡ ਕਿਹਾ ਜੇ, ਉਹ ਤਾਂ ਮਨਮੁੱਖ ਲੋਕ ਨੇ, ਉਹ ਨਹੀਂ ਮੰਨਦੇ ਹੈਗੇ। ਕਹਿੰਦੇ, ਤੂੰ ਜਾ ਕੇ ਤਾਂ ਦੇਖ ਲੈ। ਜਿਸ ਵਕਤ ਆਇਆ ਕੀ ਦੇਖਦਾ, ਉਹ ਕੱਚੀ ਕੋਲੜੀ ਦੀ ਥਾਂ 'ਤੇ ਦਮੰਜਲਾ ਘਰ ਬਣਿਆ ਹੋਇਆ। ਕਹਿੰਦਾ, ਲੈ ਬਈ, ਘਰ ਵਾਲੀ ਵੀ ਮਰ ਗਈ, ਬੱਚੇ ਵੀ ਮਰ ਗਏ, ਅਤੇ ਮੇਰਾ ਤਾਂ ਥਾਂ ਵੀ ਰੋਕ ਲਿਆ। ਇਸ ਇਰਾਦੇ ਨਾਲ ਵੀ ਕਿਹਨੇ ਰੋਕਿਆ ਪੁੱਛਣ ਵਾਸਤੇ, ਗਾਂ ਵਧਿਆ ਤਾਂ ਬੱਚਾ ਖੇਲਦਾ। ਕਹਿੰਦਾ, ਬੱਚਾ ਤਾਂ ਖੇਗਾ। ਉਹ ਬੱਚਾ ਪੌੜੀਆਂ ਚੜ੍ਹਨ ਲੱਗ ਗਿਆ ਕੋਠੇ 'ਤੇ, ਇਹ ਵੀ ਨੱਠ ਕੇ ਗਿਆ ਵੀ ਪਤਾ ਕਰਾਂ ਬੱਚੇ 'ਤੇ ਵੀ ਮਾਂ ਕਿੱਥੇ ਹੈ, ਬੱਚੇ ਬਾਕੀ ਪਰਿਵਾਰ ਕਿੱਥੇ ਹੈ। ਇਹ ਪੌੜੀਆਂ ਚੜ੍ਹਦਾ, ਬੱਚਾ ਚੜ੍ਹ ਗਿਆ, ਇਹ ਵੀ ਚੜ੍ਹ ਕੇ ਉਹਦੇ ਚੁਬਾਰੇ ਜਿਹੜਾ ਸੀ ਫਸਟ ਫਲੋਰ ਉਹਦੇ ਦਰਵਾਜ਼ੇ 'ਤੇ ਪਹੁੰਚ ਗਿਆ, ਬੱਚਾ ਮਾਂ ਕੋਲ ਪਹੁੰਚ ਗਿਆ, ਉੱਚੀ ਉੱਚੀ ਸਾਹ ਚੜ੍ਹਿਆ। ਕਹਿੰਦਾ, ਬੇਬੇ ਬੇਬੇ। ਕਹਿੰਦਾ, ਬਾਪੂ ਫੇਰ ਆ ਗਿਆ, ਹੁਣ ਆਪਾਂ ਫੇਰ ਭੁੱਖੇ ਮਰਾਂਗੇ। ਉਹ ਕਹਿਣ ਲੱਗੀ, ਕਹਿੰਦੀ ਤੂੰ ਛੁੱਟੀ ਲੈ ਕੇ ਆਇਆ, ਬਹੁਤ ਹੈ ਤਾਂ ਵਧੀਆ ਕਰਿਆ। ਕਹਿੰਦਾ, ਮੈਂ ਛੁੱਟੀ ਲੈ ਕੇ ਆਇਆ, ਮੈਂ ਤਾਂ ਕੈਦ ਸੀ 9 ਮਹੀਨੇ ਬਾਅਦ ਤੇ ਫਲਾਣੇ ਪਿੰਡ। ਸਾਰੀ ਗੱਲ ਦੱਸੀ। ਕਹਿੰਦੀ, ਜਾ ਤੂੰ ਗੁਰੂ ਦੀ ਸੇਵਾ ਕਰ, ਆ ਦੇਖ ਤਾਂ ਗੁਰੂ ਨੇ ਕੀ ਕਰਦਾ ਤੇਰੇ ਪਿੱਛੋਂ, ਤੈਨੂੰ ਭਰੋਸਾ ਨਹੀਂ ਹੈ। ਵਾਪਸ ਆ ਗਿਆ। ਮਹਾਰਾਜ ਕਹਿੰਦੇ, ਕਿਉਂ ਬਈ ਗੁਰਸਿੱਖਾ, ਫੇਰ ਸਮਝ ਉਸ ਬਾਣੀ ਨੂੰ, ਫੇਰ ਸੁਣਾ ਸਾਨੂੰ। ਕਹਿੰਦਾ, ਮਹਾਰਾਜ ਮੈਂ ਕੀ ਸੁਣਾਉਣੀ ਹੈ, ਬਾਣੀ ਤਾਂ ਸੱਤ ਸੱਤ ਹੈ, ਸੱਤ ਕਰਕੇ ਮੰਨੋ, ਜਿਹੜਾ ਸੱਤ ਕਰਕੇ ਮੰਨੇਗਾ ਉਹਨੂੰ ਫਲ ਮਿਲੇਗਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ, ਸੱਤ ਸੱਤ ਕਰ ਮੰਨ। ਸੋ ਤੀਸਰਾ ਭਰੋਸਾ ਹੋਇਆ ਕਰਦਾ ਗੁਰੂ ਦੇ ਬਚਨਾਂ 'ਤੇ, ਜਿਹਨੂੰ ਬਾਣੀ ਕਹਿੰਦੇ, ਸੱਤ ਸ਼ਾਸਤਰ 'ਤੇ। ਚੌਥਾ ਹੋਇਆ ਕਰਦਾ ਮੰਤਰ 'ਤੇ ਭਰੋਸਾ, ਜਿਹੜਾ ਮੰਤਰ ਗੁਰੂ ਨੇ ਦੇਤਾ ਉਹੀ ਤਾਰ ਦੂ। ਇਹ ਨਹੀਂ ਵੀ ਸਾਡੇ ਵਾਲਾ ਮੰਤਰ ਕਮਜ਼ੋਰ ਹੈ, ਹੁਣ ਫਲਾਣੇ ਵਾਲਾ ਮੰਤਰ ਲਈਏ, ਉਹ ਤੇਜ਼ੀ ਨਾਲ ਕੰਮ ਦੇ। ਕੰਮ ਤਾਂ ਤੁਹਾਡੇ ਭਰੋਸੇ ਨੇ ਕਰਨਾ। ਜੋ ਮੰਤਰ ਮਿਲ ਗਿਆ ਉਹਦੇ ਉੱਤੇ ਭਰੋਸਾ ਲਿਆਓ, ਉਸੇ ਨੇ ਤਾਰ ਦੇਣਾ। ਸੋ ਇਸ ਤਰ੍ਹਾਂ ਦੇ ਨਾਲ ਬਾਬੇ ਫਰੀਦ ਦਾ ਰੱਬ ਦੇ ਉੱਤੇ ਵੀ ਭਰੋਸਾ ਹੋ ਗਿਆ, ਮਾਂ ਦੇ ਬਚਨਾਂ 'ਤੇ ਵੀ ਭਰੋਸਾ ਹੋ ਗਿਆ, ਕੁਰਾਨ ਸ਼ਰੀਫ 'ਤੇ ਵੀ ਭਰੋਸਾ ਹੋ ਗਿਆ, ਪ੍ਰਤੀਤ ਹੋ ਗਈ। ਅਤੇ ਮਾਂ ਕਹਿਣ ਲੱਗੀ, ਬੇਟਾ ਨਮਾਜ਼ਾਂ ਤਾਂ ਤੂੰ ਪੜ੍ਹਦਾ, ਪਰ ਤੂੰ ਤਸਵੀ ਫੇਰਿਆ ਕਰ ਅੱਲਾਹ ਦੇ ਨਾਮ ਦੀ। ਕਹਿੰਦਾ, ਮਾਤਾ ਅੱਲਾਹ ਕੀ ਦਊਗਾ ਫਿਰ ਮੈਨੂੰ? ਬੱਚਾ ਸੀ 5 ਸਾਲ ਦਾ, ਉਹ ਸ਼ੱਕਰ ਖਾਂਦਾ ਹੁੰਦਾ, ਜਿੱਥੋਂ ਇਹਦਾ ਨਾਂ ਸ਼ੱਕਰਗੰਜ ਪਿਆ। ਉਹ ਕਹਿੰਦੀ, ਉਹ ਸ਼ੱਕਰ ਦਿਆ ਕਰੋ, ਤੂੰ ਅੱਖਾਂ ਮੀਚ ਕੇ ਬੈਠੀ, ਅੱਖ ਨਹੀਂ ਖੋਲਣੀ ਤਾਂ। ਆਹ ਜਿਹੜਾ ਆਸਣ ਹੈ ਨਾ ਤੇਰੇ ਥੱਲੇ, ਇਹਦੇ ਹੇਠਾਂ ਦੇਖ ਲਿਆ ਕਰੀ, ਇੱਥੇ ਸ਼ੱਕਰ ਪਈ ਹੋਇਆ ਕਰੀ। ਸੋ ਜਿਸ ਵਾਰ ਮਾਂ ਨੇ ਬਿਠਾ ਦੇਣਾ, ਉਸ ਵੇਲੇ
ਤੁਰਦੀ ਫਿਰਦੀ ਨੇ ਇੱਕ ਪੁੜੀ ਰੱਖ ਦੇਣੀ ਸ਼ੱਕਰ ਦੀ ਭਰ ਕੇ। ਜਦ ਉਹਨੇ ਆਪਣਾ ਚੱਕਣਾ ਆਸਣ, ਉਸ ਵੇਲੇ ਉਹਨੂੰ ਪੂੜੀ ਮਿਲ ਜਾਣੀ, ਭਰੋਸਾ 100% ਹੋ ਗਿਆ। ਇੱਕ ਦਿਨ ਮਾਤਾ ਬਾਹਰ ਗਈ ਹੋਈ ਹੈ, ਟਾਈਮ 'ਤੇ ਆਈ ਨਾ, ਜਦ ਆਈ ਬਾਬਾ ਫਰੀਦ ਖੇਲਦਾ ਫਿਰਦਾ, ਕਹਿੰਦੀ ਫਰੀਦਾ ਅੱਜ ਤੈਂ ਤਸਵੀਰ ਫੇਰੀ? ਕਹਿੰਦਾ ਹਾਂ ਮਾਤਾ, ਮੈਂ ਖੂੰਡੀ ਨਾਲ ਲਾ ਲਈ ਸੀ ਤਸਵੀਰ ਕੀਲੇ ਤੋਂ, ਅਤੇ ਆਸਣ ਵੀ ਮੈਂ ਚੱਕ ਲਿਆ ਸੀ। ਕਹਿੰਦੀ ਫੇਰ ਸ਼ੱਕਰ ਚਾਹੇ ਸ਼ੱਕਰ, ਉਂਗਲੀ ਫੜ ਲਈ ਮਾਂ ਦੀ, ਕਹਿੰਦਾ ਆ ਤੈਨੂੰ ਦਿਖਾਵਾਂ। ਸਾਰੇ ਹੀ ਭਾਂਡੇ ਭਰੇ ਪਏ ਨੇ, ਪਰ ਭਾਂਡੇ ਭਰਤੇ, ਕਹਿੰਦਾ ਮਾਤਾ ਅੱਜ ਤਾਂ ਇੰਨੀ ਸ਼ੱਕਰ, ਮੇਰਾ ਆਸਣ ਸਾਰਾ ਹੀ ਸ਼ੱਕਰ ਦਾ ਹੀ ਬਣ ਗਿਆ। ਉਸ ਦਿਨ ਤੋਂ ਉਹਦਾ ਨਾਂ ਸ਼ੱਕਰਗੰਜ ਪੈ ਗਿਆ। ਮਾਂ ਨੇ ਸਮਝ ਲਿਆ ਬਈ ਇਹਦਾ ਸ਼ਬਦ 'ਤੇ ਭਰੋਸਾ ਹੈ, ਸ਼ਬਦ ਸਿੱਧ ਹੋ ਗਿਆ। ਫੇਰ ਪਰਖਿਆ, ਕਹਿੰਦੀ ਬਾਬਾ, ਕਹਿੰਦੀ ਫਰੀਦਾ ਅੱਜ ਆਪਣੇ ਘਰ ਰਾਸ਼ਨ ਹੀ ਇੱਕ ਡੰਗ ਦਾ ਰਾਸ਼ਨ ਮੰਗੀ ਤੂੰ ਅੱਲਾਹ 'ਤੇ, ਤਸਵੀ ਫੇਰ ਕੇ। ਤਸਵੀ ਫੇਰੀ, ਉਹ 'ਤੇ ਬਾਅਦ ਕਹਿੰਦਾ ਹੇ ਅੱਲਾਹ ਤਾਲਾ, ਇੱਕ ਡੰਗ ਦਾ ਰਾਸ਼ਨ ਸਾਡੇ ਘਰ 'ਚ ਆਈਦਾ। ਥੋੜ੍ਹੀ ਦੇਰ ਬਾਅਦ ਕੀ ਦੇਖਦਾ, ਗੱਡਾ ਭਰਿਆ ਹੋਇਆ ਆ ਗਿਆ, ਉਹ ਬੋਰੀਆਂ ਰੱਖਣ ਲੱਗ ਗਏ। ਕਹਿੰਦੇ ਫਰੀਦਾ ਕਿੱਥੇ ਰੱਖੀਏ? ਉਹ ਕਹਿੰਦਾ ਇਹ ਤਾਂ ਤੁਸੀਂ ਕਿਸੇ ਹੋਰ ਦੇ ਘਰੋਂ ਰੱਖਣੀ ਹੋਣੀ ਆ, ਮੈਂ ਤਾਂ ਇੱਕ ਡੰਗ ਦਾ ਰਾਸ਼ਨ ਮੰਗਿਆ। ਉਹ ਕਹਿੰਦਾ ਤਾਂ ਐਂ ਤਾਂ ਨਹੀਂ ਕਿਹਾ ਵੀ ਸਾਡੇ ਇੱਕ ਡੰਗ ਦਾ, ਇਹ ਤਾਂ ਰੱਬ ਦਾ ਡੰਗ ਹੈ, ਉਹ ਜਿੱਡਾ ਬੜਾ ਰੱਬ ਓਡਾ ਹੀ ਉਹਦਾ ਡੰਗ। ਲਿਆ ਕੇ ਘਰ ਭਰਤਾ, ਮਾਤਾ ਆਈ, ਕਹਿੰਦੇ ਫਰੀਦਾ ਰਾਸ਼ਨ ਮੰਗਿਆ। ਕਹਿੰਦਾ ਮਾਂ ਥਾਂ ਹੀ ਨਹੀਂ ਘਰ 'ਚ ਰੱਖਣ ਲੰਘਣ ਨੂੰ, ਰਾਸ਼ਨ ਏ ਰਾਸ਼ਨ ਹੋਇਆ ਪਿਆ। ਮਾਂ ਨੇ ਸਮਝ ਲਿਆ ਬਈ ਬੱਚਾ ਜਿਹੜਾ ਹੈ ਇਹਦਾ ਸ਼ਬਦ ਜਿਹੜਾ ਹੈ ਉਹ ਸਿੱਧ ਹੋ ਚੁੱਕਿਆ। ਉਸ ਵੇਲੇ ਬਾਬਾ ਫਰੀਦ ਨੂੰ ਸਾਧੂ ਸੰਤਾਂ ਕੋਲ ਭੇਜਦੀ ਰਹੀ, 18 ਸਾਲ ਦਾ ਹੋ ਗਿਆ। ਇੱਕ ਦਿਨ ਮਾਂ ਨੇ ਕਿਹਾ, ਕਹਿੰਦੀ ਬੇਟਾ ਦੇਖ, ਰੱਬ ਮਿਲਣਾ ਬੜਾ ਔਖਾ ਹੈ, ਰੱਬ ਦੇ ਮਿਲਣ ਵਾਸਤੇ ਸਾਨੂੰ ਇਹ ਦੇਹ ਪ੍ਰਾਪਤ ਹੋਈ ਹੈ, ਜੇ ਰੱਬ ਨੂੰ ਨਾ ਮਿਲੇ ਦੇਹ ਵਿਰਥਾ ਚਲੀ ਜਾਣੀ ਹੈ। ਫਰੀਦਾ ਮੇਰੀ ਭੁੱਖ ਨੂੰ ਵਿਗਾੜ ਲੱਗੇ, ਤੂੰ ਜਾ ਜੰਗਲਾਂ ਦੇ ਅੰਦਰ ਜਾ ਕੇ ਤਪ ਕਰ, ਤਪੱਸਿਆ ਕਰਕੇ ਰੱਬ ਨੂੰ ਪ੍ਰਸੰਨ ਕਰ, ਰੱਬ ਤੇਰੇ ਉੱਤੇ ਰੀਝ ਜਾਏਗਾ ਅਤੇ ਤੈਨੂੰ ਦਰਸ਼ਨ ਦੇਵੇਗਾ। ਜਿੰਨਾ ਕੁ ਮਾਂ ਜਾਣਦੀ ਸੀ ਓਨੀ ਕੁ ਮਾਂ ਨੇ ਗੱਲ ਕਰ ਦਿੱਤੀ। ਅਤੇ ਜਿਸ ਵਕਤ ਬਾਬਾ ਫਰੀਦ ਤੁਰਨ ਵਾਸਤੇ ਤਿਆਰ ਹੋਇਆ, ਕਹਿੰਦੀ ਫਰੀਦਾ ਤਿੰਨ ਮੇਰੇ ਬਚਨ ਮੰਨੀ ਬੇਟਾ। ਕਹਿਣ ਲੱਗਿਆ, ਦੱਸੋ ਮਾਂ ਜੀ ਕਿਹੜਾ ਕਿਹੜਾ ਬਚਨ ਮੰਨਣਾ? ਕਹਿੰਦੀ ਇੱਕ ਤਾਂ ਤੂੰ ਕਿਲੇ 'ਚ ਨਹੀਂ, ਦੂਸਰਾ ਗਦੈਲਿਆਂ 'ਤੇ ਸੋਈ ਮਖਮਲ ਦੇ ਗਦੈਲਿਆਂ, ਤੀਸਰਾ ਤੂੰ 36 ਪ੍ਰਕਾਰ ਦੇ ਭੋਜਨ ਖਾਈ। ਹੈਰਾਨ ਹੋ ਗਿਆ, ਕਹਿੰਦਾ ਮਾਤਾ ਭੇਜਦੀ ਹੈ ਮੈਨੂੰ ਜੰਗਲਾਂ 'ਚ ਜਿੱਥੇ ਰੋਟੀ ਮਿਲਣੀ ਮੁਸ਼ਕਲ ਹੈ, ਅਤੇ ਤੂੰ ਕਹਿੰਦੀ ਹੈ 36 ਪ੍ਰਕਾਰ ਦੇ ਭੋਜਨ ਖਾਈ, ਉੱਥੇ ਪੈਣ ਨੂੰ ਮਿਲਣਾ ਕੁਛ ਕਿ ਨਹੀਂ ਮਿਲਣਾ? ਭੁੰਜੇ ਹੀ ਪੈਣਾ ਹੈ, ਕੀੜੇ ਲੜਨੇ ਨੇ ਸੁੱਤੇ ਪਏ ਦੇ, ਅਤੇ ਉੱਥੇ ਤੂੰ ਕਹਿੰਦੀ ਹੈ 36 ਪ੍ਰਕਾਰ ਦੇ ਭੋਜਨ ਖਾਈ, ਅਤੇ ਫਿਰ ਮੈਨੂੰ ਗਦੈਲਿਆਂ 'ਤੇ ਪੈਣ ਵਾਸਤੇ ਕਹਿੰਦੀ ਹੈ, ਪੁੰਜੇ ਸੌਣਾ ਹੈ, ਖਾਣ ਨੂੰ ਪਤਾ ਨਹੀਂ ਕਿਹਾ ਜਿਹਾ ਮਿਲਣਾ ਕਿ ਨਹੀਂ ਮਿਲਣਾ, ਇਹ ਮਾਤਾ ਮੈਂ ਤੇਰੇ ਬਚਨ ਕਿਵੇਂ ਕਮਾਵੇਗਾ ਕਮਾਵਾਂਗਾ? ਮਾਤਾ ਕਹਿਣ ਲੱਗੀ, ਬੇਟਾ ਜਿਹਨਾਂ ਲੋਕਾਂ 'ਚ ਤੈਂ ਜਾਣਾ, ਉਹਨਾਂ ਨੇ ਖੋਲ੍ਹ ਕੇ ਗੱਲ ਨਹੀਂ ਕਰਨੀ, ਲੰਮੇ ਚੌੜੇ ਭਾਸ਼ਣ ਨਹੀਂ ਦੇਣੇ, ਉਹਨਾਂ ਨੇ ਰਮਜ ਮਾਰਨੀ ਹੈ, ਸਮਝਣਾ ਤੇਰਾ ਕੰਮ। ਕਹਿੰਦੀ ਮੈਂ ਤਾਂ ਤੈਨੂੰ ਰਮਜ ਮਾਰੀ ਹੈ, ਸਮਝ ਲੈ। ਕਹਿੰਦਾ ਮੇਰੀ ਸਮਝ ਤੋਂ ਮਾਂ ਭਰੇ ਆ ਗੱਲ, ਸਮਝਾ ਦੇ ਮੈਨੂੰ। ਕਹਿਣ ਲੱਗੀ, ਦੇਖ ਜਿੱਥੇ ਸਾਧੂ ਲੋਕ ਭਜਨ ਕਰਦੇ ਹੋਣਗੇ, ਤਪ ਕਰਦੇ ਹੋਣਗੇ, ਉਹਨਾਂ ਵਿੱਚ ਨਹੀਂ, ਇਕੱਲਾ ਨਾ ਰਹੀ, ਇਕੱਲੇ ਨੂੰ ਮਾਇਆ ਪੈ ਜੂ। ਜਿਹੜਾ ਸਤਸੰਗ ਹੈ, ਸੰਗੀਆਂ ਦੇ ਨਾਲ ਮਿਲ ਕੇ ਚੱਲਣਾ ਹੈ, ਇਹ ਕਿਲਾ ਹੋਇਆ ਕਰਨਾ। ਦੂਸਰਾ ਪ੍ਰਸ਼ਾਦਾ ਪਾਣੀ ਉਸ ਵੇਲੇ ਛਕੀ ਜਦੋਂ ਹੱਥ ਤੋਂ ਜ਼ਿਆਦਾ ਭੁੱਖ ਲੱਗ ਗਏ, ਰੁੱਖੀ ਮਿੱਸੀ ਤੈਨੂੰ 36 ਪ੍ਰਕਾਰ ਦੇ ਭੋਜਨਾਂ ਵਰਗੀ ਲੱਗੀ। ਸੌਈ ਉਸ ਵੇਲੇ ਜਿਸ ਵਕਤ ਇਹ ਲੱਗ ਗਿਆ ਵੀ ਹੁਣ ਨਹੀਂ ਮੈਂ ਜਾਗਦਾ ਰਹਿ ਸਕਦਾ, ਉਸ ਵੇਲੇ ਚਾਹੇ ਗਲਿਆਂ 'ਤੇ ਪੈ ਜੀ, ਤੈਨੂੰ ਉਹ ਗਦੈਲਿਆਂ ਦੇ ਤੋਂ ਵੀ ਵਧੀਆ ਲੱਗਣਗੇ। ਸੋ ਤਪ ਕਰਨ ਵਾਸਤੇ ਚਲਿਆ ਗਿਆ, ਬੜੇ ਔਖੇ ਤਪ ਕਰਨੇ ਸ਼ੁਰੂ ਕਰ ਦਿੱਤੇ, ਰਾਤ ਭਰ ਖੜ੍ਹਾ ਰਹਿੰਦਾ। ਤਾਂ ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਖੜ੍ਹਾ ਹੈ, ਅਤੇ ਇੱਕ ਲੁਹਾਰ ਉੱਥੇ ਆ ਗਿਆ, ਆ ਕੇ ਉਹਦੇ ਸਿਰ 'ਤੇ ਕੜਾ ਹੈ ਅਤੇ ਮੋਢੇ ਦੇ ਉੱਤੇ ਕੁਹਾੜਾ ਚੱਕਿਆ ਹੋਇਆ। ਉਹ ਕੋਲੇ ਬਣਾਉਣ ਵਾਸਤੇ ਲੱਕੜੀ ਭਾਲਦਾ ਫਿਰਦਾ ਸੀ, ਉਹਨੇ ਕਿਹਾ ਵੀ ਆਹ ਲੱਕੜੀ ਸੁੱਕੀ ਹੋਈ ਜੰਗਲ 'ਚ ਖੜ੍ਹੀ ਹੈ, ਦਿਸ ਪੂਰੀ ਤਰ੍ਹਾਂ ਦਿਸਦਾ ਨਹੀਂ ਹੈ, ਮਟਕ ਚਾਨਣਾ ਜਿਹਾ ਹੋਇਆ ਹੋਇਆ, ਅਤੇ ਲੱਕੜੀ ਸਮਝ ਕੇ ਫਰੀਦ ਦੇ ਉਸਨੇ ਮੋਢੇ ਦੇ ਉੱਤੇ
ਕੁਹਾੜੇ ਦਾ ਪੀਨ ਮਾਰਿਆ, ਉਹ ਜ਼ੋਰ ਨਾ ਲੱਗਿਆ, ਉਹ ਸੈਦ ਵਿੱਚ ਖੜਾ ਸੀ, ਧੱਕਾ ਖਾ ਕੇ ਉਹ ਗਿਆ ਕਾਫੀ ਦੂਰ, ਕਈ ਕਦਮ ਜਾਂਦਾ ਜਾਂਦਾ ਗਿਰਨ ਤੋਂ ਬਚ ਗਿਆ। ਉਸ ਵੇਲੇ ਕ੍ਰੋਧ ਨਹੀਂ ਕਰਿਆ, ਸਮਝ ਲਿਆ ਵੀ ਇਹ ਵੀ ਕੁਛ ਪਾਲਦਾ ਫਿਰਦਾ, ਮੈਂ ਵੀ ਕੁਛ ਪਾਲਦਾ ਫਿਰਦਾ। ਉਸ ਵੇਲੇ ਉਹਨੂੰ ਸੰਬੋਧਨ ਕਰਕੇ ਕਹਿਣ ਲੱਗਿਆ, ਵੀਰਾ ਤੇਰੀ ਤਲਾਸ਼ ਹੋਰ ਹੈ, ਮੇਰੀ ਤਲਾਸ਼ ਹੋਰ ਹੈ। ਕਿਤੇ ਮਾਰਨਾ ਗੁਆਈ ਮੇਰੇ ਵੀਰ ਸਰੀਰ ਕ੍ਰਿਸ਼ ਹੋ ਗਿਆ, ਕਮਜ਼ੋਰ ਹੋ ਗਿਆ। ਉਸ ਵੇਲੇ ਖਿਆਲ ਆਇਆ ਕਿ 12 ਸਾਲ ਲੰਘੇ, ਮਾਂ ਨੂੰ ਮੈਂ ਪੁੱਛਾਂ ਵੀ ਅਜੇ ਕਿੰਨਾ ਕੁ ਮੈਨੂੰ ਹੋਰ ਤਪ ਕਰਨਾ ਪਏਗਾ ਰੱਬ ਮਿਲਣ ਵਾਸਤੇ, ਅਜੇ ਤਾਂ ਕੋਈ ਗੱਲ ਬਣੀ ਨਹੀਂ ਹੈ। ਸੋ ਵਾਪਸ ਆਉਂਦਾ, ਵਾਪਸ ਆਉਂਦਾ ਦਰਖਤ ਦੇ ਥੱਲੇ ਬੈਠ ਜਾਂਦਾ। ਜਿਹੜਾ ਤਪ ਕਰਦਾ ਬੰਦਾ, ਉਹਦੇ 'ਚ ਸਤੋ ਗੁਣ ਨਹੀਂ ਰਿਹਾ ਕਰਦਾ, ਤਮੋ ਗੁਣ ਵੱਧ ਜਾਇਆ ਕਰਦਾ, ਕ੍ਰੋਧ ਵੱਧ ਜਾਂਦਾ। ਉਹ ਬਰ ਨਹੀਂ ਦੇ ਸਕਦਾ, ਸ਼ਰਾਬ ਦੇ ਸਕਦਾ। ਬਾਬਾ ਫਰੀਦ ਬੈਠਾ ਉੱਥੇ, ਚਿੜੀਆਂ ਚਾਹੇ ਚੀ 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 ਕਰਦੀਆਂ, ਇਹਨੂੰ ਚੰਗੀਆਂ ਨਾ ਲੱਗੀਆਂ। ਉੱਤੇ ਨੂੰ ਦੇਖਿਆ, ਕਹਿੰਦਾ ਮਰ ਬਣ ਜਾਓ ਚਿੜੀਓ, ਸਾਰੀਆਂ ਹੀ ਹੇਠਾਂ ਗਿਰ ਗਈਆਂ। ਦੇਖਦਾ ਵੀ ਇਹ ਤਾਂ ਢੇਰ ਲੱਗ ਗਿਆ, ਵੀ ਇਹਨਾਂ ਨੇ ਵਿਚਾਰੀਆਂ ਨੇ ਕੀ ਕਰਿਆ ਸੀ। ਉਹਦੇ ਬਾਅਦ ਕਹਿਣ ਲੱਗਾ ਜੀ ਬਣ ਜਾਓ, ਉਹ ਸਾਰੀਆਂ ਜਿਉਂਦੀਆਂ ਹੋ ਗਈਆਂ। ਖੁਸ਼ ਹੋ ਗਿਆ ਵੀ ਮੈਨੂੰ ਤਾਂ ਬੜੀ ਤਾਕਤ ਮਿਲ ਗਈ, ਮੈਂ ਇੱਕ ਗੱਲ ਕਹਿ ਕੇ ਮਾਰ ਸਕਦਾ, ਇੱਕ ਗੱਲ ਕਹਿ ਕੇ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ, ਐਡੀ ਤਾਕਤ। ਬਹੁਤ ਜ਼ਿਆਦਾ ਮਨ ਦੇ ਅੰਦਰ ਖੁਸ਼ੀ ਓ ਖੁਸ਼ੀ ਹੋ ਗਈ। ਉਸ ਵੇਲੇ ਜੰਗਲ 8-7 ਮੀਲ 10 ਮੀਲ ਲੰਘ ਕੇ ਅੱਗੇ ਆਇਆ ਤਾਂ ਉੱਥੇ ਪਿਆਸ ਲੱਗੀ, ਗਰਮੀ ਦਾ ਮਹੀਨਾ ਹੈ। ਇੱਕ ਲੜਕੀ ਖੂਹ ਦੇ ਉੱਤੇ 22 ਸਾਲ ਦੀ, ਪਾਣੀ ਖਿੱਚਦੀ ਹੈ, ਡੋਲ ਦਿੰਦੀ ਹੈ, ਪਾਣੀ ਕੱਢ ਲੈਂਦੀ ਹੈ, ਡੋਲੀ ਜਾਂਦੀ ਹੈ। ਇਹਨੇ ਕਿਹਾ ਉਹ ਲੜਕੀ ਦਰਵੇਸ਼ ਕੋ ਪਾਣੀ ਪਿਲਾਓ। ਲੜਕੀ ਨੇ ਐਂ ਦੇਖਿਆ ਚੰਗੀ ਤਰ੍ਹਾਂ ਦੇ ਨਾਲ, ਐਸੀ ਨਿਗਾਹ ਨਾਲ ਦੇਖਿਆ ਸਭ ਕੁਛ ਜਾਣ ਗਈ। ਕਹਿੰਦੀ ਉੱਥੇ ਬਹਿ ਜਾ ਦਰਵੇਸ਼ ਸਾਈਂ, ਜੇ ਪਾਣੀ ਪੀਣਾ ਬਹਿ ਜਾ ਉੱਥੇ ਹਾਲੇ ਟਿਕ। ਪਿਆਸ ਲੱਗੀ ਸੀ ਵੀ ਮੈਨੂੰ ਪਾਣੀ ਨਹੀਂ ਪਿਲਾਉਂਦੀ, ਮੇਰੇ 'ਚ ਇੰਨੀ ਤਾਕਤ ਹੈ ਜੇ ਮੈਂ ਕਹਿੰਦਾ ਮਰ ਜਾ ਇਹ ਮਰ ਜੂਗੀ, ਅਤੇ ਇਹਨੂੰ ਨਹੀਂ ਪਤਾ ਵੀ ਮੇਰੀ ਇੰਨੀ ਤਾਕਤ ਹੈ ਅਤੇ ਮੈਨੂੰ ਪਾਣੀ ਨਹੀਂ ਪਿਲਾਉਂਦੀ। ਉਹ ਪਰੇ ਹੋ ਕੇ ਬਹਿ ਗਿਆ, ਉੱਥੇ ਬੈਠੇ ਨੇ ਕਿਹਾ ਉਹ ਲੜਕੀ, ਕਹਿੰਦਾ ਦਰਵੇਸ਼ ਕੋ ਪਾਣੀ ਪਿਲਾਓ। ਕਹਿੰਦੀ ਬਾਬਾ ਬੈਠਾ ਰਹਿ, ਤੈਨੂੰ ਕਹਿ ਤਾਂ ਬੈਠਾ ਰਹਿ, ਇਹ ਚਿੜੀਆਂ ਨਹੀਂ ਹੈ ਵੀ ਤੂੰ ਮਾਰ ਦੇਂਗਾ ਅਤੇ ਫਿਰ ਜਿਉਂਦੀਆਂ ਕਰ ਦੇਂਗਾ। ਸਾਰੀ ਉਹ ਪਿਆਸ ਲੈ ਗਈ, ਇਹਨੇ ਨੂੰ ਕੋਈ ਰਾਹੀ ਆਇਆ ਬੀਬਾ ਪਾਣੀ ਪੀਣਾ, ਕਹਿੰਦੀ ਆ ਜਾ ਵੀਰ ਜੀ ਪੀ ਲੈ। ਹੁਣ ਇਹਦੇ ਮਨ 'ਚ ਹੋਇਆ ਮੈਨੂੰ ਪਾਣੀ ਨਹੀਂ ਪਿਲਾਉਂਦੀ, ਹੋਰਾਂ ਨੂੰ ਪਿਲਾਈ ਜਾਂਦੀ। ਇਹਨੇ ਨੂੰ ਲੜਕੀ ਨੇ ਪਾਣੀ ਆਖਰੀ ਡੋਲ ਭਰਿਆ, ਕਹਿੰਦੀ ਆਓ ਦਰਵੇਸ਼ ਸਾਈਂ ਪਾਣੀ ਪੀਓ। ਕਹਿਣ ਲੱਗਿਆ
ਵੀ ਬਾ ਹੁਣ ਮੇਰੇ ਪਿਆਸ ਬੁੱਝ ਗਈ, ਮੈਂ ਪਾਣੀ ਤਾਂ ਪੀਊ ਜੇ ਮੇਰੇ ਸਵਾਲਾਂ ਦਾ ਜਵਾਬ ਦੇਣ। ਕਹਿਣ ਲੱਗੀ ਪੁੱਛ ਕੀ ਸਵਾਲ ਆ ਤੇਰਾ। ਕਹਿਣ ਲੱਗਿਆ ਤੂੰ ਬਾਕੀਆਂ ਨੂੰ ਪਾਣੀ ਪਿਲਾਈ ਗਈ, ਮੈਨੂੰ ਕਿਉਂ ਨਹੀਂ ਪਿਲਾਇਆ? ਕਹਿੰਦੀ ਫਰੀਦਾ ਮੈਂ ਦੇਖਦੀ ਸੀ ਵੀ ਤੂੰ ਅੱਖਾਂ ਵਾਲਾ ਹੈ, ਪਰ ਮੈਂ ਕੀ ਜਾਣਾ ਤੂੰ ਤਾਂ ਅੰਨਾ ਹੈ। ਇਹ ਜਿਹੜੇ ਮੇਰੇ ਕੋਲ ਆਉਂਦੇ ਸੀ ਅੰਨੇ ਸੀ, ਪਿਆਸ ਸੀ, ਮੈਂ ਪਾਣੀ ਪਿਲਾਈ ਜਾਂਦੇ, ਇਹਨਾਂ ਨੂੰ ਪਤਾ ਨਹੀਂ ਵੀ ਮੈਂ ਪਾਣੀ ਕਿਉਂ ਡੋਲੀ ਜਾਂਦੀ ਹਾਂ। ਤੂੰ 12 ਸਾਲ ਤਪ ਕਰਕੇ ਆਇਆ, ਤੈਨੂੰ ਤਾਂ ਪਤਾ ਹੋਣਾ ਚਾਹੀਦਾ ਮੈਂ ਪਾਣੀ ਕਿਉਂ ਡੋਲਦੀ ਹਾਂ। ਅਤੇ ਤੇਰੀਆਂ ਚਿੜੀਆਂ ਦੀ ਗੱਲ, ਕਹਿੰਦੀ ਚਿੜੀਆਂ ਦੀ ਤੂੰ ਕੋਈ ਹੋਰ ਵੀ ਗੱਲਾਂ ਪੁੱਛ ਲੈ, ਮੈਂ ਸਾਰੀਆਂ ਦੱਸ ਦਿੰਦੀ। ਕਹਿੰਦੀ ਮੇਰੇ ਪਾਣੀ ਨਾ ਤੈਨੂੰ ਪਿਲਾਉਣ ਦਾ ਕਾਰਨ ਇਹ ਸੀ, ਮੇਰੀ ਭੈਣ ਸਤਸੰਗ 'ਤੇ ਗਈ ਸੀ, 20 ਕੋਹ ਦੇ ਉੱਤੇ ਉਹਦਾ ਘਰ ਹੈ, ਉਹਨੂੰ ਅੱਗ ਲੱਗ ਗਈ ਅਚਾਨਕ। ਕਹਿੰਦੀ ਮੈਂ ਉਹਦੀ ਅੱਗ ਬੁਝਾਈ ਹੈ, ਦੇਖਣ ਚਲਿਆ ਗਿਆ, ਤਸੱਲੀ ਕਰਕੇ ਫੇਰ ਆ ਗਏ। ਕਹਿੰਦੇ ਬੀਬਾ ਮੈਂ ਤੈਨੂੰ ਮਿਲਣਾ ਚਾਹੁੰਦਾ। ਬਾਤਚੀਤ ਕਰੀ, ਕਹਿੰਦਾ ਤੂੰ ਜੰਗਲਾਂ 'ਚ ਨਹੀਂ ਗਈ, ਤੂੰ ਕੋਈ ਤਪ ਨਹੀਂ ਸਾਧਿਆ, ਉਹੋ ਜਿਹੇ ਵਧੀਆ ਕੱਪੜੇ ਪਾਉਣੀ ਹੈ, ਵਧੀਆ ਘਰ 'ਚ ਰਹਿਣੀ ਹੈ, ਗ੍ਰਿਸਤੀਆਂ ਦਾ ਤੇਰਾ ਜੀਵਨ ਹੈ ਅਤੇ ਤੇਰੀ ਉਮਰ ਵੀ ਬੜੀ ਛੋਟੀ ਹੈ, ਤੂੰ ਐਡੀ ਬੜੀ ਗੱਲ ਕਿੱਥੋਂ ਪ੍ਰਾਪਤ ਕਰ? ਉਹ ਕਹਿਣ ਲੱਗੀ ਦਰਵੇਸ਼ ਸਾਈਂ ਸਾਡੇ ਬੀਬੀਆਂ ਦਾ ਧਰਮ ਹੋਰ ਹੈ, ਤੁਹਾਡਾ ਮਰਦਾਂ ਦਾ ਧਰਮ ਹੋਰ ਹੈ। ਸਾਡੇ ਵਾਸਤੇ ਪਿਆਰ ਕਰਨ ਵਾਸਤੇ ਸਾਨੂੰ ਮਰਦ ਸਾਥੀ ਦਿੱਤਾ, ਸਾਡਾ ਉਹੀ ਸੰਤ ਹੈ, ਉਹੀ ਸਾਡਾ ਸਾਧ ਹੈ, ਉਹੀ ਸਾਡਾ ਰੱਬ ਹੈ। ਮੈਂ ਪਤੀ ਵਰਤਾ ਇਸਤਰੀਆਂ ਸਤਿਕਾਰ ਕਰਦੇ ਹਾਂ ਅਸੀਂ ਸਾਧੂ ਸੰਤਾਂ ਦਾ, ਲੇਕਿਨ ਪਤੀ ਸਾਡਾ ਪਰਮੇਸ਼ਰ ਦਾ ਦਰਜਾ ਰੱਖਦਾ। ਸੋ ਇਸ ਭਾਵਨਾ ਦੇ ਵਿੱਚੋਂ ਮੇਰੇ ਵਿੱਚ ਇਹ ਸ਼ਕਤੀ ਸਹਿਜ ਸੁਭਾਗ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਰਬਾਰ ਸਾਹਿਬ ਸੇਵਾ ਕਰਾ ਰਹੇ ਨੇ ਅਤੇ ਉੱਥੇ ਇੱਕ ਬੀਬੀ ਆਉਂਦੀ ਹੈ, ਦਿਨ ਭਰ ਕੰਮ ਕਰਦੀ ਹੈ, ਜਾਣ ਵੇਲੇ ਨਹੀਂ ਪਤਾ ਲੱਗਦਾ, ਆਉਣ ਵੇਲੇ ਨਹੀਂ ਪਤਾ ਲੱਗਦਾ। ਉਹ ਟੋਕਰੀਆਂ ਸਿੱਧਦੀ ਸਿੱਧਦੀ ਕਾਰ ਸੇਵਾ ਕਰਦੀ ਕਰਦੀ ਥੋੜ੍ਹੀ ਜਿਹੀ ਦੇਰ ਬਾਅਦ ਹਵਾ 'ਚ ਐਂ ਦੋਵੇਂ ਹੱਥ ਕਰਦੀ ਹੈ, ਐਂ ਧੱਕਾ ਮਾਰਦੀ ਹੈ। ਗੁਰੂ ਮਹਾਰਾਜ ਕੋ ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਬੀਬੀ ਆਉਂਦੀ ਹੈ, ਨਾ ਆਉਂਦੀ ਦਾ ਪਤਾ ਲੱਗਦਾ, ਨਾ ਜਾਂਦੀ ਦਾ ਪਤਾ ਲੱਗਦਾ, ਨਾ ਇਹ ਪਤਾ ਲੱਗਦਾ ਉਹ ਕੀ ਕਰਦੀ ਹੈ। ਥੋੜ੍ਹੀ ਜਿਹੀ ਦੇਰ ਬਾਅਦ ਹੱਥ ਜੇ ਮਾਰਦੀ ਆ ਆਵਾਜ਼, ਮਹਾਰਾਜ ਕਹਿੰਦੇ ਅੱਜ ਰੋਕ ਲਓ, ਸੁਨੇਹਾ ਦੇ ਤਾ ਕਿ ਗੁਰੂ ਮਹਾਰਾਜ ਨੂੰ ਮਿਲ ਕੇ ਜਾਇਓ। ਮਹਾਰਾਜ ਨੇ ਰੋਕ ਲਿਆ, ਉੱਥੇ ਹੀ ਪ੍ਰਕਰਮਾ 'ਚ ਬੈਠ ਗਈ ਸਾਰੀ ਸੰਗਤ ਆ ਕੇ। ਕਹਿਣ ਲੱਗੇ ਬੇਟਾ ਤੂੰ ਕਿੱਥੋਂ ਆਉਣੀ ਹੈ, ਕਿੱਥੇ ਚਲੀ ਜਾਂਦੀ ਹੈ ਅਤੇ ਆ ਹੱਥ ਕਿਉਂ ਮਾਰਦੀ ਹੈ ਹਵਾ ਦੇ ਵਿੱਚ? ਕਹਿਣ ਲੱਗੀ ਸੱਚੇ ਪਾਤਸ਼ਾਹ ਤੁਸੀਂ ਤਾਂ ਘੱਟ ਘੱਟ ਦੇ ਅੰਤਰ ਕੀ ਜਾਣ ਸਭ ਕੁਝ ਜਾਣਦੇ ਹੋ, ਮੈਂ ਤੁਹਾਨੂੰ ਕੀ ਦੱਸਾਂ? ਕਹਿੰਦੇ ਨਹੀਂ ਦੱਸੋ ਸੰਗਤ ਨੂੰ। ਕਹਿਣ ਲੱਗੀ ਸੱਚੇ ਪਾਤਸ਼ਾਹ ਮੇਰੇ ਜਿਹੜੇ ਸਹੁਰਾ ਪਿਤਾ ਜੀ ਨੇ ਉਹ ਗੁਰੂ ਨਾਨਕ ਪਾਤਸ਼ਾਹ ਸਾਡੇ ਘਰ ਰਹੇ ਸੀ ਕਾਫੀ ਦੇਰ, ਅਤੇ ਉਹਨਾਂ ਨੂੰ ਉਹਨਾਂ ਨੇ ਨਾਮ ਦਿੱਤਾ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਹੁਕਮ ਦਿੱਤਾ। ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਵੀ ਪੂਰਨ ਮਹਾਤਮਾ ਨੇ, ਸਾਧੂ ਨੇ। ਸੱਚੇ ਪਾਤਸ਼ਾਹ ਮੈਂ ਉਹਦੀ ਸੇਵਾ ਕੀਤੀ, ਉਹਦੀ ਸੇਵਾ ਤੋਂ ਮੈਨੂੰ ਇਹ ਫਲ ਪ੍ਰਾਪਤ ਹੋ ਗਿਆ ਕਿ ਮੈਂ ਜਿੱਥੇ ਜੀ ਚਾਹਾਂ ਉੱਥੇ ਜਾ ਸਕਦੀ ਹਾਂ। ਮੇਰਾ ਪਤੀ ਧਰਮ ਜਿਹੜਾ ਸੀ ਉਹ ਫਲ ਦੇ ਗਿਆ, ਪੂਰਾ ਹੋ ਗਿਆ। ਸੱਚੇ ਪਾਤਸ਼ਾਹ ਜਦ ਕਾਰ ਸੇਵਾ ਇੱਥੇ ਸ਼ੁਰੂ ਹੋਈ, ਸਾਰੇ ਸੁਨੇਹੇ ਗਏ, ਤਾਂ ਹੁਣ ਲੜਕਾ ਸੀ ਮੇਰੇ ਛੋਟਾ ਅਤੇ ਮੈਂ ਵੀ ਸੇਵਾ ਕਰਨੀ ਸੀ। ਮੈਂ ਆਪਣੇ ਪਤੀ ਤੋਂ ਆਗਿਆ ਲਈ ਵੀ ਮੈਨੂੰ ਆਗਿਆ ਦੇਵੋ, ਮੈਂ ਸੇਵਾ ਕਰਿਆ। ਕਹਿੰਦੇ ਜਾਓ, ਬੱਚੇ ਨੂੰ ਸੰਭਾਲਣਾ ਹੈ। ਕਹਿਣ ਲੱਗੇ ਮੈਨੂੰ ਦੂਜੀ ਆਗਿਆ ਦੇਵੋ ਕਿ ਮੈਂ ਸ਼ਕਤੀ ਵਰਤ ਕੇ ਚਲੀ ਜਾਇਆ ਕਰਾਂ। ਕਹਿੰਦੀ ਉਹਨਾਂ ਨੇ ਮੈਨੂੰ ਆਗਿਆ ਦੇ ਦਿੱਤੀ ਵੀ ਜਾ, ਨੇਕ ਕੰਮ ਹੈ, ਦਿਖਾਈ ਨਾ ਕਿਸੇ ਨੂੰ, ਆਪਣਾ ਕਾਰਜ ਸਿੱਧ ਕਰੀ ਅਤੇ ਵਾਪਸ ਆ ਜਾਇਆ ਕਰ। ਮੇਰੇ ਪਤੀ ਜੀ ਦੇ ਕਹਿੰਦੀ ਕੰਮ ਕਰਨ ਚਲੇ ਜਾਂਦੇ ਸੀ, ਮੈਂ ਬੱਚੇ ਨੂੰ ਦੁੱਧ ਚੰਗਾ ਕੇ ਘੰਗੂਰੇ 'ਤੇ ਪਾ ਆਉਂਦੀ ਸੀ ਝੂਲੇ 'ਤੇ, ਅਤੇ ਉਹਦੇ ਬਾਅਦ ਸੱਚੇ ਪਾਤਸ਼ਾਹ ਇੱਕ ਪੈਰ ਪਟਣਾ ਮੈਂ ਦਰਬਾਰ ਸਾਹਿਬ ਆ ਜਾਂਦੀ ਸੀ। ਇੱਥੇ ਮੈਂ ਸੇਵਾ ਕਰਦੀ ਸੀ, ਬੱਚਾ ਮੈਨੂੰ ਦਿਸਦਾ ਸੀ, ਉਹ ਜਦ ਦੇਖਦੀ ਸੀ ਵੀ ਜਾਗ ਨਾ ਪਵੇ ਮੈਂ ਝੂਠਾ ਫੇਰ ਦੇ ਦਿੰਦੀ, ਸੋ ਉਹਦੇ ਬਾਅਦ ਸੱਚੇ ਪਾਤਸ਼ਾਹ ਮੈਂ ਚਲੀ ਜਾਂਦੀ। ਮਹਾਰਾਜ ਕਹਿਣ ਲੱਗੇ ਦੇਖੋ ਪਿਆਰਿਓ, ਪਤੀ ਵਰਤ ਧਰਮ ਦੇ ਵਿੱਚ ਕਿੰਨੀ ਵੱਡੀ ਸ਼ਕਤੀ ਹੈ।
ਇਹੀ ਬੀਬੀ ਜਦ ਗੁਰੂ ਛੇਵੇਂ ਪਾਤਸ਼ਾਹ ਜਹਾਂਗੀਰ ਨੇ ਬੁਲਾਏ, ਸਾਰੇ ਸੂਫੀ ਪੀਰ 12 ਪੀਰ ਆਏ ਗੁਰੂ ਮਹਾਰਾਜ 'ਤੇ ਸਵਾਲ ਕਰਨ ਵਾਸਤੇ। ਉਸ ਵੇਲੇ ਬੀਬੀ ਜਮਨਾ ਦੇ ਪਾਣੀਆਂ 'ਤੇ ਉਤਰੀ ਅਸਮਾਨਾਂ 'ਚ, ਸਾਰੇ ਬਚਨ ਕੀਤੇ ਉਸਨੇ ਦੱਸੇ ਆਪਣਾ। ਉਹਦੇ ਬਾਅਦ ਉਹ ਦੇਖਦੇ ਦੇਖਦੇ ਚਲੀ ਗਈ, ਸਾਰਿਆਂ ਨੇ ਸਜਦਾ ਕਰਤਾ ਵੀ ਜਿਹਦੇ ਸਿੱਖ ਦੇ ਵਿੱਚ ਬੀਬੀ 'ਚ ਇੰਨੀ ਤਾਕਤ ਹੈ, ਅਸੀਂ ਉਹ ਗੁਰੂ ਨਾਲ ਕਿਹੜੀ ਗੱਲ ਕਰੀਏ। ਜਾ ਕੇ ਜਹਾਂਗੀਰ ਨੂੰ ਕਹਿਤਾ, ਕਹਿੰਦੇ ਜਹਾਂਗੀਰ ਦੇਖੀ ਗਲਤੀ ਨਾ ਖਾ ਲਈ, ਗੁਰੂ ਹਰਗੋਬਿੰਦ ਸਾਹਿਬ ਦੇ ਭੁਲੇਖੇ 'ਚ ਨਾ ਪੈ ਜਾਈ ਬਈ ਦੋ ਤਲਵਾਰਾਂ ਪਹਿਨੀਆਂ ਹੋਈਆਂ ਅਤੇ ਕਲੰਗੀ ਲੱਗੀ ਹੋਈ ਹੈ। ਉਹ ਤਾਂ ਪੂਰਾ ਪੀਰ ਹੈ, ਉਹਦੇ ਤਾਂ ਸਿੱਖਾਂ 'ਚ ਇੰਨੀ ਤਾਕਤ ਹੈ। ਸੋ ਇਸ ਤਰ੍ਹਾਂ ਬਾਬਾ ਫਰੀਦ ਨੇ ਜਦ ਇਹ ਗੱਲ ਸੁਣੀ, ਸਾਰਾ ਹੀ ਜਿਹੜਾ ਬੜਾ ਭਾਰਾ ਅਭਿਮਾਨ ਸੀ ਵੀ ਮੇਰੇ 'ਚ ਸ਼ਕਤੀਆਂ ਆ ਗਈਆਂ, ਕੁਛ ਨਾ ਰਿਹਾ ਵੀ ਮੇਰੇ 'ਚ ਤਾਂ ਕੁੜੀ ਇੰਨੀਆਂ ਤਾਕਤਾਂ ਨਹੀਂ, ਘਰ ਆ ਗਿਆ। ਮਾਂ ਨੂੰ ਮਿਲਿਆ, ਮਾਂ ਨੂੰ ਦੱਸਿਆ, ਕਹਿੰਦੀ ਫਰੀਦਾ ਕੁਛ ਨਹੀਂ ਬਣਿਆ, ਤੂੰ ਜਾ ਦੁਬਾਰਾ। ਦੁਬਾਰਾ ਚਲਿਆ ਜਾਂਦਾ, ਮਨ ਦੇ ਉੱਤੇ ਸੱਟ ਖਾ ਲਈ ਵੀ ਮੇਰਾ ਤਾਂ ਬਣਿਆ ਹੀ ਕੁਛ ਨਹੀਂ ਹੈ, ਤੂੰ ਵੀ ਜ਼ਿਆਦੇ ਹੋਰ ਤਪੱਸਿਆ ਕਰਨ ਲੱਗ ਗਿਆ। ਬੈਰਾਗ ਆ ਗਿਆ, ਹਰ ਵਕਤ ਨੇਤਰਾਂ 'ਚੋਂ ਜਲ ਜਾਈ ਜਾਂਦਾ, ਹਰ ਵਕਤ ਅਰਦਾਸਾਂ ਕਰਦਾ ਰਹਿੰਦਾ, ਹੇ ਪ੍ਰਭੂ ਹੇ ਅੱਲਾ ਤਾਲਾ, ਮੈਂ ਤੇਰਾ ਭੇਤ ਨਹੀਂ ਜਾਣਦਾ, ਮੈਂ ਕੀ ਜਾਣਾ ਤੈਨੂੰ ਕਿਵੇਂ ਮਿਲਿਆ ਜਾਂਦਾ। ਇਸ ਤਰ੍ਹਾਂ ਦੇ ਫਿਰ ਬੈਰਾਗ ਨੇ ਸ਼ਬਦ ਸਾਰ ਨਾ ਜਾਣੀ ਤੈ ਸਾਹੇ ਤੈਸਾ ਮਨ ਮੈਂ ਕੀਆ ਰੋਸ, ਮੁਝ ਆਪਣ ਸਹਿ ਨਾ ਹੀ ਦੋਸ਼। ਮੇਰੇ ਵਿੱਚ ਇਹ ਦੋਸ਼ ਨੇ, ਉਹਦੇ ਵਿੱਚ ਤਾਂ ਕੋਈ ਦੋਸ਼ ਨਹੀਂ ਹੈ, ਮੇਰੀ ਉਹ ਕਿਸਮਤ ਮਾੜੀ ਹੈ, ਮੇਰੇ ਹੀ ਪਾਪ ਨੇ ਜਿਹੜੇ ਮਿਲ ਨਹੀਂ ਦਿੰਦੇ। ਤੈਸਾ ਐਮ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੇ ਪੁਸ਼ਤਾਂ। ਬਹੁਤ ਵੈਰਾਗ ਆ ਗਿਆ, ਵੈਰਾਗ ਤੋਂ ਬਗੈਰ ਨਹੀਂ ਚੜਿਆ ਜਾ ਸਕਦਾ। ਫਰੀਦਾ ਬਿਰਾ ਬਿਰਾ ਆਖੀ ਹੈ, ਬਿਰਾ ਤੂੰ ਸੁਲਤਾਨ, ਜਿਤ ਤਨ ਬਿਰਾ ਨਾ ਉਪਜੈ ਸੋ ਤਨ ਜਾਣ ਮੁਸਾ। ਇਹਨਾਂ ਨੂੰ ਆਵਾਜ਼ ਆਉਂਦੀ ਹੈ, ਆਈ ਮਹੀਨਾ ਚੇਤਾ, ਬਹੁਤ ਪਿਆਰੀ ਆਵਾਜ਼ ਕੋਇਲ ਦੀ ਆ ਰਹੀ ਹੈ।
ਦਿਲ ਨੂੰ ਖਿੱਚ ਪਈ ਵੀ ਇਹ ਵੀ ਕਿਸੇ ਦੇ ਵਿਰਾਗ ਦੇ ਵਿੱਚ ਐਸੀ ਪਿਆਰ ਬਿਰੋਂ ਭਰੀ ਬੋਲੀ ਬੋਲ ਰਹੀ ਹੈ। ਉੱਥੇ ਜਾ ਕੇ ਕੀ ਦੇਖਦਾ ਵੀ ਇਹਦਾ ਤਾਂ ਰੰਗ ਕਾਲਾ ਹੋਇਆ ਪਿਆ, ਬਹੁਤ ਕਾਲੀ ਹੈ। ਕੁਦਰਤੀ ਸਵਾਲ ਕਰਦਾ, ਕਹਿੰਦਾ ਕੋਇਲ ਮੈਨੂੰ ਦੱਸ ਸਕਦੀ ਹੈ ਤੇਰਾ ਰੰਗ ਕਿਉਂ ਕਾਲਾ ਹੋ ਗਿਆ? ਇਸ ਤਰ੍ਹਾਂ ਨਾਲ ਸਵਾਲ ਕਰਦਾ ਦੱਸੀ ਕੋਇਲੇ ਰੰਗ ਕਾਲਾ ਕਾਲੂ ਕਿਹੜਾ ਦੁੱਖ ਲੱਗਿਆ ਜਿਹਦੇ ਨਾਲ ਤੇਰਾ ਰੰਗ ਕਾਲਾ ਹੋ ਗਿਆ? ਕੀ ਤੈਨੂੰ ਵੀ ਕਿਸੇ ਦੇ ਪਿਆਰ ਦੀ ਖਿੱਚ ਹੈ? ਕਹਿਣ ਲੱਗੀ ਫਰੀਦਾ, ਅੱਲਾਹ ਤਾਲਾ ਨੇ, ਪ੍ਰਭੂ ਨੇ ਜਦ ਰਚਨਾ ਰਚੀ ਹੈ ਸਾਰੇ ਜੋੜੇ ਬਣਾਏ ਨੇ। ਜਿੰਨੇ ਪੰਛੀ ਦੇਖੇਗਾ ਤੂੰ ਸਾਰੇ ਜੋੜਿਆਂ ਦੇ ਜੋੜੇ ਬੈਠੇ ਹੋਣਗੇ, ਪਰ ਮੇਰੀ ਇੱਕ ਕਿਸਮਤ ਹੈ ਕਿ ਮੈਨੂੰ ਜੋੜਾ ਨਹੀਂ ਮਿਲ ਸਕਿਆ ਤੇ ਮੈਂ ਉਸ ਦੇ ਪਿਆਰ ਦੇ ਵਿੱਚ ਐਸੇ ਰੰਗ ਕਰ ਬੈਠੀ ਜਾਲੀ ਪਿਆਰਿਆ
ਜਵਾਬ ਆਇਆ ਫਰੀਦਾ, ਸਾਰੇ ਪੰਛੀਆਂ ਦੇ ਜੋੜੇ ਨੇ, ਮੇਰਾ ਕੋਈ ਜੋੜਾ। ਮੈਂ ਹਮੇਸ਼ਾ ਹੀ ਅਰਦਾਸ ਕੂਕਾਂ ਮਾਰਦੀ ਰਹਿੰਦੀ ਹਾਂ, ਮੇਰੇ ਵਿਰਹੇ ਦੀਆਂ ਆਵਾਜ਼ਾਂ ਕੋਈ ਸੁਣਦਾ ਨਹੀਂ ਹੈ। ਆਪਣੇ ਪ੍ਰੀਤਮ ਕੇ ਹੋਂ ਵਿਰਹੋਂ ਜਾਲੀ, ਮੈਨੂੰ ਮੇਰਾ ਪਿਆਰਾ ਨਹੀਂ ਮਿਲ ਸਕਿਆ, ਇਸ ਕਰਕੇ ਇਸ ਵਿਰਹੇ ਦੇ ਵਿੱਚ ਮੇਰਾ ਰੰਗ ਜਲ ਗਿਆ, ਮੈਂ ਜਲ ਗਈ। ਸੋ ਇਹ ਅਵਸਥਾ ਵੈਰਾਗ ਦੀ ਸਟੀਮ ਹੋਇਆ ਕਰਦੀ ਹੈ, ਇਹਨੂੰ ਸਮਝ ਨਹੀਂ ਸਕਦਾ। ਲੋਕਾਂ ਦੇ ਭਾਵੇਂ ਤਾਂ ਇਹ ਗੀਤ ਹੁੰਦੇ ਨੇ, ਪਰ ਇਹ ਗੀਤ ਨਹੀਂ ਹੁੰਦੇ, ਇਹ ਤਾਂ ਅਣੀਆਂ ਵਾਲੇ ਤੀਰ ਹੋਇਆ ਕਰਦੇ ਨੇ। ਐਸਾ ਫਰਮਾਨ ਹੈ, ਜਿਸ ਤਨ ਲੱਗਿਆ ਸੋਈ ਤਨ ਜਾਏ, ਕਿਸੇ ਦੀ ਲੱਗ ਜਾਵੇ, ਦੂਸਰੇ ਨੂੰ ਨਹੀਂ ਪਤਾ ਲੱਗਦਾ। ਦੂਜੇ ਦਾ ਹਿਰਦਾ ਮੁਰਦਾ ਹੋਇਆ ਕਰਦਾ ਹੈ। ਫਰੀਦਾ ਬਿਰਹ ਬਿਰਹ ਆਖੀਐ ਬਿਰਹ ਤੂੰ ਸੁਲਤਾਨ, ਜੇ ਤਨ ਬਿਰਹ ਨਾ ਉਪਜੇ ਸੋ ਤਨ ਜਾਣ ਮਸਾਣ, ਮਸਾਣਾ 'ਚ ਕਿੱਥੇ ਹਰੇ ਵਾਈ ਹੁੰਦੀ ਹੈ, ਧਰਤੀ ਜਲ ਜਾਂਦੀ ਹੈ। ਜਿਹਦੇ ਹਿਰਦੇ ਦੇ ਵਿੱਚ ਮਾਇਆ ਦੀ ਅੱਗ ਦਾ ਸੇਕ, ਹਿਰਦੇ ਦਾ ਭੂਮੀ ਜਿਹੜੀ ਆ ਉਹ ਜਲਾ ਦਿੱਤੀ, ਉੱਥੇ ਵਿਰਾਗ ਦਾ ਵਿਰਾਗ ਦੀ ਅੰਸ ਨਹੀਂ ਪੈਦਾ ਹੋਇਆ ਕਰਦੀ, ਉਹ ਨਾ ਇਸ ਗੱਲ ਨੂੰ ਸਮਝ ਸਕਦਾ।
ਸੋ ਐਸਾ ਵੈਰਾਗ ਤੇ ਘੋਰ ਤਪ ਕਰ ਰਿਹਾ, ਪੁੱਠਾ ਲੜਕਦਾ ਰਹਿੰਦਾ, ਕਮਜ਼ੋਰ ਹੋ ਗਿਆ ਬਿਲਕੁਲ, ਸਰੀਰ ਦੇਖਣ ਵਾਸਤੇ ਹੀ ਰਹਿ ਗਿਆ ਵੀ ਇੱਕ ਢਾਂਚਾ ਜਿਹਾ, ਲੇਕਿਨ ਨੇਤਰਾਂ ਦੇ ਵਿੱਚੋਂ ਹੰਝੂ ਜਾਂਦੇ ਨੇ। ਵਾਰ ਵਾਰ ਆਪਣੇ ਭਾਗਾਂ ਨੂੰ ਚੈੱਕ ਕਰਦੇ ਨੇ ਵੀ ਮੇਰੇ ਤੇ ਕੀ ਕਸੂਰ ਹੋ ਗਿਆ, ਤੇ ਅਜੇ ਤੱਕ ਵੀ ਪਰਮੇਸ਼ਰ ਨਹੀਂ ਬੋਲਿਆ। ਪਿਆਰੇ ਜੀ ਅਜੇ ਵੀ ਨਾ ਲੱਭ ਪੋੜਿਆ, ਸੁਣਦਾ ਕਿ ਫਲਾਣੇ ਪੀਰ ਨੂੰ ਇਸ ਤਰ੍ਹਾਂ ਮਿਲ ਗਿਆ, ਫਲਾਣੇ ਭਗਤ ਨੂੰ ਐ ਛੇਤੀ ਮਿਲ ਗਿਆ, ਧੰਨੇ ਨੂੰ ਤਾਂ ਕੁਛ ਕਰਨਾ ਹੀ ਨਾ ਪਿਆ, ਦੋ ਚਾਰ ਘੰਟੇ ਦੀ ਮਿਹਨਤ ਕਰੀ ਹੈ ਤੇ ਉਹਨੂੰ ਆ ਕੇ ਉਹਦੇ ਪ੍ਰਸ਼ਾਦੇ ਛੱਡ ਲਏ ਨਾਮਦੇਵ ਦੇ। ਮੈਨੂੰ ਮੇਰਾ ਕੀ ਹੋਇਆ, ਮੈਨੂੰ ਤਾਂ ਪਰਮੇਸ਼ਰ ਨਹੀਂ ਮਿਲਿਆ, ਬੜਾ ਅਫਸੋਸ ਆਉਂਦਾ। ਹੋਰ ਘੋਰ ਤਪੱਸਿਆ ਕਰਦਾ, ਇੰਨਾ ਸਰੀਰ ਦੇ ਵਿੱਚ ਹਰਕਤ ਹਟ ਗਈ ਕਿ ਕਾਮਾਂ ਨੇ ਮੁਰਦਾ ਸਮਝ ਕੇ ਤਨ ਚੂੰਡਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਮੱਥੇ ਦੇ ਉੱਤੇ ਕਾਮ ਬੈਠ ਜਾਂਦਾ ਤੇ ਅੱਖ ਨੂੰ ਦੇਖਣ ਵਾਸਤੇ ਵੀ ਇਹ ਜਿਉਂਦਾ ਹੈ ਕਿ ਮਰ ਗਿਆ, ਠੁੰਗ ਮਾਰਨ ਨੂੰ ਤਿਆਰ ਹੋ ਗਿਆ ਅੱਖ 'ਤੇ। ਉਸ ਵੇਲੇ ਬਾਬੇ ਫਰੀਦ ਨੇ ਹੱਥ ਲਾਇਆ, ਕਹਿਣ ਲੱਗਿਆ ਕਾਵਾ ਕਾਕਾ ਕਰਮ ਡੋਲਿਆ ਸਭਲਾ ਸਗਲਾ ਖਾਇਆ ਮਾਸ, ਮੈਂ ਬਾਕੀ ਮਾਸ ਖਾਂਦੇ ਨੂੰ ਤਾਂ ਤੁਹਾਨੂੰ ਰੋਕਿਆ ਨਹੀਂ ਹੈ, ਹੁਣ ਮੇਰੀ ਜਿਹੜੀ ਬੇਨਤੀ ਹੈ ਉਹ ਮੰਨੋ। ਕਾਕਾ ਇਹ ਤਾਂ ਨਾ ਮੱਤ ਛੇੜਿਓ, ਕਾਕਾ ਇਹ ਤਾਂ ਨਾ
ਅਗਲਾ ਖਾਇਆ ਮਾਸ ਇਹਦੇ ਨੈਣਾ ਮਤ ਛੂਹੋ ਫਿਰ ਦੇਖਣ ਦੀਆ, ਫਿਰ ਮੈਂ ਕਾਹਦੇ ਨਾਲ ਰੱਬ ਦੇ ਦਰਸ਼ਨ ਕਰੇਗਾ ਜੇ ਮੇਰੀਆਂ ਅੱਖਾਂ ਹੀ ਤੁਸੀਂ ਖਾ ਲਈ। ਐਸੀ ਘੋਰ ਤਪੱਸਿਆ ਕਿਤੇ ਸੁਣਨ ਵਾਸਤੇ ਬਹੁਤ ਘੱਟ ਆਉਂਦੀ ਹੈ। ਤਪੱਸਿਆ ਤਾਂ ਹੋਰ ਵੀ ਬੇਅੰਤ ਮਹਾਤਮਾ ਨੇ ਜਿਨ੍ਹਾਂ ਨੇ ਬਹੁਤ ਬਹੁਤ ਕਰੀ, ਬਾਬੇ ਫਰੀਦ ਨੇ ਵੀ ਕਰੀ। ਉਸ ਵੇਲੇ ਸਰੀਰ ਦਾ ਹਾਲ ਦੱਸਦੇ ਨੇ ਕਿ ਤਨ ਤਪੈ ਤਨੂਰ ਜਿਉਂ, ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਕਰੀ ਵਾ, ਜੇ ਮੈਂ ਚੱਲਦਾ ਚੱਲਦਾ ਥੱਕ ਜਾਵਾਂ ਤੇ ਫਿਰ ਮੈਂ ਸਿਰ ਦੇ ਪਾਰ ਹੋ ਕੇ ਚੱਲ, ਪਰ ਮੈਨੂੰ ਕੋਈ ਰੱਬ ਮਿਲਾ ਤਾਂ ਦਿਉ। ਮੈਂ ਉਹਦੀ ਤਲਾਸ਼ ਦੇ ਵਿੱਚ 24 ਸਾਲ ਲਾ ਦਿੱਤੇ, ਨਮਾਜ਼ਾਂ ਮੈਂ ਪੜ੍ਹੀਆਂ, ਰੋਜ਼ੇ ਮੈਂ ਰੱਖੇ, ਜ਼ਕਾਤ ਮੈਂ ਦਿੰਦਾ ਰਿਹਾ, ਸਾਰੇ ਕੰਮ ਕਰੇ, ਹੇ ਪ੍ਰਭੂ ਤੂੰ ਕਿਉਂ ਨਹੀਂ ਮਿਲਦਾ। ਐਸੀ ਜੋ ਉਹਦੀ ਕੂਕ ਸੀ ਸਾਰੇ ਜੰਗਲਾਂ ਬਣਾਂ ਦੇ ਵਿੱਚ ਫੈਲ ਗਈ। ਮਹਾਤਮਾ ਆਏ, ਆ ਕੇ ਕਹਿਣ ਲੱਗੇ ਫਰੀਦਾ ਤਾਂ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇਰਿਆ, ਸਿਰ ਨੇ ਕੀ ਕਸੂਰ ਕਰ ਦਿੱਤਾ, ਪੈਰਾਂ ਨੇ ਕੀ ਕਸੂਰ ਕਰ ਦਿੱਤਾ, ਸਰੀਰ ਨੇ ਕਿਹੜਾ ਕਸੂਰ ਕਰ ਦਿੱਤਾ, ਇਹਨੂੰ ਤੂੰ ਜਾਲਦਾ ਜਾਲਦਾ ਪਿਆਰਿਆ। ਠੀਕ ਹੈ ਹੋਂ ਟੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ ਜਿਹਨੂੰ ਤੂੰ ਟੋਲਦਾ ਫਿਰਦਾ ਹੈ ਉਹ ਤਾਂ ਤੇਰੇ ਨਾਲ ਹੈ, ਤੂੰ ਬਾਹਰ ਕਿਉਂ ਟੋਲਦਾ। ਹੋਂ ਟੰਡੇਂਦੀ ਸੱਜਣਾ, ਸੱਜਣ ਮੇਰੇ ਨਾਨਕ ਲੱਖ ਨਾ ਲੱਖੀਐ, ਗੁਰਮੁਖ ਦੇ ਦਿਖਾਲ ਕਿਸੇ ਗੁਰਮੁਖ ਦੀ ਸ਼ਰਨ ਜਾ, ਕਾਹੇ ਰੇ ਮਨ ਖੋਜਣ ਜਾਈ, ਸਰਵਨ ਵਾਸੀ ਸਦਾ ਲੇਪਾ ਤੋਹੇ ਸੰਗ ਸੁਣਾ, ਤੇਰੇ ਅੰਦਰ ਵਸਦਾ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਕਰਿਆ ਤਾਂ ਸਰੀਰ ਗਾਲ ਲਿਆ, ਕਾਵਾਂ ਨੇ ਜ਼ਖਮੀ ਕਰ ਦਿੱਤਾ, ਮਾਸ ਖਾ ਕੇ ਪਿਆਰਿਆ ਤੇਰੀ ਤਲਾਸ਼ ਵਿੱਚ ਫਰਕ ਸੀ।
ਜਿਹਨੂੰ ਤੂੰ ਟੋਲਦਾ ਫਿਰਦਾ ਉਹਨੇ ਬਾਹਰੋਂ ਨਹੀਂ ਆਉਣਾ, ਉਹ ਤਾਂ ਤੇਰੇ ਅੰਦਰ ਵੱਸਦਾ। ਬਸੀ ਰੱਬ ਹੀ ਆਲੀ ਹੈ, ਜੰਗਲ ਕੈਦ ਹੁੰਦੇ ਕਾਹੇ ਰੇ ਮਨ ਖੋਜਣ ਜਾਈ, ਸਰਵਨਵਾਸੀ ਸਦਾ ਲੇਪਾ ਤੋਹੇ ਸੰਗ ਸਮਾਏ। ਪੋਪ ਮਤ ਜਿਉਂ ਵਾਸ ਵੱਸਦਾ ਮੁਕਰ ਮੈਂ ਜੈਸੇ ਛਾਈ, ਜਿਵੇਂ ਫੁੱਲ ਦੇ ਅੰਦਰ ਖੁਸ਼ਬੂ ਵੱਸਦੀ ਹੈ ਅਤੇ ਸ਼ੀਸ਼ੇ ਦੇ ਅੰਦਰ ਪਰਛਾਵਾਂ ਆਪਣਾ ਨਜ਼ਰ ਆਉਂਦਾ ਹੈ, ਤੈਸੇ ਹੀ ਅਰ ਵਸੇ ਨਿਰੰਤਰ ਘਟੀ ਖੋਜੋ ਪਾਈ। ਘਟਦੀ ਖੋਜ ਕਰ ਪਿਆਰਿਆ, ਐਂ ਰੱਬ ਤੇਰੇ ਅੰਦਰ ਵੱਸਦਾ। ਬਾਹਰ ਭੀਤਰ ਇੱਕੋ ਜਾਨਣਾ, ਇਹ ਗੁਰ ਗਿਆਨ ਬਤਾਈ ਤੈਨੂੰ ਤੱਤ ਦੀ ਗੱਲ ਦੱਸਦੇ ਹਾਂ। ਬਾਹਰ ਵੀ ਹੋਈ ਹੈ, ਅੰਦਰ ਵੀ ਹੋਈ ਹੈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਨ ਕੀ ਕਾਈ, ਜਾ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ। ਰੱਬ ਨਹੀਂ ਦਿਸਿਆ ਕਰਦਾ ਕਿਉਂਕਿ ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ। ਪਿਆਰਿਆ ਪਰਦਾ ਪੈ ਗਿਆ ਹਉਮੈ ਦਾ, ਹਉਮੈ ਦੇ ਪਰਦੇ ਨੂੰ ਗੁਰੂ ਤੋਂ ਬਗੈਰ ਕੋਈ ਦੂਰ ਨਹੀਂ ਕਰ ਸਕਦਾ। ਇਹਨੂੰ ਦੂਰ ਕਰਨ ਦੀ ਚਾਬੀ ਗੁਰੂ ਕੋਲ ਹੈ। ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ, ਅਣਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਈ। ਜਿੰਨੇ ਜੀ ਕਰਦਾ ਉਹ ਪਾ ਕਰ ਲੈ। ਜਦ ਤੱਕ ਤੂੰ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਨਹੀਂ ਆਉਂਦਾ, ਰੱਬ ਨਾ ਮਿਲੇਗਾ ਕਦੇ। ਚਾਹੇ ਅੰਦਰ ਬਹਿੰਦਾ ਰਹਿੰਦਾ ਨਾਲ ਰਹਿੰਦਾ, ਕਿਉਂ ਨਹੀਂ ਮਿਲਦਾ? ਕਿਉਂਕਿ ਉੱਥੇ ਮੁੱਦਤਾਂ ਹੋ ਗਈਆਂ ਵਿਛੜੇ ਨੂੰ। ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਬਾਸਾ ਪੁਰਗਗਨੰਦਰ, ਅਸਥ ਸਥਾਨ ਸਦਾ ਨਰਮਾਇਲ, ਆਪੇ ਆਪ ਪਾਏਗਾ। ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ। ਕਹਿੰਦੇ ਉੱਥੇ ਤਾਂ ਪੱਥਰ ਦੇ ਦਰਵਾਜ਼ੇ ਜਿਹੜੇ ਸਖ਼ਤ ਨੇ ਉਹ ਬੰਦ ਹੋ ਗਏ, ਉਹ ਨਹੀਂ ਖੁੱਲਦੇ। ਉਹ ਖੁੱਲਣਗੇ ਤਾਂ ਗੁਰ ਸ਼ਬਦ ਹੀ ਕੁਲਾਏਂਦਾ। ਗੁਰੂ ਕੋਲ ਜਾ ਅਤੇ ਗੁਰੂ ਦੇ ਸ਼ਬਦ ਦੀ ਪ੍ਰਾਪਤੀ ਕਰ। ਇਸ ਸ਼ਬਦ ਨੇ ਤੈਨੂੰ ਪਰਮੇਸ਼ਰ ਦੇ ਸ਼ਬਦ ਨਾਲ ਮਿਲਾ ਦੇਣਾ, ਸ਼ਬਦ ਨੇ ਸ਼ਬਦ ਨਾਲ ਮਿਲਾਉਣਾ ਤੈਨੂੰ। ਐਸੇ ਨਹੀਂ ਮਿਲਣਾ ਜਿਹੜਾ ਤੂੰ ਕਰਦਾ ਹੈ। ਤੂੰ ਬਾਹਰ ਟੁੰਡੀ ਜਾ, ਚਾਹੇ ਕਰੋੜ ਜਨਮ ਲੈ ਕੇ ਟੁੰਡੀ ਜਾ, ਰੱਬ ਨਹੀਂ ਮਿਲੇਗਾ ਬਾਹਰੋਂ ਕਦੇ। ਜਦ ਰੱਬ ਨੇ ਮਿਲਣਾ ਅੰਦਰੋਂ ਮਿਲਣਾ। ਇਹ ਤਾਂ ਐਸੇ ਦਰਵਾਜ਼ੇ ਬੰਦ ਹੋ ਗਏ ਨੇ, ਇਹਨੂੰ ਕੋਈ ਤਰੀਕਾ ਨਹੀਂ, ਨਾ ਤੀਰਥ ਯਾਤਰਾ, ਨਾ ਕੋਈ ਦਾਨ ਪੁੰਨ, ਨਾ ਪੁੱਠੇ ਲੜਕੇ, ਨਾ ਪਾਣੀਆਂ 'ਚ ਗੜਕੇ, ਨਾ ਜਲ ਤਾਰੇ, ਨਾ ਅਗਨੀਆਂ 'ਚ ਬੈਠ ਕੇ, ਨਾ ਰੋੜਾਂ 'ਤੇ ਪੈ ਕੇ, ਨਹੀਂ ਇਹ ਦਰਵਾਜ਼ਾ ਖੁੱਲ੍ਹਿਆ ਕਰਦਾ। ਇਹ ਤਾਂ ਦਰਵਾਜ਼ੇ ਖੁੱਲ੍ਹਣ ਦੀ ਗੱਲ ਹੈ, ਕੁੰਜੀ ਹੋਵੇ ਤਾਂ ਦਰਵਾਜ਼ਾ ਖੁੱਲ੍ਹਦਾ। ਇਸ ਤਰ੍ਹਾਂ ਨਾਲ ਪੜੋ ਸਾਰੇ। ਗੁਰੂ
ਕੌਲ ਗੁਰੂ ਦੇ ਸ਼ਬਦ ਅਨਕ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨੇ। ਬਿਨ ਸ਼ਬਦੇ ਅੰਤਰ ਹਨੇਰਾ ਨਾ ਬਸ ਲਏ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀਂ ਗੁਰਪੂਰੇ ਭਾਗ ਮਿਲਾਵਣੇ। ਪਿਆਰਿਆ ਕਿਸੇ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਾ, ਉਹਨੇ ਤੈਨੂੰ ਸ਼ਬਦ ਦੀ ਚਾਬੀ ਦੇਣੀ ਹੈ। ਇਹ ਤਪ ਕਰਿਆ ਅਤੇ ਹੱਠ ਕਰਿਆ ਅਤੇ ਰੱਬ ਨਹੀਂ ਮਿਲਿਆ ਕਰਦਾ, ਇਹਦਾ ਚਾਬੀ ਨਾਲ ਇਹ ਤਾਲਾ ਖੁੱਲਣਾ। ਜ ਬਹੁਤ ਸਖਤ ਤਾਲਾ ਹੈ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ ਹੈ। ਉਹਦਾ ਸ਼ਬਦ ਦੀ ਦਾਤ ਲੈ ਫਿਰ ਜਾ ਕੇ ਖੁੱਲੇਗਾ। ਸਾਡੇ ਮਨ ਵਿੱਚ ਆਉਂਦਾ ਵੀ ਅਸੀਂ ਤਾਂ ਸ਼ਬਦ ਲੈ ਲਿਆ, ਸਾਡਾ ਦਰਵਾਜ਼ਾ ਕਿਉਂ ਨਹੀਂ ਖੁੱਲਦਾ? ਮਹਾਰਾਜ ਕਹਿੰਦੇ ਤੂੰ ਸੰਤਾਂ ਦੀ ਸੰਗਤ ਕਰ। ਉਹ ਮੇਰੇ ਪਿਆਰੇ ਨੇ ਮੇਰੀ ਬਾਤ ਕਰਦੇ, ਉਹ ਤੈਨੂੰ ਜੁਗਤੀ ਦੱਸ ਦੇਣਗੇ, ਢੰਗ ਦੱਸ ਦੇਣਗੇ, ਅਤੇ ਉਹਨਾਂ ਦੀ ਸੰਗਤ 'ਚ ਰਹਿ ਕੇ ਦਰਵਾਜ਼ਾ ਖੁੱਲ੍ਹ ਜਾਏਗਾ। ਦੁੱਖ ਦਰਵਾਜ਼ਾ ਰੋਹ ਖਵਾਲਾ ਆਸ ਅੰਦੇਸ਼ਾ ਪੱਟ ਜੜੇ, ਆਸਾਂ ਅਤੇ ਅੰਦੇਸ਼ਾ ਦੇ ਬੱਜਰ ਕਪਾਟ ਜੜੇ ਹੋਏ ਨੇ। ਮਾਇਆ ਜਲ ਖਾਈ ਪਾਣੀ ਘਰ ਬੰਧਿਆ ਸੱਤ ਕੇ ਆਸਣ ਪੁਰਸ ਰਹਿ। ਮਾਇਆ ਦੀ ਜਿਹੜੀ ਖਾਈ ਹੈ ਜਿੰਨਾ ਪਾਣੀ ਡੂੰਘਾ, ਕਹਿੰਦੇ ਐਂ ਪਾਣੀ ਡੂੰਘੇ ਦੇ ਜਿੰਨੀ ਹੈ, ਕਹਿੰਦੇ ਐਂ ਮਾਇਆ ਦੀ ਖਾਈ ਪੱਟੀ ਹੋਈ ਹੈ ਅਤੇ ਪਾਣੀ ਨਾਲ ਭਰੀ ਹੋਈ ਹੈ ਗਿਆਨ ਦੇ ਵਿੱਦਿਆ ਦੇ ਪਾਣੀ ਨਾਲ। ਅਤੇ ਸੱਤ ਦੇ ਆਸਣ ਪੁਰਸ਼ ਰਹਿੰਦਾ, ਆਲੇ ਦੁਆਲੇ ਘੇਰਾ ਵਿੱਦਿਆ ਅਤੇ ਅਗਿਆਨ ਨੇ ਪਾਇਆ ਹੋਇਆ, ਇਹ ਨਹੀਂ ਦੂਰ ਹੋਣਾ ਜਦ ਤੱਕ ਤੂੰ ਪੂਰਨ ਪੁਰਖਾਂ ਦੀ ਸੰਗਤ ਵਿੱਚ ਨਾ ਜਾਏਗਾ। ਸੋ ਇਹ ਘਾਟ ਸਾਡੇ ਵਿੱਚ ਹੋਣ ਕਰਕੇ, ਇਹ ਦੂਜਾ ਹੈ ਕਿ ਅਸੀਂ ਚੱਲਦੇ ਨਹੀਂ ਹਾਂ। ਨਗੁਰੇ ਪੁਣ ਦੀ ਲਾਹਨਤ ਤਾਂ ਅਸੀਂ ਲਾਹ ਦਿੱਤੀ, ਅਮਰ ਛੱਡ ਲਿਆ, ਗਾਂ ਤਾਂ ਨਹੀਂ ਤੁਰ ਰਹੇ, ਨਾ ਸ਼ੌਕ ਹੈ ਰੱਬ ਦੇ ਮਿਲਣ ਦਾ, ਨਾ ਲਗਨ ਹੈ। ਜਿਨ੍ਹਾਂ ਨੂੰ ਸ਼ੌਕ ਹੋਇਆ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਘਰ ਆਰਾਮ ਨਾ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ, ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤਰੇ। ਔਖਾ ਤਾਂ ਨਹੀਂ ਹੈ, ਬਾਲ ਬੱਚਿਆਂ 'ਚੋਂ ਕੋਈ ਨਹੀਂ ਕੱਢਦਾ, ਕੋਈ ਨਹੀਂ ਕਹਿੰਦਾ ਵੀ ਖੇਤੀ ਛੱਡ ਦਿਉ, ਉਹ ਤਾਂ ਜੁਗਤ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਸਿੱਧਾ ਜਿਹਾ ਹੀ ਹਿਸਾਬ ਹੈ, ਅੰਮ੍ਰਿਤ ਵੇਲੇ ਉੱਠੇ ਉੱਠ ਕੇ ਉਹ ਨਾਮ ਦਾ ਧਿਆਨ ਕਰੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਮਨ ਨੂੰ ਨਾਮ ਦੇ ਸਰੋਵਰ ਅੰਮ੍ਰਿਤ ਦੇ ਵਿੱਚ ਇਸ਼ਨਾਨ ਕਰਾਉਣ ਦਾ ਫਰਮਾਨ ਹੈ ਗੁਰੂ ਸਾਹਿਬ ਦਾ ਰੋਜ਼ ਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਰਿਤ ਭਰਮ ਦਾ ਭਰਮ ਭੁਲਾਇਆ। ਇਹ ਸਰੀਰ ਦੇ ਵਿੱਚ ਅੰਮ੍ਰਿਤ ਹੈ ਜਿਹਦੇ 'ਚ ਅਸੀਂ ਰੋਜ਼ ਇਸ਼ਨਾਨ ਕਰਾਉਣਾ, ਪਾਣੀ ਨਾਲ ਤਾਂ ਕਰ ਲੈਂਦੇ ਹਾਂ, ਲੇਕਿਨ ਮਨ ਦਾ ਇਸ਼ਨਾਨ ਨਹੀਂ ਕਰਾ ਸਕੇ। ਉਹ ਕਿਉਂ ਨਹੀਂ ਕਰਾ ਸਕੇ? ਜੁਗਤ ਨਹੀਂ ਪਤਾ। ਗੁਰੂ ਗ੍ਰੰਥ ਸਾਹਿਬ ਤਾਂ ਸਭ ਜੁਗਤਾਂ ਦੱਸੀਆਂ ਹੋਈਆਂ, ਉਹ ਸਾਧੂ ਸੰਤਾਂ ਸਿੱਖਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਬਈ ਤੁਸੀਂ ਇਹ ਜੁਗਤ ਦੱਸੋ, ਦੱਸੋ ਰੱਬ ਦਾ ਰਾਹ। ਉਮਰ ਬੀਤਦੀ ਜਾਂਦੀ ਹੈ ਸਾਰਿਆਂ ਦੀ, ਉਹ ਆਪਣੇ ਪਿੱਛੇ ਤਾਂ ਕੋਈ ਨਹੀਂ ਲਾਉਂਦਾ, ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲਾ ਕੇ ਗੁਰੂ ਤੋਂ ਹੀ ਲੈਂਦੇ ਨੇ ਸ਼ਾਬਾਸ਼। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਬਰਾ ਨਾਮ ਜਪਾ। ਕਹਿੰਦੇ ਡਿਊਟੀ ਲਾਈ ਹੋਈ ਹੈ ਗੁਰਸਿੱਖਾਂ ਦੀ, ਅਤੇ ਉਹਨਾਂ ਦੀ ਪਦਵੀ ਕਿੰਨੀ ਹੈ, ਮੈਂ ਧੂੜ ਮੰਗਦਾ ਉਹਨਾਂ ਦੀ ਜਿਹੜੇ ਇਸ ਰਸਤੇ 'ਤੇ ਚਲਾਉਂਦੇ ਨੇ। ਸੋ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਜਿਹੜਾ ਪੰਜ ਪਿਆਰਿਆਂ ਨੇ ਦਿੱਤਾ ਉਪਦੇਸ਼, ਹਰ ਹਰ ਜਪ ਹੈ ਵਾਹਿਗੁਰੂ ਵਾਹਿਗੁਰੂ ਜਪੋ, ਅਤੇ ਨਤੀਜਾ ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ, ਜਨਮਾਂ ਜਨਮਾਂ ਦੇ ਕੀਤੇ ਹੋਏ ਕਰਮਾਂ ਦਾ ਨਾਸ਼ ਹੋ ਜਾਏਗਾ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਇਆ ਸਿਆ, ਖੰਲੀ ਧੋਤੀ ਉੱਜਲ ਨਾ ਹੋਵੇ, ਜੇ ਸੌ ਤੋਂ ਗੁਣ। ਉਹ ਜਿਹੜਾ ਮੰਤਰ ਹੈ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇਰਨ, ਉਹ ਮੈਲ ਲੈ ਜਾਏਗੀ, ਸਭ ਪਾਪ ਖਤਮ ਹੋ ਜਾਣਗੇ। ਫਿਰ ਚੜ੍ਹੇ ਦਿਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਨਾਮ 'ਤੇ ਆਵੇ, ਜੋ ਸਾਸ ਗਰਾਸ 'ਤੇ ਆਏ ਮੇਰਾ ਹਰ, ਜਿਹਦੇ ਅੰਦਰ ਪਰਮੇਸ਼ੁਰ ਦਾ ਨਾਮ ਇੰਨਾ ਪ੍ਰਵੇਸ਼ ਕਰ ਗਿਆ, ਸਵਾਸ ਅੰਦਰ ਨੂੰ ਜਾਂਦਾ ਤਾਂ ਵੀ ਵਾਹਿਗੁਰੂ ਦਾ ਨਾਮ, ਬਾਹਰ ਨੂੰ ਆਉਂਦਾ ਤਾਂ ਵੀ ਵਾਹਿਗੁਰੂ ਦਾ ਨਾਮ। ਦੋਵੇਂ ਤਰੀਕੇ ਨੇ ਸਾਧਸੰਗ, ਮਹਾਂਪੁਰਸ਼ਾਂ ਤੋਂ ਮਿਲਦੇ ਨੇ, ਅਤੇ ਜੇ ਕੋਈ ਮਿਹਨਤ ਕਰੇ ਨਾਮ ਚੱਲ ਪੈਂਦਾ, ਨਾ ਮਿਹਨਤ ਕਰੇ ਨਹੀਂ ਚੱਲਦਾ। ਨਾਮ ਕੋਈ ਸਖਾਲੀ ਚੀਜ਼ ਨਹੀਂ, ਆਖਣ ਔਖਾ ਸਾਚਾ ਨਾ, ਸਭ ਤੋਂ ਔਖੀ ਚੀਜ਼ ਹੈ।
ਸੋ ਜੋ ਸਾਸ ਗਰਾਸ ਤੇ ਆਏ ਮੇਰਾ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਹਨੂੰ ਜੀਵ ਤੇ ਬ੍ਰਹਮ ਦੀ ਏਕਤਾ ਦਾ ਉਪਦੇਸ਼ ਦੇ ਕੇ ਆਤਮ ਸਾਕਸ਼ਾਤ ਕਰਕੇ ਬ੍ਰਹਮ ਦੇ ਵਿੱਚ ਲੀਨ ਕਰਾ ਦਿੰਦਾ ਸਮਰੱਥ ਗੁਰੂ, ਜਿਹੜਾ ਸੋ ਘਰਵੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਝਾ। ਮਹਾਰਾਜ ਕਹਿੰਦੇ ਫਿਰ ਉਹ ਆਪ ਵੀ ਨਾਮ ਜਪਦਾ, ਦੂਸਰਿਆਂ ਨੂੰ ਨਾਮ ਦਿਖਾਉਂਦਾ, ਉਹਦਾ ਜੀਵਨ ਵੱਖਰਾ ਹੋਇਆ ਕਰਦਾ, ਉਹਦੀ ਬੋਲ ਚਾਲ ਰਹਿਤ ਸਭ ਵੱਖਰੀ ਹੁੰਦੀ। ਰਹਿੰਦਾ ਦੁਨੀਆਂ 'ਚ ਹੈ, ਦੁਨੀਆਂ 'ਚ ਰਹਿੰਦਾ ਕਮਲ ਦੇ ਫੁੱਲ ਵਾਂਗ, ਨਾ ਕੋਈ ਉਹਦਾ ਬੈਰੀ ਹੁੰਦਾ, ਨਾ ਕੋਈ ਆਪਣਾ, ਨਾ ਕੋਈ ਬਗਾਨਾ, ਸਭ ਪਰਮੇਸ਼ਰ ਦਾ ਰੂਪ ਨਜ਼ਰ ਆਉਂਦਾ, ਦੂਜਾ ਨਹੀਂ ਨਜ਼ਰ ਆਉਂਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਰਸਤਾ ਜਿਹੜਾ ਹੈ, ਇਹ ਮੈਂ ਪਹਿਲਾਂ ਜਿਹੜਾ ਜ਼ਿਕਰ ਕਰਿਆ ਲੰਮਾ ਚੌੜਾ, ਉਹ ਸੀਗਾ ਮਨ ਹੱਠ ਕਿਨੇ ਨਾ ਪਾਇਆ, ਕਰ ਪਾਵ ਥੱਕੇ ਸਭ ਕੋਈ। ਬਾਬੇ ਫਰੀਦ ਜਿੰਨਾ ਤਾਂ ਅਸੀਂ ਕਰੇ ਨਹੀਂ ਸਕਦੇ, ਸੋਚਣਾ ਵੀ ਮੁਸ਼ਕਲ ਹੈ। ਸਹਿਜ ਸਿਆਣਪਾਂ ਕਰ ਰਹੇ, ਮਨ ਕੋਰਾ ਰੰਗ ਨਾ ਹੋਏ, ਜਿੰਨਾ ਚਿਰ ਪੂਰੇ ਗੁਰੂ ਦੇ ਨਾਲ ਸੰਪਰਕ ਨਹੀਂ ਹੁੰਦਾ, ਜੁਗਤੀ ਨਹੀਂ ਆਉਂਦੀ ਅੰਦਰ ਖੋਜ ਦੀ, ਅੰਦਰ ਜਾ ਨਹੀਂ ਸਕਦਾ। ਪੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਨੌਵਾਂ ਘਰਾਂ ਦੇ ਵਿੱਚੋਂ ਲੰਘ ਕੇ ਦਸਵੇਂ ਦੇ ਵਿੱਚ ਜਿੰਨੀ ਦੇਰ ਤੱਕ ਦਾਖਲ ਨਹੀਂ ਹੁੰਦਾ, ਉਹਨਾਂ ਦੇਰ ਤੱਕ ਜਾ ਕੇ ਰੱਬ ਦੇ ਦਰਵਾਜ਼ੇ ਨੂੰ ਖੜਕਾਇਆ ਨਹੀਂ ਜਾਂਦਾ, ਕਿਉਂਕਿ ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਕਾਇਆ। ਜਦ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਕਰਕੇ ਉਹਦਾ ਦਰਵਾਜ਼ਾ ਖੜਕਾਉਂਦੇ ਹਾਂ, ਸੰਤਾਂ ਦੀ ਮਦਦ ਦੇ ਨਾਲ, ਗੁਰਸਿੱਖਾਂ ਦੀ ਮਦਦ ਦੇ ਨਾਲ, ਜੁਗਤੀ ਦੇ ਨਾਲ ਰੱਬ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ, ਅਤੇ ਕਹਿੰਦੇ ਘਰ ਵਿੱਚ ਇਹ ਲੱਭ ਗਿਆ, ਇਹਦੇ ਅੰਦਰੋਂ ਹੀ ਲੱਭ ਗਿਆ। ਸੋ ਇਸ ਤਰ੍ਹਾਂ ਦੇ ਨਾਲ ਇੱਕ ਜੋ ਰਸਤਾ ਹੈ ਮਨ ਹੱਠਦਾ, ਉਹਦਾ ਮੈਂ ਜ਼ਿਕਰ ਕਰਿਆ, ਅਤੇ ਕੱਲ੍ਹ ਨੂੰ ਮਹਾਰਾਜ ਨੇ ਕਿਰਪਾ ਕਰੀ ਆਪਾਂ ਕਿਸ ਤਰ੍ਹਾਂ ਦੇ ਨਾਲ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਗੋਬਿੰਦ ਤੱਕ ਸਾਡੀ ਰਸਵਾਈ ਕਿਵੇਂ ਹੋ ਸਕਦੀ ਹੈ, ਕਿਵੇਂ ਪਹੁੰਚਿਆ ਜਾ ਸਕਦਾ, ਕਿਹਾ ਜਾ ਜੀਵਨ, ਕਈ ਜੀ ਸੋਚ, ਕਿੰਨੀ ਕੁਰਬਾਨੀ ਸਾਨੂੰ ਕਰਨੀ ਪੈਂਦੀ ਹੈ, ਉਹਦਾ ਜ਼ਿਕਰ ਮਹਾਰਾਜ ਨੇ ਹੁਕਮ ਕਰਿਆ। ਤਾਂ ਕੱਲ੍ਹ ਨੂੰ ਆਪਾਂ ਸਾਰੇ ਵਿਚਾਰ ਕਰਾਂਗੇ, ਹੁਮਮ ਆ ਕੇ ਪਹੁੰਚਿਓ, ਆਖਰੀ ਦਿਨ ਹੈ ਦੀਵਾਨ ਦਾ। ਸੋ ਹੁਣ ਕਿਉਂਕਿ ਸਮਾਂ ਜਾਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਨਾ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ।